ਦੂਸਰੀ ਵਾਰ ਇਹ ਸਿੰਘ ਫਲਾਈਟ ਦੇ ਵਿੱਚ ਚੜ੍ਹਦੇ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਆਜ਼ਾਦ ਕਰਵਾਉਣ ਦੇ ਲਈ। ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਦਾ ਵਿਰੋਧ ਹੋ ਰਿਹਾ ਸੀ ਪੰਜਾਬ ਭਰ ਦੇ ਵਿੱਚ, ਔਰ ਉਹਨਾਂ ਨੂੰ ਆਜ਼ਾਦ ਕਰਵਾਉਣ ਦੇ ਲਈ ਫਲਾਈਟ ਹਾਈਜੈਕ ਕੀਤੀ ਜਾਂਦੀ ਹੈ ਪੰਜ ਸਿੰਘਾਂ ਦੇ ਵੱਲੋਂ। ਪੰਜਾਬ ਦਾ ਜਿਹੜਾ CM ਸੀ, ਚੀਫ ਮਿਨਿਸਟਰ ਸਰਦਾਰ ਦਰਬਾਰਾ ਸਿੰਘ, ਉਸ ਨੇ ਐਲਾਨ ਕੀਤਾ ਵੀ ਸਾਡੇ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਭਾਈ ਅਮਰੀਕ ਸਿੰਘ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰੀ ਦੇ ਦੇਣੀ ਚਾਹੀਦੀ ਹੈ, ਉਹਨਾਂ ਦੇ ਖਿਲਾਫ ਕੇਸ ਨੇ। ਇਹ 15-16 ਤਰੀਕ ਤੱਕ ਜਿਹੜੀ ਹੈ ਨਾ, ਰੋਜ਼ ਬਿਆਨ ਆ ਰਹੇ ਸਨ ਦਰਬਾਰਾ ਸਿੰਘ ਦੇ, ਕਹਿੰਦੇ ਵੀ ਅਗਰ ਤੁਸੀਂ ਗ੍ਰਿਫਤਾਰੀ ਨਹੀਂ ਦਿਓਗੇ ਅਸੀਂ ਮਤਲਬ ਕਿ ਹਮਲਾ ਕਰਕੇ ਤੁਹਾਨੂੰ ਜ਼ਬਰਦਸਤੀ ਗ੍ਰਿਫਤਾਰ ਕਰ ਲਵਾਂਗੇ। ਇੱਕ ਦਿਨ ਲਾ ਕੇ ਜੇ ਜਿਹੜੇ ਹੋਰ ਮੈਗਜ਼ੀਨ ਵਗੈਰਾ ਸਨ ਉਹਦੇ 'ਤੇ ਵਿਚਾਰ ਕਰਕੇ ਪੜ੍ਹ ਕੇ ਸਟੱਡੀ ਕਰਕੇ ਵੀ ਹਾਈਜੈਕਿੰਗ ਕੀਤੀ ਜਾਵੇ। ਅਤੇ ਅਸੀਂ ਫਿਰ ਰਾਜਾ ਸਾਂਸੀ ਤੋਂ ਸ਼੍ਰੀਨਗਰ ਫਿਰ ਬਾਈ ਏਅਰ ਗਏ। ਮੈਂ ਦੇਖਣ ਗਏ ਕਿੱਥੇ ਦਰਵਾਜ਼ੇ ਨੇ, ਕਿੱਥੇ ਐਮਰਜੈਂਸੀ ਦਰਵਾਜ਼ੇ, ਕਿੰਨੇ ਲੋਕ ਬੈਠਦੇ, ਹਾਂਜੀ ਹਾਂਜੀ ਹਾਂਜੀ, ਪਾਇਲਟ ਕਿੱਥੇ ਬੈਠ, ਪਾਇਲਟ ਕਿੱਥੇ ਬਹਿੰਦਾ, ਕਰੂ ਮੈਂਬਰ ਕਿਤਨੇ ਹੁੰਦੇ ਨੇ, ਅਤੇ ਸਾਰਾ ਕੁਝ ਜਹਾਜ਼ ਦਾ ਸਰਵੇ ਕੀਤਾ। ਉਹਨੇ ਜਦ ਉਹ ਮਤਲਬ ਕਿ ਸਮਝੋ ਅਸੀਂ ਟਾਈਮਿੰਗ ਜਿਹੜੀ ਸੈੱਟ ਕੀਤਾ ਉਹ 8-10 ਦਿਨ ਮਿੰਟ ਬਾਅਦ ਉਹ ਜਾਂਦੀ ਸੀ ਚਾਹ ਦੇਣ। ਜਿਸ ਵੇਲੇ ਉਹ ਚਾਹ ਦੇ ਕੇ ਬਾਹਰ ਨਿਕਲਣ ਲੱਗੀ ਏਅਰਹੋਸਟੀ, ਦਰਵਾਜ਼ਾ ਖੁੱਲ੍ਹਿਆ ਤਾਂ ਉਸ ਜਸਵੀਰ ਸਿੰਘ ਨੇ ਇੱਕ ਹੱਥ ਜਿਹੜਾ ਹੈ ਉਹ ਏਅਰਹੋਸਟ ਨੂੰ ਧੱਕਾ ਮਾਰਿਆ, ਇੱਕ ਹੱਥ ਜਿਹੜਾ ਹੈ ਉਹ ਦਰਵਾਜ਼ਿਆਂ ਦੇ ਉੱਤੇ ਰੱਖ ਲਿਆ ਤਾਂ ਕਿ ਆਟੋਮੈਟਿਕ ਉਹ ਦਰਵਾਜ਼ਾ ਬੰਦ ਨਾ ਹੋਵੇ। ਇੰਨੇ 'ਚ ਉਹਨੇ ਆ ਜਾਣਾ ਸੀ ਬਾਹਰ ਕਹਿੰਦੇ ਸੀ ਜਿਹੜਾ ਬਾਥਰੂਮ ਸੀ ਉਹਨੇ ਜੀ ਮਦਦ ਕਰੀ। ਉਹਨਾਂ ਨੇ ਉਹਨਾਂ ਦੀ ਇਹੀ ਗੱਲ ਹੋਈ ਬਈ ਕਹਿੰਦੇ ਕਿ ਦੋਵਾਂ ਦੇ ਪਾਇਲਟ ਕੋ ਪਾਇਲਟ ਦੋਵਾਂ ਦੇ ਵੱਖ ਕਿਰਪਾ ਨਾਲ ਰੱਖਤੀਆਂ ਵੀ ਇਹ ਸ਼੍ਰੀ ਨਗਰ ਸ਼੍ਰੀ ਸਾਹਿਬ ਨੇ ਵੀ ਤੁਸੀਂ ਜਾ ਕੇ ਹੁਣ ਮਦਦ ਕੇ ਇਸ ਨੂੰ ਲਾਹੌਰ ਲੈ ਜਾਓ। ਉਹਨੇ ਨਾ ਨੁੱਕਰ ਕੀਤੀ ਵੀ ਮੈਂ ਨਹੀਂ ਜਾਣਾ, ਉਹਨੇ ਕਿਹਾ ਵੀ ਗੱਲ ਹੈ ਵੀ ਅਸੀਂ ਤਾਂ ਸਨ ਜਰਨੈਲ ਸਿੰਘ ਪਿੰਡਾਂ ਨੂੰ ਰਿਹਾ ਕਰਵਾਉਣ ਤੁਰੇ ਹਾਂ ਕਲੀ ਅਤੇ ਸਿਰ ਰੱਖ ਕੇ, ਇਹ ਤੈਨੂੰ ਤਾਂ ਜਾਣਾ ਪੈਣਾ, ਹੁਣ ਦੇਖ ਲੈ ਵੀ ਤੂੰ ਕੀ ਕਰਨਾ ਚਾਹੁੰਦਾ। ਹਾਂ, 9 ਦਿਨ ਹੋ ਗਏ ਸਨ, 29 ਸਤੰਬਰ ਨੂੰ ਅਸੀਂ ਹਾਈਜੈਕ ਕੀਤਾ, 20 ਨੂੰ ਗ੍ਰਿਫਤਾਰ ਹੋ ਚੁੱਕੇ ਸਨ, ਅਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਝੂਠੇ ਕਤਲ ਕੇਸ ਦੇ, ਉਹਨਾਂ ਨੂੰ ਸਾਦੇ ਦੇ ਤਹਿਤ ਸਰਕਾਰ ਜਿਹੜਾ ਹੈ ਫਾਂਸੀ ਲਾ ਸਕਦੀ ਹੈ। ਕੰਧਾਰ ਹਾਈਜੈਕ ਵੈਬ ਸੀਰੀਜ਼ ਅੱਜ ਕੱਲ੍ਹ ਲਗਾਤਾਰ ਚਰਚਾ ਦੇ ਵਿੱਚ ਹੈ। 1999 ਦੇ ਵਿੱਚ ਫਲਾਈਟ ਹਾਈਜੈਕ ਕਰਕੇ ਕੰਧਾਰ ਲੈ ਕੇ ਜਾਈ ਜਾਂਦੀ ਹੈ, ਲੇਕਿਨ ਉਸ ਤੋਂ ਪਹਿਲਾਂ 1981 ਦੇ ਵਿੱਚ ਪੰਜ ਸਿੰਘਾਂ ਦੇ ਵੱਲੋਂ ਫਲਾਈਟ ਹਾਈਜੈਕ ਕੀਤੀ ਜਾਂਦੀ ਹੈ ਔਰ ਉਸਨੂੰ ਲਾਹੌਰ ਲੈ ਕੇ। ਹੈਰਾਨੀ ਦੀ ਗੱਲ ਇਹ ਹੈ ਕਿ ਦੂਸਰੀ ਵਾਰ ਇਹ ਸਿੰਘ ਫਲਾਈਟ ਦੇ ਵਿੱਚ ਚੜ੍ਹਦੇ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਆਜ਼ਾਦ ਕਰਵਾਉਣ ਦੇ ਲਈ, ਕਿਉਂਕਿ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਦਾ ਵਿਰੋਧ ਹੋ ਰਿਹਾ ਸੀ ਪੰਜਾਬ ਭਰ ਦੇ ਵਿੱਚ, ਔਰ ਉਹਨਾਂ ਨੂੰ ਆਜ਼ਾਦ ਕਰਵਾਉਣ ਦੇ ਲਈ ਫਲਾਈਟ ਹਾਈਜੈਕ ਕੀਤੀ ਜਾਂਦੀ ਹੈ ਪੰਜ ਸਿੰਘਾਂ ਦੇ ਵੱਲੋਂ ਔਰ ਲਾਹੌਰ ਲੈ ਕੇ ਜਾਂਦੇ ਨੇ। ਇਹ ਪੂਰਾ ਪਲਾਨ ਕਿਵੇਂ ਰਚਿਆ ਗਿਆ ਔਰ ਕਿਵੇਂ ਲਾਹੌਰ ਲੈ ਕੇ ਗਏ? ਉਹਨਾਂ ਪੰਜ ਸਿੰਘਾਂ ਦੇ ਵਿੱਚੋਂ ਇੱਕ ਸਿੰਘ ਮੇਰੇ ਨਾਲ ਨੇ, ਸਤਨਾਮ ਸਿੰਘ ਹੋਰੀ, ਜਿਹਨਾਂ ਨੂੰ ਸਤਨਾਮ ਸਿੰਘ ਪੌਂਟਾ ਸਾਹਿਬ ਵਾਲੇ ਕਿਹਾ ਜਾਂਦਾ ਵੈ, ਔਰ ਉਮਰ ਕੈਦ ਦੀ ਸਜ਼ਾ ਪਾਕਿਸਤਾਨ ਦੇ ਵਿੱਚ ਕੱਟ ਕੇ ਆਏ ਨੇ ਔਰ ਇਸ ਵੇਲੇ ਮੇਰੇ ਨਾਲ ਨੇ। ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਕਿ ਕਿਉਂ ਪਲੈਨ ਬਣਾਇਆ ਫਲਾਈਟ ਹਾਈਜੈਕ ਕਰਨ ਦਾ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 'ਤੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪੰਕਜ ਜੀ, ਅਤੇ ਤੁਸੀਂ ਮਤਲਬ ਕਿ ਨਾ ਸਾਰੇ ਹਾਲਾਤ ਤੋਂ ਸਾਨੂੰ ਮਤਲਬ ਕਿ ਆਮ ਆਡੀਅੰਸ ਜਿਹੜੀ ਹੈ
ਦੁਨੀਆ ਭਰ ਦੀ ਉਹਨਾਂ ਨੂੰ ਵਾਕਫ ਕਰਾਉਣ ਦੇ ਲਈ ਮਤਲਬ ਕਿ ਤੁਸੀਂ ਮਤਲਬ ਸਾਡੀ ਇੰਟਰਵਿਊ ਲੈਣ ਆਏ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਕੰਧਾਰ ਹਾਈਜੈਕ ਵੈਬ ਸੀਰੀਜ਼ ਬਣੀ ਹੈ, ਲੇਕਿਨ ਇਹ 1999 ਦੇ ਵਿੱਚ ਹਾਈਜੈਕ ਹੋਇਆ ਸੀ। ਹਾਂਜੀ, 1981 ਚ ਤੁਸੀਂ ਫਲਾਈਟ ਹਾਈਜੈਕ ਕਰਕੇ ਲਾਹੌਰ ਲੈ ਗਏ ਸੀਗੇ। ਜੀ ਜੀ ਹਾਂਜੀ। ਇਸ ਬਾਰੇ ਜਾਣਨਾ ਚਾਹਾਂਗੇ ਕਿਉਂਕਿ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਹੁੰਦੀ ਹੈ, ਤੁਸੀਂ ਦਲ ਖਾਲਸਾ ਦੇ ਨਾਲ ਜੁੜੇ ਹੋਏ ਸੀ ਉਸ ਵੇਲੇ, ਔਰ ਕਿਵੇਂ ਤੁਸੀਂ ਇਹ ਪੂਰਾ ਪਲਾਨ ਬਣਿਆ ਆ, ਔਰ ਤੁਹਾਡੇ ਪਲਾਨ ਦੇ ਵਿੱਚ ਕੌਣ ਕੌਣ ਸ਼ਾਮਲ ਸੀਗਾ, ਕਿਵੇਂ ਇਹ ਫਲਾਈਟ ਤੁਸੀਂ ਹਾਈਜੈਕ ਕੀਤੀ? ਇਸ ਤਰ੍ਹਾਂ ਹੈ ਪੰਕਜ ਜੀ, ਜਿਸ ਵੇਲੇ ਸਮਝੋ ਵੀ ਲਾਲਾ ਜਗਤ ਨਾਰਾਇਣ ਜੋ ਹਿੰਦ ਸਮਾਚਾਰ ਪੰਜਾਬ ਕੇਸੀ ਦਾ ਮਾਲਕ ਸੀ, ਉਹ ਜਿਹੜਾ ਹੈ ਗੁਰਬਚਨ ਸਿੰਘ ਜਿਹੜਾ ਨਿਰੰਕਾਰੀ ਮੁਖੀ ਸੀ, ਉਹਦੀ ਹਮੇਸ਼ਾ ਹੀ ਪਿੱਠ ਪੂਰਦਾ ਸੀ, ਉਹਦੀ ਹਮਾਇਤ ਕਰਦਾ ਸੀ, ਅਤੇ ਸਿੱਖ ਕੌਮ ਜਾਂ ਸਿੱਖ ਗੁਰੂ ਸਾਹਿਬਾਨ ਦੇ ਖਿਲਾਫ ਜਿਹੜਾ ਹੈ ਉਹ ਆਪਣੀਆਂ ਅਖਬਾਰਾਂ 'ਚ ਲਿਖਦਾ ਸੀ। ਸਾਰੀ ਕੌਮ ਵੱਲੋਂ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਵੀ, ਹੋਰ ਸਿੱਖ ਜਥੇਬੰਦੀਆਂ ਦੇ ਮੁਖੀਆਂ ਵੱਲੋਂ ਵੀ ਉਹਨੂੰ ਬਾਰ ਬਾਰ ਇਹ ਗੱਲ ਕਹੀ ਗਈ ਸੀ, ਤੂੰ ਆਪਣੀ ਜਿਹੜੀ ਹੈ ਰਾਈਟਿੰਗ ਦੇ ਵਿੱਚ ਸਿੱਖ ਗੁਰੂ ਸਾਹਿਬਾਨ ਜਾਂ ਨਕਲੀ ਨਿਰੰਕਾਰੀ ਜਿਹੜੇ ਸਿੱਖ ਵਿਰੋਧੀ ਨੇ ਉਹਨਾਂ ਦੀ ਮਦਦ ਕਰਨੀ ਬੰਦ ਕਰ ਦੇ, ਇਹ ਕੋਈ ਚੰਗੀ ਨਹੀਂ ਹੋਵੇਗੀ। ਪਰ ਉਹ ਹਮੇਸ਼ਾ ਹੀ ਮਤਲਬ ਕਿ ਸਿੱਖ ਕੌਮ ਵਿਰੋਧੀ, ਸਿੱਖ ਗੁਰੂ ਸਾਹਿਬਾਨ ਦੇ ਵਿਰੋਧੀ ਇਹ ਲਿਖਤਾਂ ਜਿਹੜੀਆਂ ਨਾ ਲਗਾਤਾਰ ਲਿਖਦਾ ਰਿਹਾ, ਅਤੇ ਕੁਦਰਤੀ ਗੱਲ ਹੈ ਸਿੱਖ ਕੌਮ ਦੇ ਵਿੱਚ ਇਹਦੇ ਪ੍ਰਤੀ ਬਹੁਤ ਹੀ ਨਾਰਾਜ਼ਗੀ ਅਤੇ ਗੁੱਸਾ ਸੀ। ਅਤੇ ਉਸ ਤੋਂ ਬਾਅਦ 9 ਸਤੰਬਰ 1981 ਨੂੰ ਲੋਡੇਵਾਲ ਚੌਂਕ ਦੇ ਕੋਲ ਲੁਧਿਆਣੇ ਦੋ ਸਿੰਘਾਂ ਨੇ, ਨਛੱਤਰ ਸਿੰਘ ਅਤੇ ਸਵਰਨ ਸਿੰਘ ਨੇ, ਜਿਹੜਾ ਹੈ ਉਹ ਗੱਡੀ 'ਤੇ ਜਾ ਰਿਹਾ ਸੀ ਜਗਤ ਨਾਰਾਇਣ, ਉਹਦਾ ਜਿਹੜਾ ਹੈ ਉਹ ਕਤਲ ਕਰ ਦਿੱਤਾ ਗਿਆ। ਜਿਸ ਵੇਲੇ ਉਹਦਾ ਕਤਲ ਹੋਇਆ ਅਤੇ ਉਹਦਾ ਜਿਹੜਾ ਹੈ ਮੌਕੇ ਦੇ ਉੱਤੇ ਨਛੱਤਰ ਸਿੰਘ ਦਾ ਫੜਿਆ ਗਿਆ, ਸਵਰਨ ਸਿੰਘ ਨੂੰ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਗਿਆ, ਅਤੇ ਇਹ ਝੂਠਾ ਜਿਹੜਾ ਹੈ ਕਤਲ ਦੀ ਸਾਜ਼ਿਸ਼ ਦਾ ਜਿਹੜਾ ਕੇਸ ਹੈ ਉਹਦਾ ਜਿਹੜਾ ਬੇਟਾ ਸੀ ਜਗਤ ਨਾਰਾਇਣ ਦਾ ਰਮੇਸ਼ ਚੰਦ, ਉਸ ਨੇ ਜਿਸ ਵੇਲੇ FIR ਲਿਖਾਈ ਆਪਣੇ ਬਾਪ ਦੀ ਕਤਲ ਦੀ, ਤਾਂ ਉਹਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਨਾਂ ਮਤਲਬ ਕਿ ਦਰਜ ਕਰਵਾ ਦਿੱਤਾ ਗਿਆ ਵੀ ਇਹਦੇ ਵਿੱਚ ਸਾਜ਼ਿਸ਼ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸ਼ਾਮਲ ਨੇ, ਅਤੇ ਇਹ ਬਿਲਕੁਲ ਝੂਠੀ ਮਤਲਬ ਕਿ ਸੀ, ਜਾਣ ਬੁੱਝ ਕੇ ਮਤਲਬ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕਤਲ ਕੇਸ ਵਿੱਚ ਫਸਾਇਆ ਜਾ ਰਿਹਾ ਸੀ। ਇਸੇ ਤਰ੍ਹਾਂ ਹੀ 11 ਸਤੰਬਰ ਨੂੰ ਹਰਿਆਣੇ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੇ ਨੇ ਆਪਣਾ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਗਏ ਹੋਏ ਸਨ, ਉੱਥੇ ਹਰਿਆਣਾ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਾਰੇ ਹੀ SP ਵਗੈਰਾ ਅਤੇ ਹੋਰ ਪੁਲਿਸ ਜਿਹੜੀ ਹੈ ਉਹਨਾਂ ਨੇ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਹੈ ਛਾਪਾ ਮਾਰਿਆ ਰਾਤ ਨੂੰ, ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਪਤਾ ਲੱਗ ਗਿਆ ਵੀ ਮੈਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਹੈ ਉਹ ਪੁਲਿਸ ਜਿਹੜੀ ਹੈ ਆ ਰਹੀ ਹੈ, ਅਤੇ ਉਹ ਫਿਰ ਰਾਤੋਂ ਰਾਤ ਕਿਸੇ ਤਰੀਕੇ ਦੇ ਨਾਲ ਕੋਈ ਕਨਵਿੰਸ ਦੇ ਵਿੱਚ ਉੱਥੋਂ ਜਿਹੜਾ ਚੰਦੂ ਕਲਾਂ ਤੋਂ ਆਪਣੇ ਜਿਹੜੇ ਹੈੱਡਕੁਆਟਰ ਚੌਕ ਮਹਿਤਾ ਦੇ ਵਿੱਚ ਰਾਤੋਂ ਰਾਤ ਪਹੁੰਚ ਗਏ। ਅਤੇ ਉਸ ਵੇਲੇ ਜਿਸ ਵੇਲੇ ਉਹ ਪਹੁੰਚ ਗਏ ਤਾਂ ਬਾਅਦ ਵਿੱਚ ਅਗਲੇ ਦਿਨ ਪੰਜਾਬ ਦਾ ਜਿਹੜਾ CM ਸੀ, ਚੀਫ ਮਿਨਿਸਟਰ ਸਰਦਾਰ ਦਰਬਾਰਾ ਸਿੰਘ, ਉਸ ਨੇ ਐਲਾਨ ਕੀਤਾ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਭਾਈ ਅਮਰੀਕ ਸਿੰਘ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰੀ ਦੇ ਦੇਣੀ ਚਾਹੀਦੀ ਹੈ, ਉਹਨਾਂ ਦੇ ਖਿਲਾਫ ਕੇਸ ਨੇ। ਅਤੇ ਇਸੇ ਤਰ੍ਹਾਂ ਮਤਲਬ ਕਿ ਕੇਸ ਤਾਂ ਵੈਸੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਖਿਲਾਫ ਸੀ, ਸੰਤ ਭਾਈ ਮਨਜੀਤ ਸਿੰਘ ਹੋਣੀ ਆਲ ਇੰਡੀਆ ਸਿੱਖ ਸੰਗਤ ਫੈਡਰੇਸ਼ਨ ਦੇ ਪ੍ਰਧਾਨ ਸਨ, ਉਹਨਾਂ ਦੇ ਨਾਲ ਸਨ, ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਇਸੇ ਤਰ੍ਹਾਂ ਹੀ ਜਿਹੜੇ ਨਾ ਇਸ 9-11 ਤਰੀਕ ਦੀ ਗੱਲ ਹੈ, ਅਤੇ 15-16 ਤਰੀਕ ਤੱਕ ਜਿਹੜੀ ਹੈ ਨਾ ਵਿਰੋਧ ਬਿਆਨ ਆ ਰਹੇ ਸਨ ਦਰਬਾਰਾ ਸਿੰਘ ਦੇ,
ਕਹਿੰਦਾ ਵੀ ਅਗਰ ਤੁਸੀਂ ਗ੍ਰਿਫਤਾਰੀ ਨਹੀਂ ਦਿਓਗੇ ਅਸੀਂ ਮਤਲਬ ਕਿ ਹਮਲਾ ਕਰਕੇ ਤੁਹਾਨੂੰ ਜ਼ਬਰਦਸਤੀ ਗ੍ਰਿਫਤਾਰ ਕਰ ਲਾਂਗੇ। ਪੰਜਾਬ ਦੇ ਵਿੱਚ ਸਿੱਖ ਕੌਮ ਦੇ ਵਿੱਚ ਬਹੁਤ ਹੀ ਗੁੱਸਾ, ਬਹੁਤ ਹੀ ਜਿਹੜਾ ਹੈ ਇੱਕ ਡਰ ਜਿਹਾ ਫੈਲਿਆ ਹੋਇਆ ਸੀ, ਕੌਮ ਦੇ ਵਿੱਚ ਇੱਕ ਅਹਿਸਾਸ ਪੈਦਾ ਹੋ ਰਿਹਾ ਸੀ ਵੀ ਸਰ ਜਰਨੈਲ ਸਿੰਘ ਭਿੰਡਰਾਲਿਆਂ ਨਾਲ ਪੰਜਾਬ ਸਰਕਾਰ ਜਿਹੜੀ ਹੈ ਧੱਕਾ ਕਰ ਰਹੀ ਹੈ ਕੇਂਦਰ ਦੀ ਜਿਹੜੀ ਹੈ ਪੁਸ਼ਤ ਬਣਾਈ ਦੇ ਨਾਲ, ਵੀ ਕੇਂਦਰ ਦੀ ਸਾਜਿਸ਼ ਦੇ ਨਾਲ। ਫਿਰ ਬਾਅਦ ਵਿੱਚ ਮੈਂ 15 ਜਾਂ 16 ਫਿਰ ਬਾਅਦ ਵਿੱਚ ਜਥੇਬੰਦੀ ਨੇ ਸਲਾਹ ਕੀਤੀ ਵੀ ਸਾਨੂੰ ਜਰਨੈਲ ਸਿੰਘ ਭਿੰਡਰਾਲਿਆਂ ਨੂੰ ਮਿਲਿਆ ਜਾਵੇ। ਫਿਰ ਮੈਂ ਕੁਛ ਸਾਥੀਆਂ ਦੇ ਨਾਲ ਰਾਤ ਨੂੰ ਅਸੀਂ 11 ਵਜੇ ਜਿਹੜਾ ਹੈ ਪੁਲਿਸ ਦਾ ਘੇਰਾ ਸੀ 5-6 ਦਿਨਾਂ ਤੋਂ, ਅਸੀਂ ਉਹਨਾਂ ਨਾਲ ਗੱਲ ਕਰਕੇ ਪੁਲਿਸ ਵਾਲਿਆਂ ਦੇ ਜਿਹੜੇ ਅਫਸਰ ਸਨ ਵੀ ਅਸੀਂ ਸੰਤਾਂ ਨੂੰ ਮਿਲਣਾ ਚਾਹੁੰਦੇ ਹਾਂ, ਅਸੀਂ ਜਾ ਕੇ ਰਾਤ ਨੂੰ 11-12 ਵਜੇ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੂੰ ਇੱਕ ਕਮਰੇ ਦੇ ਵਿੱਚ, ਭਾਈ ਅਮਰੀਕ ਸਿੰਘ ਵੀ ਬੈਠੇ ਸਨ ਮੰਜੀ ਦੇ ਉੱਤੇ, ਇੱਧਰ ਸੰਤ ਜਰਨੈਲ ਸਿੰਘ ਜੀ ਭਿੰਡਰਾਲੇ ਸਨ, ਸੱਜੇ ਪਾਸੇ ਭਾਈ ਅਮਰੀਕ ਸਿੰਘ ਜੀ ਸਨ, ਉਹਨਾਂ ਨਾਲ ਜਾ ਕੇ ਸਾਰੀ ਮੀਟਿੰਗ ਕੀਤੀ। ਮੀਟਿੰਗ ਕਰਕੇ ਮਤਲਬ ਗੱਲ ਕਹੀ ਵੀ ਸੰਤ ਜੀ ਅਸੀਂ ਉਹਨਾਂ ਨੂੰ ਮਤਲਬ ਕਿ ਇੱਕ ਭਰਾ ਵਾਂਗੂ ਸਮਝਦੇ ਹਾਂ, ਸਾਡੇ ਬੜੇ ਚੰਗੇ ਪਿਆਰ ਅਤੇ ਸਰਕਾਰ ਦੇ ਰਿਲੇਸ਼ਨ ਸਨ ਉਹਨਾਂ ਦੇ ਨਾਲ, ਅਸੀਂ ਕਈ ਐਕਸ਼ਨ ਜਿਹੜੇ ਨੇ ਕਈ ਮੁਜ਼ਾਹਰੇ ਕੀਤੇ ਨੇ, ਕਈ ਮਤਲਬ ਕਿ ਮਾਰਚ ਕੀਤੇ ਨੇ, ਇਕੱਠੇ ਵੀ ਕੀਤੇ ਨੇ। ਅਤੇ ਇਹ ਉਸ ਵੇਲੇ ਉਹਨੇ ਕਿਹਾ ਵੀ ਜਿਸ ਵੇਲੇ ਦਰਬਾਰਾ ਸਿੰਘ ਦਾ ਰੋਜ਼ ਬਿਆਨ ਆ ਰਿਹਾ ਵੀ ਅਸੀਂ ਤੁਹਾਨੂੰ ਜ਼ਬਰਦਸਤੀ ਗ੍ਰਿਫਤਾਰ ਕਰ ਲਾਂਗੇ, ਹਮਲਾ ਕਰ ਦਿਆਂਗੇ, ਅਤੇ ਇਸ ਵੇਲੇ ਚੌਕ ਮਹਿਤਾ ਦੇ ਮੁੱਠੀ ਭਰ ਸਿੰਘ ਨੇ, ਅਤੇ ਇਸ ਵੇਲੇ ਤੁਸੀਂ ਸਿੱਖ ਕੌਮ ਦੇ ਨੌਜਵਾਨਾਂ ਦੀ, ਸਿੱਖ ਕੌਮ ਦੀ ਇਸ ਵੇਲੇ ਜਜ਼ਬਾਤਾਂ ਦੀ ਤਰਜਮਾਨੀ ਕਰ ਰਹੇ ਹੋ, ਤੁਹਾਨੂੰ ਸਿੱਖ ਕੌਮ ਨੂੰ ਤੁਹਾਡੀ ਲੋੜ ਹੈ ਇਸ ਵੇਲੇ, ਅਤੇ ਇਹ ਟਕਰਾਓ ਠੀਕ ਨਹੀਂ ਹੈ, ਅਤੇ ਇਸ ਤਰ੍ਹਾਂ ਹੈ ਵੀ ਅਸੀਂ ਤੁਹਾਨੂੰ ਇੱਕ ਸੁਜੈਸ਼ਨ ਦਿੰਦੇ ਹਾਂ ਵੀ ਤੁਸੀਂ ਪੰਥਕ ਜਥੇਬੰਦੀਆਂ ਦੀ ਜਿਹੜੀ ਹੈ ਇਕੱਠ ਕਰੋ, ਉਹਦੇ ਵਿੱਚ ਵਿਚਾਰ ਕਰਕੇ ਗ੍ਰਿਫਤਾਰੀ ਜਿਹੜੀ ਹੈ ਦਿਓਗੇ, ਸਾਰੀ ਪੰਥਕ ਜਥੇਬੰਦੀਆਂ ਤੁਹਾਡੀ ਪਿੱਠ 'ਤੇ ਹੋਣਗੀਆਂ, ਵੀ ਤੁਹਾਡਾ ਜਿਹੜਾ ਨੁਕਸਾਨ ਨਹੀਂ ਹੋ ਸਕਦਾ। ਅਤੇ ਅਗਰ ਅਕਾਲ ਪੁਰਖ ਨੇ ਸਾਨੂੰ ਹਿੰਮਤ ਬਖਸ਼ੀ, ਅਸੀਂ ਵੀ ਕੋਈ ਨਾ ਕੋਈ ਜਿਹੜਾ ਉਪਰਾਲਾ ਕਰਾਂਗੇ ਤੁਹਾਡੀ ਰਿਹਾਈ ਦਾ। ਅਸੀਂ ਉਹਨਾਂ ਨਾਲ ਡਿਸਕਲੋਜ਼ ਕੋਈ ਨਹੀਂ ਕੀਤਾ ਸੀ, ਬਾਅਦ ਜਾ ਕੇ ਫਿਰ ਮਤਲਬ ਕਿ ਸੰਤ ਜੀ ਕਹਿਣ ਲੱਗੇ ਵੀ ਅਸੀਂ ਇਹਦੇ ਬਾਰੇ ਵਿਚਾਰ ਕਰਦੇ ਹਾਂ। ਉਹਨਾਂ ਨੇ ਮਤਲਬ ਕਿ ਸਮਝੋ ਵੀ 1-2 ਦਿਨ ਵਿਚਾਰ ਕੀਤਾ, ਅਤੇ ਅਗਲੇ ਦਿਨ ਉਹਨਾਂ ਦਾ 18 ਤਰੀਕ ਨੂੰ ਜਿਹੜਾ ਹੈ ਐਲਾਨ ਆ ਗਿਆ ਵੀ ਕਹਿਣ ਲੱਗੇ ਵੀ ਅਸੀਂ 20 ਸਤੰਬਰ 1981 ਨੂੰ ਚੌਕ ਮਹਿਤਾ ਦੇ ਵਿੱਚ ਸਾਰੀਆਂ ਸਿੱਖ ਕੌਮ ਦੀਆਂ ਪੰਥਕ ਜਥੇਬੰਦੀਆਂ, ਚਾਹੇ ਸ਼੍ਰੋਮਣੀ ਕਮੇਟੀ ਹੈ, ਸ਼੍ਰੋਮਣੀ ਅਕਾਲੀ ਦਲ ਹੈ, ਦਿੱਲੀ ਗੁਰਦੁਆਰਾ ਕਮੇਟੀ ਹੈ, ਅਤੇ ਜਿੰਨੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ, ਜਿਨ੍ਹਾਂ ਸੰਤ ਸਮਾਜ ਦੇ ਮੁਖੀ ਨੇ, ਸਾਰੀ ਸਿੱਖ ਕੌਮ ਦੇ ਜਥੇਬੰਦੀਆਂ ਦੇ ਮੁਖੀਆਂ ਨੂੰ ਸਾਰਿਆਂ ਨੂੰ ਇੱਕ ਸੱਦਾ ਦੇ ਦਿੱਤਾ, ਅਤੇ ਸਾਰੇ ਜਿਹੜੇ ਨੇ ਉਸ ਦਿਨ ਮਤਲਬ ਕਿ ਇਕੱਠ ਵਿੱਚ ਸ਼ਾਮਲ ਹੋਣ, ਅਤੇ ਉਸ ਦਿਨ ਮੈਂ ਵਪਾਰੀ ਬਾਰੇ ਵਿਚਾਰ ਕਰਾਂਗਾ ਅਤੇ ਨਾਲੇ ਦੱਸਾਂਗਾ ਸਾਰੇ ਹਾਲਾਤ ਬਾਰੇ। ਅਤੇ ਜਿਸ ਵੇਲੇ ਸਾਨੂੰ ਪਤਾ ਲੱਗਾ ਵੀ ਅਸੀਂ ਫਿਰ ਦਲ ਖਾਲਸਾ ਜੀ ਹਾਈਕਮਾਂਡ ਨੇ ਫੈਸਲਾ ਕੀਤਾ, ਉਹਦੇ ਵਿੱਚ ਦਲ ਖਾਲਸਾ ਦਾ ਸੀਨੀਅਰ ਲੀਡਰ, ਫਾਊਂਡਰ ਲੀਡਰ ਉਸ ਵੇਲੇ ਤਕਰੀਬਨ ਮੈਂ ਸੀ, ਗਜਿੰਦਰ ਸਿੰਘ ਨੂੰ ਅਸੀਂ ਜਿਹੜਾ ਹੈ 3 ਮਹੀਨੇ ਬਾਅਦ ਹਰਜਿੰਦਰ ਸਿੰਘ ਦਲਗੀਰ ਨੂੰ ਹਟਾ ਕੇ ਫਿਰ ਇਹਨਾਂ ਨੂੰ ਮਤਲਬ ਕਿ ਨਾ ਸੁਪਰੀਮ ਪੰਚਾਇਤ 'ਤੇ ਲਿਆ ਸੀ ਗਜਿੰਦਰ ਸਿੰਘ ਨੂੰ, ਅਤੇ ਨਾਲ ਜਸਵੰਤ ਸਿੰਘ ਠੇਕੇਦਾਰ ਸੀ, ਸਰਦਾਰ ਹਰਸਿਮਰਨ ਸਿੰਘ ਸੀ, ਇਹਨਾਂ ਨੇ ਅਸੀਂ ਫੈਸਲਾ ਕੀਤਾ ਵੀ ਜਿਹੜਾ ਨਾ ਉਹਨਾਂ ਦੀ ਰਿਹਾਈ ਲਈ ਅਗਰ ਕੋਈ ਅਸੀਂ ਪੰਜਾਬ ਦੇ ਵਿੱਚ ਐਕਸ਼ਨ ਕਰਦੇ ਹਾਂ, ਉੱਥੇ ਉਹਨਾਂ ਦੇ ਵਿੱਚ ਨਾ ਗ੍ਰਿਫਤਾਰੀ ਹੋ ਚੁੱਕੀ ਸੀ, ਗ੍ਰਿਫਤਾਰੀ ਜਿਹੜੀ ਹੈ ਨਹੀਂ ਹੋਈ ਸੀ, ਉਹਨਾਂ ਨੇ 20 ਤਰੀਕ ਨੂੰ ਗ੍ਰਿਫਤਾਰੀ ਦੇਣੀ ਸੀ, ਇਹ ਐਲਾਨ ਕਰ ਦਿੱਤਾ ਸੀ ਉਹਨਾਂ ਨੇ ਵੀ ਅਸੀਂ 20 ਤਰੀਕ ਨੂੰ ਗ੍ਰਿਫਤਾਰੀ ਦੇਵਾਂਗੇ, 19 ਮਤਲਬ ਉਹਨਾਂ ਦੀ ਖਬਰ ਆ ਚੁੱਕੀ ਸੀ 18 ਤਰੀਕ ਨੂੰ, ਅਸੀਂ ਫਿਰ ਮਤਲਬ ਕਹਿਤਾ ਵੀ ਉਹਨਾਂ ਨੇ ਗ੍ਰਿਫਤਾਰੀ ਦੇਣੀ ਹੈ। ਉੱਥੇ ਪੰਜਾਬ ਦੇ ਵਿੱਚ ਐਕਸ਼ਨ ਹੋਣੇ ਸ਼ੁਰੂ ਹੋ ਗਏ ਸਨ, ਅਤੇ ਬਾਅਦ ਵਿੱਚ ਮਤਲਬ ਕਿ ਨੌਜਵਾਨਾਂ ਦੇ ਵਿੱਚ ਸਾਰਾ ਕੁਛ ਹੋਇਆ ਸੀ, ਕਿਹਾ ਵੀ ਕੋਈ ਅਸੀਂ ਐਕਸ਼ਨ ਪੰਜਾਬ ਵਿੱਚ ਕਰਦੇ ਹਾਂ, ਸਰਕਾਰੀ ਮੀਡੀਆ ਹੈ ਸਾਰਾ,
ਦੂਰਦਰਸ਼ਨ ਵੀ ਸੀਗਾ ਉਸ ਵੇਲੇ, ਕੋਈ ਹੋਰ ਇਲੈਕਟ੍ਰਿਕ ਮੀਡੀਆ ਨਹੀਂ ਸੀਗਾ, ਨਾ ਮਤਲਬ ਕਿ ਰੇਡੀਓ ਸੀਗਾ, ਸਾਰੀ ਜਿਹੜੀ ਪੱਤਰਕਾਰੀ ਸੀ, ਅਖਬਾਰਾਂ ਸਨ, ਸਾਰੀਆਂ ਹੀ ਜਿਹੜੀਆਂ ਨੇ ਉਹ ਸਰਕਾਰ ਪੱਕੀ ਸਨ ਜਾਂ ਸਿੱਖ ਕੌਮ ਵਿਰੋਧੀ ਸਨ। ਠੀਕ ਹੈ, ਤੇ ਇਸ ਵਾਸਤੇ ਅਸੀਂ ਕਿਹਾ ਵੀ ਸਾਡੀ ਜਿਹੜੀ ਪ੍ਰੋਟੈਸਟ ਜਿਹੜਾ ਹੈ ਉਹ ਇੱਥੇ ਤੱਕ ਹੀ ਰਹਿ ਜਾਏਗਾ, ਤੇ ਇਹਨੂੰ ਹੋ ਸਕਦਾ ਵੀ ਨੈਗਟਿਵ ਲਿਆ ਜਾਵੇ, ਤੇ ਸਾਨੂੰ ਐਸਾ ਕੋਈ ਐਕਸ਼ਨ ਕਰਨਾ ਚਾਹੀਦਾ। ਉਹਦੇ 'ਚ ਫਿਰ ਪਲਾਨ ਬਣਾਇਆ ਗਿਆ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਐਕਸ਼ਨ ਕੀਤਾ ਜਾਣਾ ਚਾਹੀਦਾ। ਉਹਦੇ ਵਿੱਚ ਹੀ ਫਿਰ ਅਸੀਂ ਇੱਕ ਦਿਨ ਲਾ ਕੇ ਜਿਹੜੇ ਹੋਰ ਮੈਗਜ਼ੀਨ ਵਗੈਰਾ ਸਨ ਉਹਦੇ 'ਤੇ ਵਿਚਾਰ ਕਰਕੇ ਪੜ੍ਹ ਕੇ ਸਟੱਡੀ ਕਰਕੇ ਵੀ ਹਾਈਜੈਕਿੰਗ ਕੀਤੀ ਜਾਵੇ। ਉਹਦੇ ਪਾਰਟੀ ਦੀ ਸੁਪਰੀਮ ਪੰਚਾਇਤ ਨੇ ਫਿਰ ਇਹ ਫੈਸਲਾ ਕੀਤਾ ਵੀ ਹਾਈਜੈਕਿੰਗ ਕੀਤੀ ਜਾਵੇ, ਅਤੇ ਉਹਦੇ ਵਿੱਚ ਫਿਰ ਮੈਂ ਅਤੇ ਨਾਲ ਮੇਰੇ ਨਾਲ ਗਜਿੰਦਰ ਸਿੰਘ ਸੀ, ਅਸੀਂ ਫਿਰ ਦੋਵਾਂ ਨੇ ਫੈਸਲਾ ਕੀਤਾ ਵੀ ਇਹਨੂੰ ਮਤਲਬ ਕਿ ਨਾ ਜਹਾਜ਼ ਵਿੱਚ, ਅਸੀਂ ਦੋਵੇਂ ਜਣੇ ਪਹਿਲੇ ਕਦੇ ਨਹੀਂ ਚੜ੍ਹੇ ਸੀ, ਤੁਸੀਂ ਪਹਿਲਾਂ ਕਦੇ ਫਲਾਈਟ ਨਹੀਂ ਬੈਠੇ? ਫਲਾਈਟ ਨਹੀਂ ਬੈਠੇ ਸੀ, ਫਸਟ ਟਾਈਮ ਬਹਿਣਾ? ਹਾਂ, ਫਸਟ ਟਾਈਮ ਬਹਿਣਾ ਸੀਗਾ। ਅਸੀਂ ਕਿਹਾ ਵੀ ਦੋਵੇਂ ਗੱਲਾਂ ਜਿਹੜੀਆਂ ਨੇ ਹੋ ਜਾਣਗੀਆਂ, ਅਤੇ ਅਸੀਂ ਫਿਰ ਜਿਹੜਾ ਫੈਸਲਾ ਕੀਤਾ ਵੀ ਰਾਜਾ ਸਾਂਸੀ ਤੋਂ ਸ਼੍ਰੀਨਗਰ ਜਾਇਆ ਜਾਵੇ, ਵੀ ਅਗਰ ਫਰਜ਼ ਕਰੋ ਵੀ ਅਸੀਂ ਮਤਲਬ ਕਿ ਜਹਾਜ਼ ਅਗਵਾ ਕਰਨਾ ਹੈ ਤਾਂ ਸਾਨੂੰ ਪਤਾ ਹੋਣਾ ਚਾਹੀਦਾ, ਅਤੇ ਅਸੀਂ ਫਿਰ ਰਾਜਾ ਸਾਂਸੀ ਤੋਂ ਸ਼੍ਰੀਨਗਰ ਫਿਰ ਬਾਈ ਏਅਰ ਗਏ। ਮੈਂ ਦੇਖਣ ਗਏ ਕਿੱਥੇ ਦਰਵਾਜ਼ੇ ਨੇ, ਕਿੱਥੇ ਐਮਰਜੈਂਸੀ ਦਰਵਾਜ਼ਾ, ਕਿੰਨੇ ਲੋਕ ਬੈਠਦੇ, ਹਾਂਜੀ ਹਾਂਜੀ ਹਾਂਜੀ, ਪਾਇਲਟ ਕਿੱਥੇ ਬੈਠ, ਪਾਇਲਟ ਕਿੱਥੇ ਬਹਿੰਦਾ, ਕਰੂ ਮੈਂਬਰ ਕਿਤਨੇ ਹੁੰਦੇ ਨੇ, ਅਤੇ ਸਾਰਾ ਕੁਝ ਜਹਾਜ਼ ਦਾ ਸਰਵੇ ਕੀਤਾ ਵੀ ਜਹਾਜ਼ ਵਿੱਚ ਚੜ੍ਹਨ ਲੱਗਿਆਂ ਸਕਿਉਰਟੀ ਕਿਵੇਂ ਹੁੰਦੀ ਹੈ, ਕਿਵੇਂ ਤਲਾਸੀ ਲਈ ਜਾਂਦੀ ਹੈ, ਉਤਰਨ ਲੱਗਿਆਂ ਵੀ ਕਿਸ ਤਰ੍ਹਾਂ ਤਲਾਸੀ ਲਈ ਜਾਂਦੀ ਹੈ। ਫਿਰ ਅਸੀਂ ਕਿਹਾ ਸੀਗਾ ਦੁਬਾਰਾ ਫਿਰ ਮਤਲਬ ਕਿ ਉਧਰੋਂ ਫਿਰ ਜੇ ਅਸੀਂ ਗਏ ਸਾਰਾ ਕੁਝ, ਅਸੀਂ ਥੋੜ੍ਹਾ ਜਿੰਨਾ ਵੀ ਸੰਖੇਪ ਜਾਂ ਸਰਵੇ ਕਰ ਸਕਦੇ ਸਨ ਅਸੀਂ ਉਹ ਕੀਤਾ। ਕਿਤੇ ਪੜ੍ਹਿਆ ਵੀ ਦੇਖਿਆ ਵੀ ਕਿ ਕਿਵੇਂ ਹਾਈਜੈਕ ਹੁੰਦਾ? ਹਾਂਜੀ, ਅਸੀਂ ਮਤਲਬ ਕਿ ਪਹਿਲੇ ਸ੍ਰੀਲੰਕਾ ਵਾਲਿਆਂ ਨੇ ਕੀਤਾ ਸੀ, PLO ਵਾਲਿਆਂ ਨੇ ਕੀਤਾ ਸੀ, ਪਲਸਤੀਨ ਲਿਬਰੇਸ਼ਨ ਆਰਗਨਾਈਜੇਸ਼ਨ ਵਾਲਿਆਂ ਨੇ, ਉਹਨਾਂ ਨੇ ਦੋ ਤਿੰਨ ਉਹਨਾਂ ਨੇ ਵੀ ਕੀਤੇ ਸਨ, ਅਤੇ ਉਹਨਾਂ ਕੋਲ ਸਮਝੋ ਉਹ ਐਕਸਪਰਟ ਸਨ, ਉਹ ਜਿਹੜੇ ਨੇ ਪੂਰੇ ਟੈਰਰਿਸਟ ਸਨ, ਉਹਨਾਂ ਕੋਲ ਹਥਿਆਰ ਵੀ ਹੁੰਦੇ ਸਨ, ਪਰ ਅਸੀਂ ਤਾਂ ਮਤਲਬ ਕਿ ਨਾ ਜਜ਼ਬਾਤੀ, ਪਹਿਲੀ ਵਾਰੀ ਹਾਈਜੈਕ ਹੋ ਰਹੀ ਸੀਗੀ, ਅਤੇ ਅਸੀਂ ਤਾਂ ਜਜ਼ਬਾਤੀ ਸਾਂ, ਅਤੇ ਸਾਡੇ ਕੋਲ ਤਾਂ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਸ੍ਰੀ ਸਾਹਿਬ ਸੀ, ਮਤਲਬ ਕਿ ਛੋਟੀ ਕਿਰਪਾਨ ਸੀ, ਅਤੇ ਬਾਕੀ ਜਿਹੜਾ ਹੈ ਉਹ ਅਸੀਂ ਮਤਲਬ ਕਿ ਜਿਹੜਾ ਕਿ ਸ਼ੋਅ ਕਰਨ ਵਾਸਤੇ ਜਿਹੜਾ ਥੈਲੇ ਦੇ ਵਿੱਚ। ਤੁਸੀਂ ਪਹਿਲੀ ਵਾਰ ਜਦੋਂ ਬੈਠੇ? ਹਾਂਜੀ ਹਾਂਜੀ ਹਾਂਜੀ। ਉਦੋਂ ਤੁਸੀਂ ਦਿੱਲੀ ਤੋਂ ਸ਼੍ਰੀਨਗਰ ਗਏ? ਨਹੀਂ, ਅਸੀਂ ਅੰਮ੍ਰਿਤਸਰ ਤੋਂ ਸ਼੍ਰੀਨਗਰ ਗਏ। ਅੰਮ੍ਰਿਤਸਰ ਤੋਂ ਸ਼੍ਰੀਨਗਰ ਗਏ? ਹਾਂਜੀ ਹਾਂਜੀ ਹਾਂਜੀ। ਤੁਸੀਂ ਦੋ ਜਣੇ ਗਏ? ਦੋ ਜਣੇ ਗਏ, ਤੇ ਉਹ ਸਾਰਾ ਦੇਖਿਆ, ਫਿਰ ਵਾਪਸ ਆਏ? ਫਿਰ ਜਿਹੜਾ ਹੈ ਸਾਡੇ ਕੋਲ ਕਰਿਆ ਮੌਕੇ ਆ, ਫਿਰ ਮੈਂ ਗੱਲ, ਹਾਂ ਫਿਰ ਮੈਂ ਗੱਲ, ਇੱਕ ਪਾਸੇ ਦਾ ਕਰਾਇਆ ਸੀ, ਇੱਕ ਮੁੱਕ ਗਿਆ ਮਤਲਬ ਕਿ ਇਹ ਹੈ ਵੀ ਘਟ ਗਿਆ। ਫਿਰ ਮੈਂ ਗੱਲ ਕਹੀ ਹੈ ਗਜਿੰਦਰ ਸਿੰਘ ਨੂੰ ਵੀ, ਮੈਂ ਕਿਹਾ ਤੂੰ ਇਸ ਤਰ੍ਹਾਂ ਕਰ, ਤੂੰ ਮਤਲਬ ਕਿ ਬਾਈ ਏਅਰ ਚਲਾ ਜਾ, ਮੈਂ ਬਾਈ ਬੱਸ ਜਾਂ ਬਾਈ ਟ੍ਰੇਨ ਆ ਜਾਵਾਂਗਾ। ਫਿਰ ਇਸ ਤਰ੍ਹਾਂ ਹੀ ਕੀਤਾ, ਤੇ ਉੱਥੇ ਫਿਰ ਉਹਨੂੰ ਕਿਹਾ ਵੀ ਤੂੰ ਇਸ ਤਰ੍ਹਾਂ ਗੱਲ ਕਰ, ਅਸੀਂ ਹੁਣ ਗਜਿੰਦਰ ਹੋਰੀ ਵਾਪਸ ਬਾਈ ਏਅਰ ਆਏ, ਤੁਸੀਂ ਬੱਸ 'ਚ ਆ ਗਏ ਬਾਈ, ਹਾਂ ਮਤਲਬ ਕਿ ਸ਼੍ਰੀਨਗਰ ਤੋਂ ਬਾਈ ਬੱਸ ਜਿਹੜਾ ਹੈ ਜੰਮੂ ਆਇਆ, ਜੰਮੂ ਤੋਂ ਬਾਈ ਟ੍ਰੇਨ ਜਿਹੜਾ ਹੈ ਮੈਂ ਅੰਮ੍ਰਿਤਸਰ ਆਇਆ, ਦੋ ਦਿਨ ਮੈਨੂੰ ਲੱਗ ਗਏ ਫਿਰ। ਠੀਕ ਹੈ, ਉਹ ਇਸ ਵਾਸਤੇ ਸੀ ਉਹ ਬਾਈ ਏਅਰ ਇਸ ਵਾਸਤੇ ਭੇਜਿਆ ਸੀ ਵੀ ਅਸੀਂ ਚੜ੍ਹਨ ਲੱਗੇ ਰਾਜਸਥਾਨ ਸੀ, ਉਦੋਂ ਦੇਖਿਆ ਵੀ ਮਤਲਬ ਕਿਸ ਤਰ੍ਹਾਂ ਸਕਿਉਰਟੀ ਆ, ਹੁਣ ਤੂੰ ਚੜ੍ਹਨ ਲੱਗਿਆ ਦੇਖੀ ਸ਼੍ਰੀਨਗਰ ਤੋਂ ਚੜ੍ਹਨ ਲੱਗਿਆ ਕਿਸ ਤਰ੍ਹਾਂ ਸਕਿਉਰਟੀ ਆ, ਵੀ ਅਸੀਂ ਰਾਜਸਥਾਨ ਸੀ ਉਹ ਕਰ ਸਕਦੇ ਹਾਂ ਕਿ ਸ਼੍ਰੀਨਗਰ ਤੋਂ ਅਸੀਂ ਆ ਕੇ ਉੱਥੇ ਇੱਥੋਂ ਕਰ ਸਕਦੇ ਹਾਂ, ਉਹ ਫਿਰ ਇਹਦਾ ਮਤਲਬ ਇਹੀ ਸੀ। ਅਤੇ ਅਸੀਂ ਫਿਰ ਬਾਅਦ ਵਿੱਚ ਆ ਕੇ ਇੱਥੇ ਫਿਰ ਮੀਟਿੰਗ ਕੀਤੀ ਹਾਈਕਮਾਂਡ ਨੇ, ਸੁਪਰੀਮ ਪੰਚਾਇਤ ਨੇ, ਵੀ ਹੁਣ ਜਿਹੜਾ ਹੈ ਇੱਕ ਸਿੰਘ ਜਿਹੜਾ ਹੈ ਫਿਰ ਹੁਣ ਦਿੱਲੀ ਜਾਵੇ, ਇੱਕ ਸਿੰਘ ਫਿਰ ਦਿੱਲੀ ਗਿਆ, ਬਾਈ ਏਅਰ ਗਿਆ,
ਬਾਹਰ ਗਿਆ ਤੁਹਾਡੇ ਦੋਵਾਂ ਤੋਂ ਇਲਾਵਾ, ਦੋਵਾਂ ਤੋਂ ਇਲਾਵਾ ਉਹਦਾ ਨਾਮ ਹਰਸਿਮਰਨ ਸਿੰਘ ਸੀ, ਹਰਸਿਮਰਨ ਜਿਹੜਾ ਉਹ ਬਾਹਰ ਗਿਆ, ਬਾਹਰ ਗਿਆ ਉੱਥੋਂ ਫਿਰ ਉਹਨੇ ਦਿੱਲੀਓਂ ਚੜ੍ਹਨ ਲੱਗਿਆ, ਦੇਖਿਆ ਵੀ ਕਿਸ ਤਰ੍ਹਾਂ ਦੀ ਸਕਿਉਰਟੀ ਹੈ ਕਿਵੇਂ ਹੈ, ਉਹ ਫਿਰ ਮੈਂ ਲੈ ਕੇ ਸਮਝੋ ਵੀ ਆਇਆ, ਉਹਨੇ ਦੱਸਿਆ ਵੀ ਗੱਲ ਹੈ ਵੀ ਦਿੱਲੀਓਂ ਚੜ੍ਹਨ ਲੱਗਿਆ ਸੋਨੇ ਜੀ ਸੌਖ ਹੈ, ਅਤੇ ਤੁਸੀਂ ਮਤਲਬ ਕਿ ਨਾ ਪ੍ਰੋਗਰਾਮ ਅਸੀਂ ਬਣਾਈਏ ਵੀ ਦਿੱਲੀਓਂ ਜਿਹੜਾ ਹਾਈਜੈਕ ਕੀਤਾ ਜਾਣਾ ਚਾਹੀਦਾ, ਉਹ ਫਿਰ ਅਸੀਂ ਮਤਲਬ ਪਲਾਨ ਬਣਾਇਆ ਵੀ ਰਾਧਾ ਸਾਂਸੀ ਤੋਂ ਨਹੀਂ, ਸ੍ਰੀਨਗਰ ਤੋਂ ਨਹੀਂ, ਦਿੱਲੀਓਂ ਜਿਹੜਾ ਪ੍ਰੋਗਰਾਮ ਬਣਾਇਆ ਜਾਣਾ ਚਾਹੀਦਾ, ਫਿਰ ਡਿਸਾਈਡ ਹੋਇਆ ਵੀ ਜਿਹੜੇ ਕਿੰਨੇ ਬੰਦੇ ਜਿਹੜੇ ਜਾਣੇ ਚਾਹੀਦੇ ਨੇ, ਫਿਰ ਉਹਦੇ 'ਚ ਮੈਂ ਹੋਇਆ ਸੁਪਰੀਮ ਜਿਹੜਾ ਦਲ ਖਾਲਸਾ ਦੀ ਫਾਊਂਡਰ ਲੀਡਰ ਸੀਗਾ, ਮੈਂ ਕਿਸਮ ਦਾ ਫਾਊਂਡਰਾਂ 'ਚੋਂ ਵਨ, ਮੇਰੇ ਨਾਲ ਗਜਿੰਦਰ ਸਿੰਘ ਸੀਗਾ, ਅਸੀਂ ਦੋਵਾਂ ਦੀ ਗਵਾਹੀ ਥੱਲੇ, ਤਿੰਨ ਹੋਰ ਸਿੰਘ ਸਨ ਸਾਡੇ ਨਾਲ, ਸਰਦਾਰ ਕਰਨ ਸਿੰਘ ਜੀ ਜੰਮੂ ਵਾਲੇ, ਸਰਦਾਰ ਸਮਝੋ ਵੀ ਤਜਿੰਦਰਪਾਲ ਸਿੰਘ ਜੀ ਜਲੰਧਰ ਤੋਂ, ਸਰਦਾਰ ਜਸਵੀਰ ਸਿੰਘ ਜੀ ਤੇਪਲੇ ਤੋਂ ਅੰਬਾਲੇ ਤੋਂ। ਇਹ ਤੁਸੀਂ ਪੰਜੇ ਕਿਵੇਂ ਇਕੱਠੇ ਹੋਏ? ਇਹ ਸਾਰੇ ਜਿਹੜੇ ਅਸੀਂ ਤਿੰਨ ਜਿਹੜੇ ਨੇ ਇਹ ਦਲ ਖਾਲਸਾ ਨਾਲ ਸੰਬੰਧਿਤ ਸਨ। ਠੀਕ ਹੈ। ਅਤੇ ਇਹ ਅਸੀਂ ਫੈਸਲਾ ਕੀਤਾ ਇਸ ਤਰ੍ਹਾਂ ਸੀ ਵੀ ਸਮਝੋ ਵੀ ਉਹ ਤਜਿੰਦਰਪਾਲ ਸਿੰਘ ਜਜ਼ਬਾਤੀ ਸੀ, ਕਰਨ ਸਿੰਘ ਸੀ ਜੰਮੂ ਤੋਂ, ਇਹ ਥੋੜ੍ਹਾ ਜਿਹਾ ਉਰਦੂ ਜਾਣਦਾ ਸੀ, ਉੱਥੇ ਮਤਲਬ ਕਿ ਉਰਦੂ ਪੜ੍ਹਦਾ ਸੀਗਾ, ਅਤੇ ਜਸਵੀਰ ਸਿੰਘ ਫੌਜੀ ਸੀ। ਅਸੀਂ ਮਤਲਬ ਕਿ ਇਹ ਗੱਲ ਕਹੀਏ ਵੀ ਮਤਲਬ ਕਿ ਤਿੰਨ ਉਹਨਾਂ ਨੂੰ ਲੈ ਜਾਈਏ ਨਾਲ, ਤਾਂ ਕਿ ਮਤਲਬ ਥੋੜ੍ਹਾ ਜਿਹਾ ਫੌਜੀ ਵੀ ਹੈਗਾ ਅਤੇ ਉਰਦੂ ਪੜ੍ਹਨ ਵਾਲਾ ਵੀ ਹੈਗਾ, ਤਾਂ ਸਾਨੂੰ ਲੋੜ ਪੈ ਸਕਦੀ ਹੈ। ਅਤੇ ਇਹ ਫਿਰ ਅਸੀਂ ਪੰਜ ਬੰਦੇ ਜਿਹੜੇ ਨੇ, ਦੋ ਬੰਦੇ ਅਸੀਂ ਹਰਸਿਮਰਨ ਸਿੰਘ ਦੇ ਨਾਲ ਦਿੱਲੀ ਗਏ, ਤਿੰਨ ਬੰਦੇ ਫਿਰ ਗਜਿੰਦਰ ਸਿੰਘ, ਕਰਨ ਸਿੰਘ ਅਤੇ ਜਸਵੀਰ ਸਿੰਘ ਜਿਹੜੇ ਨੇ ਉਹ ਵੱਖਰੇ ਫਿਰ ਦਿੱਲੀ ਗਏ। ਉੱਥੇ ਅਸੀਂ ਫਿਰ ਪਹਿਲੇ ਮੋਹਾਲੀ 'ਚ ਬੈਠ ਕੇ ਜਿਹੜਾ ਹੈ ਪਲਾਨਿੰਗ ਬਣਾਈ ਕਿਵੇਂ ਕਿਵੇਂ ਮਤਲਬ ਕਿ ਹਾਈਜੈਕਿੰਗ ਕਿਵੇਂ ਕਰਨੀ ਹੈ, ਉਹਦੇ 'ਚ ਪਲਾਨ ਬਣਾਇਆ ਵੀ ਜਿਸ ਵੇਲੇ ਬਲਕਿ ਸਮਝੋ ਵੀ ਦੋ ਜਣੇ ਪਹਿਲੇ ਵੱਖਰੇ ਜਿਹੜੇ ਨੇ ਅਸੀਂ ਟਿਕਟ ਜਿਹੜੀ ਲੈਣੀ ਹੈ ਏਅਰਪੋਰਟ ਦੇ ਉੱਤੇ, ਪਾਲਮ ਏਅਰਪੋਰਟ ਦੇ, ਉਹ ਵੱਖ ਵੱਖ ਜਾ ਕੇ ਲੈਣੀ ਹੈ, ਇਕੱਠਿਆਂ ਨਹੀਂ ਜਾਣਾ, ਅਤੇ ਵੱਖ ਵੱਖ ਹੀ ਏਅਰਪੋਰਟ 'ਤੇ ਬਹਿਣਾ। ਅਸੀਂ ਵੱਖ ਵੱਖ ਹੀ ਬੈਠੇ ਉੱਥੇ ਜਾ ਕੇ ਏਅਰਪੋਰਟ ਦੇ ਉੱਤੇ, ਕਿਸੇ ਨੇ ਆਪਸ 'ਚ ਕੋਈ ਗੱਲ ਨਹੀਂ ਕਰਨੀ, ਉਹ ਅਸੀਂ ਫਿਰ ਆਪਸ 'ਚ ਕਿਸੇ ਨੇ ਗੱਲ ਨਹੀਂ ਕੀਤੀ, ਵੱਖਰੀ ਵੱਖਰੀ ਟਿਕਟ ਲਈ ਅਤੇ ਵੱਖਰੇ ਵੱਖਰੇ ਬੈਠੇ ਰਹੇ। ਅਤੇ ਉਹ ਫਿਰ ਜਾ ਕੇ ਪ੍ਰੋਗਰਾਮ ਸੀ ਵੀ ਜਿਸ ਵੇਲੇ ਅਸੀਂ ਮਤਲਬ ਕਿ ਲੰਘ ਜਾਂਗੇ, ਇਹ ਮਤਲਬ ਕਿ ਸਮਝੋ ਵੀ ਏਅਰਪੋਰਟ ਵਾਲੇ ਏਅਰਪੋਰਟ ਤੋਂ ਕਲੀਅਰ ਹੋ ਜਾਂਗੇ, ਜਹਾਜ਼ ਵਿੱਚ ਬਹਿ ਜਾਂਗੇ, ਫਿਰ ਜਿਹੜਾ ਹੈ ਗਜਿੰਦਰ ਸਿੰਘ ਜਿਹੜਾ ਹੈ, ਸੀਟ ਨੰਬਰ ਵੱਖੋ ਵੱਖ ਸੀ, ਵੱਖ ਵੱਖ ਕੋਈ ਪਿੱਛੇ, ਉਹਨਾਂ ਦੋਵਾਂ ਦਾ ਨੇੜੇ ਸੀ, ਗਜਿੰਦਰ ਸਿੰਘ ਦਾ ਅਤੇ ਜਸਵੀਰ ਸਿੰਘ ਦਾ। ਠੀਕ ਹੈ। ਗਜਿੰਦਰ ਸਿੰਘ ਨੇ ਉੱਠਣਾ ਸੀ, ਸਮਝੋ ਵੀ ਜਿਸ ਵੇਲੇ ਸਮਝੋ 10 ਮਿੰਟ 8 ਮਿੰਟ ਹੋ ਜਾਣਗੇ ਫਲਾਈਟ ਨੂੰ, ਹਾਂਜੀ ਹਾਂਜੀ, ਅਤੇ ਉਹ ਫਿਰ ਉੱਠੇਗਾ, ਸਮਝੋ ਵੀ 5-7-8-10 ਸੀਟਾਂ ਤੋਂ ਪਿੱਛੇ ਦੇ ਬੈਠਾ ਸੀ, ਉੱਠੇਗਾ ਅਤੇ ਉਹ ਜਾਏਗਾ ਬਾਥਰੂਮ, ਕੋਕਪਿਟ ਦੇ ਨਾਲ ਹੀ ਬਾਥਰੂਮ ਸੀਗਾ। ਠੀਕ ਹੈ। ਉਹ ਜਾਏਗਾ ਜਿਵੇਂ ਮੈਂ ਬਾਥਰੂਮ ਗਿਆ, ਦੂਜਾ ਬੰਦਾ ਉੱਠੇਗਾ ਵੀ ਮੈਂ ਵੀ ਬਾਥਰੂਮ ਜਾਣਾ, ਉਹ ਜਾ ਕੇ ਬਾਹਰ ਖਲੋ ਜਾਏਗਾ, 1 ਮਿੰਟ ਦਾ ਹੁੰਦਾ। ਅਸੀਂ ਜਦ ਗਏ ਸੀ ਨਾ ਸ੍ਰੀਨਗਰ, ਤਾਂ ਉਸ ਲਈ ਵੇਖਿਆ ਸੀ ਵੀ ਏਅਰ ਹੋਸਟਲ ਕਿੰਨੇ ਮਿੰਟ ਬਾਅਦ ਚਾਹ ਦੇਣ ਲਈ ਜਾਂਦੀ ਹੈ ਕੋਕਪਿਟ ਦੇ ਵਿੱਚ, ਅਸੀਂ ਹਾਂ ਪਾਇਲਟ ਨੂੰ, ਅਸੀਂ ਤਾਂ ਕੋਕਪਿਟ ਖੋਲ੍ਹ ਨਹੀਂ ਸਕਦੇ ਸੀ, ਉਹਦਾ ਆਟੋਮੈਟਿਕ ਲਾਕ ਹੁੰਦਾ। ਉਹਨੇ ਜਦ ਉਹ ਮਤਲਬ ਕਿ ਸਮਝੋ ਅਸੀਂ ਟਾਈਮਿੰਗ ਜਿਹੜੀ ਸੈੱਟ ਕੀਤਾ, ਉਹ 8-10 ਮਿੰਟ ਬਾਅਦ ਉਹ ਜਾਂਦੀ ਸੀ ਚਾਹ ਦੇਣ, ਇੰਨੇ 'ਚ ਉਹ ਖਲੋਤਾ ਸੀ ਬਾਹਰ ਸਾਡਾ ਜਸਵੀਰ ਸਿੰਘ, ਅਤੇ ਉਹ ਅੰਦਰ ਸੀ। ਜਿਸ ਵੇਲੇ ਉਹ ਚਾਹ ਦੇ ਕੇ ਬਾਹਰ ਨਿਕਲਣ ਲੱਗੀ ਏਅਰ ਹੋਸਟਿਸ, ਦਰਵਾਜ਼ਾ ਖੁੱਲ੍ਹਿਆ, ਤਾਂ ਉਸ ਜਸਵੀਰ ਸਿੰਘ ਨੇ ਇੱਕ ਹੱਥ ਜਿਹੜਾ ਹੈ ਉਹ ਏਅਰ ਹੋਸਟ ਨੂੰ ਧੱਕਾ ਮਾਰਿਆ, ਇੱਕ ਹੱਥ ਜਿਹੜਾ ਹੈ ਉਹ ਦਰਵਾਜ਼ੇ ਦੇ ਉੱਤੇ ਰੱਖ ਲਿਆ, ਤਾਂ ਕਿ ਆਟੋਮੈਟਿਕ ਉਹ ਦਰਵਾਜ਼ਾ ਬੰਦ ਨਾ ਹੋਵੇ। ਇੰਨੇ 'ਚ ਉਹਨੇ ਆ ਜਾਣਾ ਸੀ ਬਾਹਰ ਗਜਿੰਦਰ ਸਿੰਘ ਨੇ, ਜਿਹੜਾ ਬਾਥਰੂਮ 'ਚ ਬਾਥਰੂਮ ਸੀ, ਉਹਨੇ ਜੀ ਬੰਦ ਕੇ
ਉਹ ਇੱਕ ਇੱਕ ਦੋ ਮਿੰਟ ਦਾ ਹੀ ਕੰਮ ਹੁੰਦਾ ਸੀਗਾ ਅਤੇ ਉਸ ਵੇਲੇ ਫਿਰ ਦੋਵਾਂ ਜਣੇ ਜਿਹੜੇ ਨੇ ਅੰਦਰ ਵੜ ਗਏ। ਕੌਣ ਕੌਣ ਅੰਦਰ ਗਿਆ ਪਾਇਲਟ ਵਾਲੇ ਪਾਸੇ? ਜਸਵੀਰ ਸਿੰਘ ਅਤੇ ਗਜਿੰਦਰ ਸਿੰਘ। ਜਸਵੀਰ ਅਤੇ ਗਜਿੰਦਰ? ਗਜਿੰਦਰ ਸਿੰਘ, ਠੀਕ ਹੈ ਜੀ। ਤੁਸੀਂ ਕਿੱਥੇ ਸੀ? ਮੈਂ ਮਤਲਬ ਕਿ ਆਪਣੀ ਸੀਟ 'ਤੇ ਸੀ, ਠੀਕ ਹੈ। ਅਤੇ ਉਹ ਮੇਰਾ ਫਿਰ ਫੰਕਸ਼ਨ ਜਿਹੜਾ ਜਿਸ ਲਈ ਇਹਨਾਂ ਨੇ ਅੰਦਰ ਵੜਨਾ, ਫਿਰ ਮੇਰਾ ਫੰਕਸ਼ਨ ਸ਼ੁਰੂ ਹੋਣਾ ਪਲਾਨਿੰਗ ਦੇ ਤਹਿਤ। ਇਹਨਾਂ ਨੇ ਜਾ ਕੇ ਦੋਵਾਂ ਦੇ ਗਰਦਨ ਦੇ ਉੱਤੇ ਕਿਰਪਾਨਾ ਰੱਖ ਦਿੱਤੇ। ਉਹਨੇ ਕਿਹਾ ਭਾਈ ਜੋ ਕਿ ਗਜਿੰਦਰ ਸਿੰਘ ਨੇ ਜਿਸ ਵੇਲੇ ਲੈਂਡ ਕਰ ਗਿਆ ਉਸ ਤੋਂ ਬਾਅਦ ਮੈਨੂੰ ਦੱਸਿਆ ਵੀ ਇਹ ਅਸੀਂ ਜਾ ਕੇ ਕੀ ਕੀਤਾ। ਉਹਨਾਂ ਨੇ ਉਹਨਾਂ ਦੀ ਇਹ ਗੱਲ ਹੋਈ ਬਈ ਕਹਿੰਦੇ ਕਿ ਦੋਵਾਂ ਦੇ ਪਾਇਲਟ ਕੋ ਪਾਇਲਟ ਦੋਵਾਂ ਦੇ ਵੱਖ ਕਿਰਪਾਨਾ ਰੱਖਤੀਆਂ ਵੀ ਇਹ ਸ੍ਰੀ ਨਗਰ ਸਿੰਘ ਸਾਹਿਬ ਨੇ ਵੀ ਤੁਸੀਂ ਜਾ ਕੇ ਹੁਣ ਮਤ ਕੇ ਇਸ ਨੂੰ ਲਾਹੌਰ ਲੈ ਜਾਓ। ਉਹਨੇ ਨਾ ਨੁੱਕਰ ਕੀਤੀ ਵੀ ਮੈਂ ਨਹੀਂ ਜਾਣਾ। ਉਹਨੇ ਕਿਹਾ ਵੀ ਗੱਲ ਹੈ ਵੀ ਅਸੀਂ ਤਾਂ ਸਾਡੇ ਜਰਨੈਲ ਸਿੰਘ ਭਿੰਡਰਾਂ ਨੂੰ ਰਿਹਾਅ ਕਰਵਾਉਣ ਵਾਸਤੇ ਤੁਰੇ ਹਾਂ ਤਲੀ ਅਤੇ ਸਿਰ ਰੱਖ ਕੇ ਅਤੇ ਤੈਨੂੰ ਤਾਂ ਜਾਣਾ ਪੈਣਾ। ਹੁਣ ਦੇਖ ਲੈ ਵੀ ਤੂੰ ਕੀ ਕਰਨਾ ਚਾਹੁੰਦਾ। ਅਸੀਂ ਮਤਲਬ ਕਿ ਕਿਸਮ ਦਾ ਅਸੀਂ ਚਾਹੁੰਦੇ ਵੀ ਤੇਰਾ ਜਾਨੀ ਨੁਕਸਾਨ ਹੋਵੇ ਅਤੇ ਤੇਰਾ ਜਾਨੀ ਨੁਕਸਾਨ ਹੋਣ ਦੇ ਨਾਲ ਅਸੀਂ ਤਾਂ ਮਤਲਬ ਕਿ ਸ਼ਹੀਦ ਹੋਣ ਨੂੰ ਮਤਲਬ ਕਿ ਮਰਨ ਨੂੰ ਤੁਰੇ ਹੀ ਹਾਂ ਅਤੇ ਸਾਰੀਆਂ ਹਾਂਜੀ ਗਰਦਨ ਤੇ ਉਹ ਮਤਲਬ ਕਿ ਅਸੀਂ ਤਾਂ ਮਾਰੇ ਜਾਵਾਂਗੇ ਸਵਾਰੀਆਂ ਦਾ ਵੀ ਨੁਕਸਾਨ ਹੋ ਸਕਦਾ। ਜਾ ਕੇ 111 ਦੇ ਗਈ 111 ਹਾਂਜੀ 111 ਸਵਾਰੀਆਂ ਸਨ ਅਤੇ ਫਲਾਈਟ ਕਿਹੜੀ ਸੀ? ਫਲਾਈਟ 373 ਸੀ ਜੀ। 373 ਅਤੇ ਉਹ ਫਿਰ ਜਿਸ ਵੇਲੇ ਆਪਣਾ ਏਅਰ ਇੰਡੀਆ ਦੀ ਸੀ, ਇੰਡੀਅਨ ਏਅਰਲਾਈਨ ਦੀ ਸੀ। ਅਸੀਂ 11:30 ਵਜੇ ਕੋਲ ਅਸੀਂ ਦਿੱਲੀਓਂ ਤੁਰੇ ਹਾਂ ਦੁਪਹਿਰ ਵੇਲੇ ਅਤੇ ਇੱਕ ਕਿਸਮ ਦਾ 1.5 ਘੰਟੇ 'ਚ ਅਸੀਂ 12:15-12:30 ਸੀ ਜਿਸ ਵੇਲੇ ਫਿਰ ਮੈਂ ਉੱਥੇ ਆਊਂਗਾ ਇੱਕ ਵਾਰ ਜਦੋਂ ਸ੍ਰੀ ਸਾਹਿਬ ਗਰਦਨ ਤੇ ਪਾਇਲਟ ਰੱਖ ਦਿੱਤੀ ਰੱਖੀ ਹਾਂਜੀ। ਉਹਨੇ ਕਿਹਾ ਕਿਵੇਂ ਲਾਹੌਰ ਤੋਂ ਕੋਈ ਕਮਾਂਡ ਆ ਰਹੀ ਸੀਗੀ, ਲਾਹੌਰ ਕੋਈ ਟੱਚ ਵਿੱਚ ਸੀ ਤੁਹਾਡੇ ਨਾਲ, ਲਾਹੌਰ ਜਾਣ ਦਾ ਪਲਾਨ ਤੁਸੀਂ ਕਿਵੇਂ ਬਣਾਇਆ ਕਿ ਲਾਹੌਰ ਫਲਾਈਟ ਹਾਈਜੈਕ ਕਰਕੇ ਲੈ ਕੇ ਜਾਣਾ? ਅਸੀਂ ਪਹਿਲੇ ਹੀ ਪਲਾਨਿੰਗ ਇਹ ਬਣਾਈ ਸੀ ਕਿ ਜਿਹੜਾ ਹੈ ਜਿਸ ਵੇਲੇ ਹਾਈਜੈਕ ਕਰਨਾ ਜਹਾਜ਼ ਅਤੇ ਘੱਟ ਤੋਂ ਘੱਟ ਅੰਮ੍ਰਿਤਸਰ ਤੋਂ ਇੰਡੀਆ ਦੇ ਬਾਰਡਰ ਤੋਂ ਨੀਅਰੈਸਟ ਸਟੇਟ ਕਿਹੜੀ ਹੈ, ਕੰਟਰੀ ਕਿਹੜਾ, ਤਾਂ ਕਿ ਸਾਨੂੰ ਫਿਊਲ ਦੀ ਪ੍ਰੋਬਲਮ ਨਾ ਆਵੇ ਅਤੇ ਅਸੀਂ ਛੇਤੀ ਹਾਈਜੈਕ ਕਰਕੇ ਲੈਂਡ ਕਰ ਸਕੀਏ ਅਤੇ ਆਪਣੀ ਡਿਮਾਂਡ ਨੂੰ ਮਨਵਾ ਸਕੀਏ। ਨੀਅਰੈਸਟ ਸਾਨੂੰ ਲੱਗਿਆ ਸੀਗਾ ਵੀ ਇਹ ਲਾਹੌਰ ਹੈ, ਸਾਨੂੰ ਨਹੀਂ ਪਤਾ। ਦੇਖੋ ਗੱਲ ਸੁਣੋ, ਸਾਨੂੰ ਇਹ ਵੀ ਨਹੀਂ ਪਤਾ ਸੀਗਾ ਵੀ ਦੇਖੋ ਇੱਕ ਖਤਰਨਾਕ ਗੱਲ ਹੁੰਦੀ ਹੈ, ਸਾਨੂੰ ਨਹੀਂ ਪਤਾ ਸੀਗਾ ਵੀ ਹਾਈਜੈਕਿੰਗ ਦੀ ਸਜ਼ਾ ਪਾਕਿਸਤਾਨ ਦੇ ਵਿੱਚ ਸਜ਼ਾਏ ਮੌਤ ਸੀ ਉਸ ਵੇਲੇ ਜਦ ਅਸੀਂ ਗਏ ਹਾਂ, ਸਜ਼ਾਏ ਮੌਤ ਸੀ। ਇਹ ਤੁਹਾਡੀ ਮਦਦ ਕਰ ਰਹੇ ਸੀ? ਨਹੀਂ, ਕੋਈ ਨਹੀਂ ਪਾਕਿਸਤਾਨ ਤੋਂ ਕੋਈ ਮਦਦ? ਨਹੀਂ, ਕੋਈ ਨਹੀਂ ਮਦਦ ਕਰ ਰਹੀ, ਨਾ ਅਸੀਂ ਟਾਚੇ ਸੀ, ਨਾ ਅਸੀਂ ਕੋਈ ਸੰਪਰਕ ਕੀਤਾ ਸੀ, ਨਾ ਅਸੀਂ ਟਾਚੇ ਸੀਗੇ। ਮਤਲਬ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਲਾਹੌਰ ਮਤਲਬ ਕਿ ਪਾਕਿਸਤਾਨ ਦੇ ਵਿੱਚ ਹਾਈਜੈਕਿੰਗ ਨੂੰ ਸਜ਼ਾ ਸਜ਼ਾਏ ਮੌਤ ਕਿਸੇ ਹੋਰ ਜਗ੍ਹਾ ਵੀ ਲੈ ਕੇ ਜਾ ਸਕਦੇ ਸੀ, ਬੰਗਲਾਦੇਸ਼ ਜਾ ਸਕਦੇ ਸੀ, ਇਸ ਤਰ੍ਹਾਂ ਹੈ ਵੀ ਦਿੱਲੀ ਤੋਂ ਜਿਹੜਾ ਹੈਗਾ ਪੰਜਾਬੀ ਮਾਹੌਲ ਜਿਹੜਾ ਇੱਕ ਲਾਹੌਰ ਦਾ ਪੰਜਾਬੀ ਮਾਹੌਲ ਹੈ, ਬੰਗਲਾਦੇਸ਼ ਦਾ ਜਿਹੜਾ ਹੈ ਨਾ ਹੁਣ ਸਾਡੀ ਸਮਝ ਲੱਗੇ। ਦੂਸਰੀ ਗੱਲ ਹੈ ਬਹੁਤ 2-2.5 ਘੰਟੇ ਦਾ ਰਸਤਾ ਸੀਗਾ, ਇੱਥੇ ਤਾਂ ਮਤਲਬ ਕਿ ਅੱਧੇ 1.5 ਘੰਟੇ 'ਤੇ ਅਸੀਂ ਮਤਲਬ ਪਹੁੰਚ ਗਏ ਹਾਂ ਅਤੇ ਉੱਥੇ ਦਾ ਹਿਸਾਬ ਕਿਤਾਬ ਜਿਹੜਾ ਸਾਨੂੰ ਕੀ ਪਤਾ ਲੱਗਣਾ ਸੀ ਕਿਹੋ ਜਿਹਾ ਨਹੀਂ ਹੈਗਾ। ਅਤੇ ਨਹੀਂ ਪਾਇਲਟ ਮੰਨ ਗਿਆ, ਪਾਇਲਟ ਨੂੰ ਗੱਲ ਕਹੀ ਗਈ ਵੀ ਤੂੰ ਜਿਹੜਾ ਹੈ ਲੈ ਜਾ। ਉਹਨੇ ਕਿਹਾ ਵੀ ਦੇਖੋ ਜਾਨੀ ਨੁਕਸਾਨ ਹੋ ਸਕਦਾ, ਤੁਸੀਂ ਮਤਲਬ ਕਿ ਨਾ ਲੈ ਜਾ। ਉਹ ਕਹਿਣ ਲੱਗਿਆ ਜੀ ਅੱਛਾ ਜੀ ਫਿਰ ਠੀਕ ਹੈ। ਉਹਨੇ ਅੰਮ੍ਰਿਤਸਰ ਉਤਰਨ ਦੀ ਬਜਾਏ ਉਹ ਮਤਲਬ ਕਿ ਉਹਨੂੰ ਡਾਇਵਰਟ ਕਰ ਲਿਆ ਔਰ ਲਾਹੌਰ ਲੈ ਆਇਆ ਉੱਪਰ, ਉਹ ਘੁੰਮਦਾ ਰਿਹਾ। ਲੇਕਿਨ ਲਾਹੌਰ ਨੇ ਪਾਕਿਸਤਾਨ ਨੇ ਪਰਮਿਸ਼ਨ ਕਿਵੇਂ ਦੇ ਦਿੱਤੀ ਇੰਨੇ ਸੌਖੇ ਤਰੀਕੇ ਨਾਲ? ਗੱਲ ਇਹ ਹੈ ਤੁਸੀਂ ਤਾਂ ਕਿਸੇ ਉੱਧਰ ਜਾ ਹੀ ਨਹੀਂ ਸਕਦੇ ਨਾ ਜਦੋਂ ਤੱਕ ਪਰਮਿਸ਼ਨ ਨਾ ਹੋਵੇ। ਗੱਲ ਹੁੰਦੀ ਹੈ
ਜਿਸ ਵੇਲੇ ਕੋਈ ਵੀ ਏਅਰਲਾਈਨ ਜਿਹੜੀ ਹੈ, ਕੋਈ ਵੀ ਜਹਾਜ਼ ਜਿਹੜਾ ਹੈ ਜਿਸ ਚਲਾ ਜਾਂਦਾ, ਉਹ ਵਾਇਰਲੈਸ ਰਾਹੀਂ ਇਨਫੋਰਮੇਸ਼ਨ ਦਿੰਦਾ ਵੀ ਮੈਂ ਆ ਰਿਹਾ, ਮੇਰੀ ਜਹਾਜ਼ ਖਰਾਬੀ ਹੈ, ਮੈਂ ਲਾਹੌਰ ਉਤਰਨਾ ਚਾਹੁੰਦਾ ਕਿ ਮੈਨੂੰ ਐਮਰਜੈਂਸੀ ਜਿਹੜੀ ਹੈ ਪਰਮਿਸ਼ਨ ਦਿੱਤੀ ਜਾਵੇ। ਉਹ ਜਿਸ ਵੇਲੇ ਬਾਰਡਰ ਕ੍ਰੋਸ ਕਰਦਾ ਤਾਂ ਉਸ ਵੇਲੇ ਇਹ ਗੱਲ ਕਹਿੰਦਾ, ਇਹ ਗੱਲ ਉਹਨਾਂ ਕੋਲ ਕਹੀ ਗਈ ਹੈ, ਮਤਲਬ ਕਿ ਪਾਇਲਟ ਵੱਲੋਂ ਵੀ ਉਹਨੇ ਕਿਹਾ ਵੀ ਇਹ ਗੱਲ ਕਹੀ। ਅਤੇ ਉਹ ਕਹਿਣ ਲੱਗੇ ਵੀ ਤੁਸੀਂ ਮਤਲਬ ਕਿ ਠਹਿਰ ਜਾਓ, ਹਾਲੇ ਉਤਰਨਾ ਨਹੀਂ, ਅਸੀਂ ਹਾਈ ਕਮਾਂਡ ਨਾਲ ਗੱਲ ਕਰਦੇ ਹਾਂ, ਜਾਂ ਕੰਟਰੋਲ ਟਰੈਵਲ ਜਿਹੜਾ ਅਸੀਂ ਸੀਗਾ ਪਾਕਿਸਤਾਨ ਏਅਰਪੋਰਟ ਦਾ ਲਾਹੌਰ ਦਾ। ਅਤੇ ਉਹ ਕਹਿਣ ਲੱਗਾ ਸੀ ਸਾਨੂੰ ਇਹ ਸ਼ੰਕਾ ਸੀ, ਅਸੀਂ ਬੜੀ ਸਟੱਡੀ ਵਗੈਰਾ ਕੀਤੀ ਹੋਈ ਸੀ, ਕਹਿੰਦੇ ਰਨਵੇ ਬੰਦ ਵੀ ਕਰ ਸਕਦੇ ਨੇ, ਪਰਮਿਸ਼ਨ ਨਾ ਵੀ ਦੇਣ ਸਾਨੂੰ ਮੁਸ਼ਕਲ ਹੋ ਜਾਏਗੀ। ਜਦ ਉਹਨੇ ਇੱਕ ਦੋ ਚੱਕਰ ਕੱਟੇ, ਹਾਲੇ ਕੋਈ ਪਰਮਿਸ਼ਨ ਨਹੀਂ ਆਈ, ਅਸੀਂ ਪ੍ਰੋਗਰਾਮ ਪਹਿਲੇ ਬਣਾਇਆ ਹੋਇਆ ਸੀ, ਉਹਨੂੰ ਕਹਿ ਦਿੱਤਾ ਵੀ ਤੂੰ ਇਸ ਤਰ੍ਹਾਂ ਗੱਲ ਜ਼ਬਰਦਸਤੀ ਲੈਂਡ ਕਰ ਜਾ। ਅਤੇ ਬਾਅਦ ਇਸ ਵੇਲੇ ਉਹ ਜ਼ਬਰਦਸਤੀ ਜਿਹੜਾ ਲੈਂਡ ਕਰ ਗਿਆ। ਅਤੇ ਬਾਅਦ ਵਿੱਚ ਫਿਰ ਪਾਕਿਸਤਾਨ ਦੇ ਅਧਿਕਾਰੀਆਂ ਨੇ ਗੱਲ ਕਹੀ, ਠੀਕ ਹੈ ਜੀ, ਹੁਣ ਤੁਸੀਂ ਇਸ ਤਰ੍ਹਾਂ ਦਾ ਪਾਇਲਟ ਨੂੰ ਕਹਿ ਦਿੱਤਾ ਵੀ ਤੁਸੀਂ ਉਸ ਸੜਕ ਦੇ ਉੱਤੇ। ਇਹ ਕਿੰਨਾ ਟਾਈਮ ਕਿੰਨਾ ਕੁ ਸੀਗਾ ਜਦੋਂ ਇਹ ਸਾਰਾ ਘਟਨਾ, 11:30 ਤੁਸੀਂ ਇੱਥੋਂ ਚੱਲੇ, ਕਿੰਨੇ ਕੁ ਵਜੇ ਤੱਕ ਉੱਥੇ ਪਹੁੰਚੇ? ਅਸੀਂ 12:30 ਵਜੇ ਤੱਕ, ਇੱਕ ਘੰਟੇ ਹਵਾ 'ਚ ਤੁਸੀਂ? ਹਾਂ, ਇੱਕ ਘੰਟਾ ਲੱਗਾ, 12:30 ਵਜੇ 12:30 ਵਜੇ ਅਸੀਂ ਲੈਂਡ ਕਰ ਲਿਆ ਸੀ। ਤੁਸੀਂ ਉਹ ਦੋ ਜਣੇ ਉੱਥੇ ਸੀਗੇ, ਤੁਹਾਡਾ ਹੁਣ ਰੋਲ ਕਿੱਥੇ ਸੀਗਾ? ਹਾਂਜੀ, ਪਲਾਨਿੰਗ ਦੇ ਤਹਿਤ ਜੇ ਮੇਰਾ ਰੋਲ ਸੀਗਾ, ਜੇ ਮੇਰੇ ਨਾਲ ਦੇ ਸਾਥੀਆਂ ਨੂੰ ਮੈਂ ਸਮਝੋ ਅਸੀਂ ਪ੍ਰੋਗਰਾਮ ਬਣਾਇਆ ਸੀ, ਜਿਸ ਵੇਲੇ ਇਹ ਇੰਟਰ ਕਰਨਗੇ ਉਸ ਵੇਲੇ ਮੈਂ ਉੱਠ ਕੇ ਕਿਰਪਾਨ ਆਪਣੀ ਕੱਢ ਕੇ ਅਤੇ ਉਹ ਜਿਹੜਾ ਨਾ ਕੋਕਪਿਟ ਦੇ ਅਗਲੇ ਪਾਸੇ ਉੱਥੇ ਫਰੰਟ 'ਤੇ ਆ ਜਾਵਾਂਗਾ, ਅਤੇ ਖਲੋ ਜਾਵਾਂਗਾ ਇਸ ਤਰ੍ਹਾਂ। ਅਤੇ ਆਪਣੇ ਜਿਹੜੇ ਨਾਲ ਦੇ ਸਾਥੀਆਂ ਨੂੰ ਕਹਾਂਗਾ ਵੀ ਹੁਣ ਕਹਿਤਾ ਵੀ ਅਸੀਂ ਜਹਾਜ਼ ਹਾਈਜੈਕ ਕਰ ਲਿਆ, ਕਿਉਂਕਿ ਹਾਲੇ ਉਹਨਾਂ ਨੂੰ ਪਤਾ ਨਹੀਂ ਸੀ ਸਵਾਰੀਆਂ ਨੂੰ ਨਹੀਂ ਪਤਾ ਸੀ। ਉਹਨੇ ਕਿਹਾ ਵੀ ਜਹਾਜ਼ ਅਸੀਂ ਹਾਈਜੈਕ ਕਰ ਲਿਆ, ਅਤੇ ਮੈਂ ਨਾਲ ਦੇ ਸਾਥੀਆਂ ਨੂੰ ਕਹਿਤਾ ਵੀ ਤੁਸੀਂ ਇਸ ਕਰੋ, ਇੱਕ ਸਿੰਘ ਜਿਹੜਾ ਹੈ ਫਲਾਣਾ ਸਿੰਘ, ਤੁਸੀਂ ਮਤਲਬ ਕਿ ਉਹ ਜਿਹੜਾ ਨਾ ਭਾਈ ਤੂੰ ਇਸ ਤਰ੍ਹਾਂ ਕਰ, ਤੂੰ ਵਿਚਕਾਰ ਖੜਾ ਹੋ ਜਾ ਕਿਰਪਾਨ ਲੈ ਕੇ, ਤੂੰ ਪਿੱਛੇ ਪਾਸੇ ਚਲਾ ਜਾ। ਅਤੇ ਅਸੀਂ ਮਤਲਬ ਕਿ ਨਾ ਏਅਰ ਹੋਸਟ ਵਗੈਰਾ ਦੇ ਕਰਿਊ ਮੈਂਬਰ ਨੂੰ ਅਸੀਂ ਉਹ ਇੱਕ ਸਾਈਡ ਦੇ ਉੱਤੇ ਪਿਛਲੇ ਪਾਸੇ ਬਿਠਾ ਦਿੱਤਾ ਉਹਨੂੰ, ਅਤੇ ਜਿਹੜਾ ਪਿਛਲੀ ਵਾਰ ਸਾਡਾ ਸਾਥੀ ਸੀ ਉਹਨਾਂ ਦੀ ਵੀ ਰਖਵਾਲੀ ਕਰਦਾ ਸੀ ਅਤੇ ਸਵਾਰੀਆਂ ਦੀ। ਮੈਂ ਫਿਰ ਉੱਥੇ ਫਿਰ ਲੈਕਚਰ ਕੀਤਾ। ਨਹੀਂ, ਤੁਹਾਡੇ ਕੋਈ ਅਸਲਾ ਸੀਗਾ? ਤੁਹਾਡੇ ਕੋਲ ਸ੍ਰੀ ਸਾਹਿਬ ਤੋਂ ਇਲਾਵਾ ਕੀ ਅਸਲਾ ਸੀਗਾ ਜਾਂ ਕਿਵੇਂ ਤੁਸੀਂ ਉਹ ਲੈ ਕੇ ਗਏ? ਦੇਖੋ ਗੱਲ ਸੁਣੋ, ਸਾਡੇ ਕੋਲ ਕੋਈ ਅਸਲਾ ਨਹੀਂ ਸੀ, ਸਾਡੇ ਕੋਲ ਸਿਰਫ ਕਿਰਪਾਨਾਂ ਸਨ ਥੈਲੇ ਦੇ ਵਿੱਚ। ਅਸੀਂ ਮੈਂ ਲੱਗਿਆ ਗੱਲ ਬਾਰ ਬਾਰ ਕਹਿੰਦੇ ਸਾਂ ਵੀ ਮੇਰੇ ਕੋਲ ਜਿਹੜਾ ਹੈ ਨਾ ਥੈਲੇ ਵਿੱਚ, ਮੈਂ ਥੈਲਾ ਲਟਕਾਇਆ ਸੀ, ਮੈਂ ਕਿਹਾ ਸਾਡੇ ਕੋਲ ਹੈਂਡ ਗ੍ਰੇਟ ਹੈ ਅਤੇ ਕੋਈ ਵੀ ਸਵਾਰੀ ਕੋਈ ਵੀ ਹੋਰ ਕਰਮਚਾਰੀ ਜਿਹੜਾ ਹੈ ਕਰਿਊ ਮੈਂਬਰ ਜਿਹੜਾ ਹੈ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕਰੇਗਾ, ਅਸੀਂ ਵੀ ਜਹਾਜ਼ ਵਿੱਚ ਮਤਲਬ ਕਿ ਬੰਬ ਸੁੱਟ ਕੇ ਤਬਾਹ ਕਰ ਦਿਆਂਗੇ। ਤੁਸੀਂ ਹੈਂਡ ਗ੍ਰੇਡ ਲੈ ਕੇ ਕਿਵੇਂ ਚਲੇ ਗਏ? ਹੈਂਡ ਗ੍ਰੇਡ ਲਿਆ ਨਹੀਂ ਸੀਗਾ, ਹੈਂਡ ਗ੍ਰੇਡ ਹੈ ਨਹੀਂ ਸੀ ਸਾਡੇ ਕੋਲ, ਅਸੀਂ ਤਾਂ ਮਤਲਬ ਕੱਪੜੇ ਬੋਤਲ ਜਾਂ ਕਿੰਨੂ ਬਣਿਆ ਆਇਆ ਸੀ, ਅਸੀਂ ਕਿਹਾ ਵੀ ਇਹ ਸਾਡੇ ਕੋਲ ਹੈਂਡ ਗ੍ਰੇਡ ਹੈਗਾ, ਡਰਾਉਣ ਵਾਸਤੇ ਅਸੀਂ ਉਹਨੂੰ ਸ਼ੋਅ ਕੀਤਾ ਵੀ ਹੈਂਡ ਗ੍ਰੇਡ ਹੈ, ਹੈਂਡ ਗ੍ਰੇਡ ਹੈ ਨਹੀਂ ਸੀ। ਸਾਨੂੰ ਇਹ ਵੀ ਪਤਾ ਸੀ ਵੀ ਅਸੀਂ ਕੋਈ ਅਸਲਾ ਲੈ ਕੇ ਜਾਵਾਂਗੇ ਜਾਂ ਹੈਂਡ ਗ੍ਰੇਡ ਲੈ ਕੇ ਜਾਵਾਂਗੇ, ਅਸੀਂ ਏਅਰਪੋਰਟ 'ਤੇ ਫੜੇ ਜਾਵਾਂਗੇ, ਸਾਡਾ ਮਿਸ਼ਨ ਜਿਹੜਾ ਹੈ ਹਾਈਜੈਕਿੰਗ ਦਾ ਉਹ ਮਤਲਬ ਕਿ ਖਤਮ ਹੋ ਜਾਏਗਾ। ਤੁਸੀਂ ਕਿੰਨੂ ਨਾਲ ਹੀ ਹਾਈਜੈਕ ਕਰ ਲਿਆ? ਅਸੀਂ ਕਿੰਨੂ ਨਾਲ ਅਤੇ ਮਤਲਬ ਕਿ ਕਿਰਪਾਨ ਨਾਲ ਅਤੇ ਕਿੰਨੂ ਦੇ ਨਾਲ ਹੀ ਅਸੀਂ ਜਿਹੜਾ ਨਾ ਹਾਈਜੈਕ ਕੀਤਾ, ਅਸੀਂ ਇਹਨੂੰ ਸ਼ੋਅ ਹੈਂਡ ਗ੍ਰੇਡ ਵਜੋਂ ਕੀਤਾ ਸੀ, ਉਹ ਹੈ ਨਹੀਂ ਸੀ ਇੱਕ ਚੀਜ਼ ਸਾਡੇ ਕੋਲ, ਕਿਉਂਕਿ ਇਸ ਤਰ੍ਹਾਂ ਹੈ ਹੋਈ ਹੈ ਜਿਹਦੇ ਅਸੀਂ ਮਤਲਬ ਕਿ ਬਾਅਦ ਦੇ ਵਿੱਚ ਉਹਨੇ ਕਿਹਾ ਵੀ ਗੱਲ ਹੈ ਵੀ ਅਸੀਂ ਦਲ ਖਾਲਸਾ ਜਥੇਬੰਦੀ ਹਾਂ, ਅਸੀਂ ਜਹਾਜ਼ ਅਗਵਾ ਕਰ ਲਿਆ, ਸਾਡੇ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਛੋਟੇ ਕਤਲ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਸਰਕਾਰ ਨੇ, ਉਹਨਾਂ ਨੂੰ ਮਤਲਬ ਕਿ ਫਾਹੇ ਲਾਉਣਾ ਚਾਹੁੰਦੀ ਹੈ। ਉਸ ਵੇਲੇ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਸੀ, ਕਰਨਾ ਸੀ
ਉਸ ਵੇਲੇ ਕਿਸ ਵੇਲੇ ਉਸ ਵੇਲੇ ਕਰ ਲਿਆ ਸੀ, ਉਸ ਵੇਲੇ ਗ੍ਰਿਫਤਾਰ ਕੀਤਾ ਸੀ, 29 ਸਤੰਬਰ ਹੋ ਗਈ ਸੀ ਨਾ, 29 ਸਤੰਬਰ ਉਸ ਵੇਲੇ ਗ੍ਰਿਫਤਾਰ ਕੀਤੇ ਜਾ ਚੁੱਕੇ ਸੀ, ਉਹ 9 ਦਿਨ ਹੋ ਗਏ ਸਨ ਉਹਨਾਂ ਨੂੰ ਗ੍ਰਿਫਤਾਰ ਕੀਤੇ ਨੂੰ, ਹਾਂ 9 ਦਿਨ ਹੋ ਗਏ ਸਨ, 29 ਸਤੰਬਰ 29 ਸਤੰਬਰ ਨੂੰ ਅਸੀਂ ਹਾਈਜੈਕ ਕੀਤਾ, 20 ਨੂੰ ਗ੍ਰਿਫਤਾਰ ਹੋ ਚੁੱਕੇ ਸਨ, ਠੀਕ ਹੈ, ਅਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਝੂਠੇ ਕਤਲ ਕੇਸ ਦੇ, ਉਹਨਾਂ ਨੂੰ ਬਸ ਸਾਜ਼ਿਸ਼ ਦੇ ਤਹਿਤ ਸਰਕਾਰ ਜਿਹੜਾ ਹੈ ਫਾਂਸੀ ਲਾ ਸਕਦੀ ਹੈ, ਅਸੀਂ ਉਹਨਾਂ ਦੀ ਰਿਹਾਈ ਜਿਹੜਾ ਹੈ ਉਹ ਉਸ ਲਈ ਹਾਈਜੈਕਿੰਗ ਕੀਤੀ ਹੈ, ਉਹਨਾਂ ਦੀ ਰਿਹਾਈ ਕਰਵਾਈ ਜਾ ਸਕੇ, ਅਤੇ ਚੌਕ ਮੈਂ ਤੇ ਅੱਜ 15-16 ਸਿੱਖ ਮਾਰੇ ਗਏ ਨੇ, ਉਹਨਾਂ ਨੂੰ ਹਰਜਾਨਾ ਦਿੱਤਾ ਜਾਵੇ, ਸਾਡਾ ਉਹਦੇ 'ਤੇ ਵੀ ਜਿਹਨਾਂ ਨੇ ਪੁਲਿਸ ਨੇ ਗੋਲੀਆਂ ਚਲਾਈਆਂ ਉਹਨਾਂ ਦੇ ਕੇਸ ਚਲਾਏ ਜਾਣ, ਯਾਤਰੀਆਂ ਨੂੰ ਉਸ ਵੇਲੇ ਕਹਿ ਰਹੇ ਸੀ, ਅਸੀਂ ਯਾਤਰੀਆਂ ਨੂੰ ਮੈਂ ਗੱਲ ਕਹਿ ਰਹੇ ਸੀ ਵੀ ਹਿੰਦੁਸਤਾਨ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਜਿਹੜੀ ਹੈ ਸਿੱਖਾਂ ਨਾਲ ਜਾਤੀਆਂ ਕਰ ਰਹੀਆਂ ਨੇ, ਅਤੇ 47 ਤੋਂ ਲੈ ਕੇ ਹੁਣ ਤੱਕ ਜਿਹੜਾ ਹੈ ਅਸੀਂ ਪਿੱਛੇ ਵੇਖਿਆ ਸਿੱਖ ਕੌਮ ਦੀ ਹੋਣ ਦੇ ਜਿਹੜਾ ਸਿੱਖ ਧਰਮ ਜਿਹੜਾ ਖਤਰੇ 'ਚ ਹੈ, ਸਾਡਾ ਸਰੂਪ ਵੀ ਖਤਰੇ 'ਚ ਹੈ, ਗੁਰੂ ਗ੍ਰੰਥ ਸਾਹਿਬ ਦਾ ਮਾਨ ਅਪਮਾਨ ਵੀ ਖਤਰੇ ਹੈ, ਅਤੇ ਅਸੀਂ ਚਾਹੁੰਦੇ ਹਾਂ ਮਤਲਬ ਕਿ ਅਸੀਂ ਸਿੱਧੀ ਗੱਲ ਹੈ, ਦਲ ਖਾਲਸਾ ਦੀ ਪੋਲਿਸੀ ਸੀ, ਅਸੀਂ ਮਤਲਬ ਕਿ ਖਾਲਿਸਤਾਨ ਚਾਹੁੰਦੇ ਹਾਂ, ਵੱਖਰਾ ਰਾਜ ਚਾਹੁੰਦੇ ਹਾਂ, ਸਿੱਖ ਰਾਜ ਚਾਹੁੰਦੇ ਹਾਂ ਅਸੀਂ, ਤਾਂ ਕਿ ਕਹਿ ਰਹੇ ਸੀ ਉੱਥੇ ਕਹਿ ਰਹੇ ਸੀ ਉੱਥੇ ਉਸ ਫਲਾਈਟ 'ਚ ਤਾਂ ਹਿੰਦੂ ਵੀ ਹੋਣੇ ਆ, ਸਿੱਖ ਵੀ ਹੋਣੇ ਆ, ਹਿੰਦੂ ਵੀ ਸੀਗੇ, ਸਿੱਖ ਵੀ ਸੀਗੇ, ਫੋਰਨਰ ਵੀ ਸੀਗੇ, ਲੇਡੀਜ਼ ਵੀ ਸੀਗੀਆਂ, ਸਿੱਖਾਂ ਨੇ ਵੀ ਤੁਹਾਡਾ ਵਿਰੋਧ ਨਹੀਂ ਕੀਤਾ ਕਿ ਕਿਉਂ ਤੁਸੀਂ ਕੌਮ ਦੇ ਉੱਤੇ ਕਿਉਂ ਕੌਮ ਨੂੰ ਬਦਨਾਮ ਕਰ ਰਹੇ ਹੋ, ਕਿਉਂ ਇੱਦਾਂ ਹਾਈਜੈਕ ਕਰ ਰਹੇ ਹੋ, ਪੂਰੀ ਕੌਮ ਮੁਸ਼ਕਲ 'ਚ ਆ ਜਾਏਗੀ? ਗੱਲ ਇਹ ਹੈ ਵੀ ਅਸੀਂ ਜਿਹੜਾ ਹੈ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ, ਅਤੇ ਮਤਲਬ ਕਿ ਕਿੰਨੇ ਸਿੱਖ ਸਨ ਇਹ ਨਹੀਂ ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ, 2 ਸਨ 4 ਸਨ ਜਿੰਨੇ ਵੀ ਹੈ, ਵਿਰੋਧ ਦਾ ਮਤਲਬ ਵੀ ਕੋਈ ਨਹੀਂ ਸੀ, ਦੇਖੋ ਅਸੀਂ ਤਾਂ ਕੌਮੀ ਗੱਲ ਕਰ ਰਹੇ ਸਾਂ, ਸਿੱਖ ਕੌਮ ਨਾਲ ਜਾਤੀਆਂ ਬੇਇਨਸਾਫੀਆਂ ਹੋ ਰਹੀਆਂ ਨੇ, ਅਸੀਂ ਇਹ ਬੇਇਨਸਾਫੀਆਂ ਦੇ ਖਿਲਾਫ ਲੜ ਰਹੇ ਹਾਂ। ਇਹ ਜਦੋਂ ਤੁਸੀਂ ਬੋਲ ਰਹੇ ਸੀ ਉਦੋਂ ਹਵਾ 'ਚ ਸੀ ਫਲਾਈਟ ਜਾਂ ਲੈਂਡ ਹੋ ਚੁੱਕੀ ਸੀ? ਲੈਂਡ ਹੋ ਚੁੱਕੀ ਸੀ, ਲੈਂਡ ਹੋ ਚੁੱਕੀ ਸੀ, ਲੈਂਡ ਨਹੀਂ ਨਹੀਂ ਉਹ ਜਿਸ ਵੇਲੇ ਸੀ ਨਾ, ਮਤਲਬ ਕਿ ਉਸ ਵੇਲੇ ਹਵਾ 'ਚ ਵੀ ਸੀਗੀ, ਉਸ ਵੇਲੇ ਹਵਾ 'ਚ ਹਵਾ ਸੀਗੀ, ਤੁਸੀਂ ਜਿਹੜਾ ਕਰੂ ਹੈ ਉਹ ਸਾਰਾ ਇੱਕ ਸਿੰਘ ਸਾਈਡ ਤੇ ਲੈ ਗਿਆ, ਹਾਂਜੀ, ਇੱਕ ਸਾਈਡ ਯਾਤਰੀਆਂ ਦੇ ਇੱਕ ਵਿੱਚੇ ਗੱਬੇ ਖੜਾ ਹੋ ਗਿਆ, ਹਾਂਜੀ ਹਾਂਜੀ, ਇੱਕ ਬਿਲਕੁਲ ਅੱਗੇ ਪਾਇਲਟ ਅੱਗੇ ਖਲੋ ਗਿਆ ਸੀ, ਮੈਂ ਅੱਗੇ ਖਲੋ ਗਿਆ ਸੀ, ਅੱਗੇ ਖਲੋ ਕੇ ਤੁਸੀਂ ਸਪੀਚ ਦੇ ਰਹੇ ਸੀ, ਸਪੀਚ ਦੇ ਰਹੇ ਸੀ, ਹਾਲੇ ਮਤਲਬ ਕਿ ਲੈਂਡ ਨਹੀਂ ਕੀਤਾ ਸੀ ਜਹਾਜ਼, ਓਕੇ, ਅਸੀਂ ਮਤਲਬ ਹਾਈਜੈਕ ਕਰ ਲਿਆ, ਠੀਕ ਹੈ, ਫਿਰ ਬਾਅਦ ਵਿੱਚ ਮਤਲਬ ਕਿ ਆਹਿਸਤਾ ਆਹਿਸਤਾ ਜਾ ਕੇ ਜਿਸ ਵੇਲੇ ਉਹ ਲੈਂਡ ਹੋ ਜਾਂਦਾ ਵੀ ਅਸੀਂ ਹਾਈਜੈਕ ਕਰ ਲਿਆ, 1 ਘੰਟੇ ਦਾ ਪੂਰਾ ਸਮਾਂ ਸੀ, ਹਾਂਜੀ, 11:30 ਤੋਂ 12:30, 12:30 ਤੱਕ ਸਾਰਾ ਕੁਛ ਸਿਸਟਮ ਚੱਲਦਾ ਰਿਹਾ, ਬਾਅਦ ਦੇ ਵਿੱਚ ਫਿਰ ਜਿਸ ਵੇਲੇ ਲੈਂਡ ਹੋ ਗਿਆ ਅਸੀਂ ਕਿਹਾ ਵੀ ਕੋਈ ਵੀ ਸਵਾਰੀ ਕੋਈ ਵੀ ਸ਼ਰਾਰਤ ਨਾ ਕਰੇ, ਸਾਡੀ ਲੜਾਈ ਤੁਹਾਡੇ ਨਾਲ ਨਹੀਂ ਹੈ, ਅਸੀਂ ਕਿਸੇ ਨੂੰ ਕੁਛ ਨਹੀਂ ਕਹਾਂਗੇ, ਲੈਂਡ ਕਰਨ ਤੋਂ ਬਾਅਦ ਅਸੀਂ ਦੇਖੋ ਹਿਊਮਨਿਟੇਰੀਅਨ ਗਰਾਊਂਡ ਦੇ ਉੱਤੇ ਜਿਸ ਵੇਲੇ ਇੱਕ ਗੱਲ ਮਤਲਬ ਕਿ ਅਸੀਂ ਸਲਾਹ ਕੀਤੀ, ਮੈਂ ਅਤੇ ਗਜਿੰਦਰ ਸਿੰਘ ਆਇਆ ਜਿਸ ਵੇਲੇ ਬਾਹਰ ਵੀ ਅਸੀਂ ਹੁਣ ਕੀ ਕਰਨਾ ਚਾਹੀਦਾ, ਉਹਨੇ ਕਿਹਾ ਵੀ ਤੂੰ ਇਸ ਤਰ੍ਹਾਂ ਕਰ ਵੀ ਇੱਕ ਫੋਨ ਕਰਵਾ ਇਹਨਾਂ ਕੋਲ ਵਾਇਰਲੈਸ ਰਾਹੀਂ, ਵੀ ਅਸੀਂ ਪਾਕਿਸਤਾਨ ਦੇ ਅਧਿਕਾਰੀ ਨੂੰ ਕਿਸੇ ਨੂੰ ਉੱਚ ਅਧਿਕਾਰੀ ਨੂੰ ਮਿਲਣਾ ਚਾਹੁੰਦੇ ਹਾਂ, ਅਤੇ ਉਹਦੇ ਨਾਲ ਆਪਣੀ ਗੱਲ ਜਿਹੜੀ ਹੈ ਕਰਨਾ ਚਾਹੁੰਦੇ ਹਾਂ, ਇਹਨਾਂ ਨਾਲ ਕੋਈ ਮਿਸਅੰਡਰਸਟੈਂਡਿੰਗ ਨਾ ਕਰ ਲੈਣ ਵੀ ਕੋਈ ਪਾਕਿਸਤਾਨ ਦੀ ਹਿੰਦੁਸਤਾਨ ਦੀ ਜਿਹੜੇ ਏਜੰਡ ਨਾ ਹੋਣ, ਹਿੰਦੁਸਤਾਨ ਨੇ ਨਾ ਕੋਈ ਮਤਲਬ ਪਲਾਨਿੰਗ ਬਣਾਈ ਹੋਵੇ ਸਾਡੇ ਖਿਲਾਫ ਮਤਲਬ ਕਿ ਪਾਕਿਸਤਾਨ ਦੇ ਖਿਲਾਫ, ਅਤੇ ਅਸੀਂ ਆਪਣੇ ਆਪ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਕੌਣ ਹਾਂ, ਉਦੋਂ ਤੱਕ ਪਾਕਿਸਤਾਨ 'ਚ ਤੁਹਾਨੂੰ ਕੋਈ ਨਹੀਂ ਜਾਣਦਾ ਸੀ, ਕੋਈ ਨਹੀਂ ਜਾਣਦਾ, ਕੋਈ ਸੰਪਰਕ 'ਚ ਨਹੀਂ, ਕੋਈ ਸੰਪਰਕ ISI ਸੰਪਰਕ 'ਚ ਨਹੀਂ, ਨਹੀਂ ਨਹੀਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਕੋਈ ਉੱਥੋਂ ਦੀ ਕੋਈ ਫੈਡਰੇਸ਼ਨ ਸੰਪਰਕ 'ਚ, ਕੋਈ ਵੀ ਫੈਡਰੇਸ਼ਨ ਕੋਈ ਸੰਪਰਕ ਨਹੀਂ ਸੀ, ਕੋਈ ਵੀ ਬੰਦਾ ਸੰਪਰਕ 'ਚ ਨਹੀਂ ਸੀ ਕਿਸੇ ਕਿਸਮ ਦੀ, ਹਾਲੇ ਤਾਂ ਕੋਈ ਤਹਿਰੀਕ ਵੀ ਨਹੀਂ ਚੱਲੀ ਸੀ ਉਸ ਵੇਲੇ, ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਪਤਾ ਸੀ ਕਿ ਤੁਸੀਂ ਹਾਈਜੈਕ ਕਰਨਾ? ਨਹੀਂ ਪਤਾ ਸੀ ਉਹਨਾਂ ਨੂੰ, ਨਹੀਂ ਦੱਸਿਆ ਨਹੀਂ, ਹਾਂ ਨਹੀਂ ਨਹੀਂ ਦੱਸਿਆ, ਉਹਨਾਂ ਨੇ ਤੁਸੀਂ ਕਿ ਇੱਕ ਮੀਟਿੰਗ ਹੋਈ, ਮੀਟਿੰਗ 'ਚ ਕਿਹਾ, ਮੀਟਿੰਗ 'ਚ ਅਗਰ ਕਈ ਕੁਛ ਐਕਸ਼ਨ ਤੁਹਾਡੇ ਰਿਹਾਈ ਲਈ ਕਰਾਂਗੇ ਅਸੀਂ, ਪਰ ਇਹ ਨਹੀਂ ਦੱਸਿਆ, ਹਾਂ ਜੀ ਨਹੀਂ, ਇਹ ਸਿਰਫ ਤੁਹਾਡੇ ਪੰਜਾਂ ਨੂੰ ਛੇਵੇਂ ਬੰਦੇ ਨੂੰ, ਕਿਸੇ ਨੂੰ ਨਹੀਂ ਪਤਾ ਜੀ, ਹਾਂ ਕਿਸੇ ਨੂੰ ਨਹੀਂ ਪਤਾ, ਹੋਰ ਪਾਰਟੀ ਸੀ ਕਿਹਾ ਕਿ ਸਾਡੀ ਗੱਲ ਕਰਾਓ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਜਦੋਂ ਉੱਥੇ ਲੈਂਡ ਹੋ ਗਿਆ, ਹਾਂਜੀ ਹਾਂਜੀ, ਫਿਰ ਉੱਥੇ ਦਾ ਡਿਪਟੀ ਮਾਰਸ਼ਲ ਆ ਐਡਮਿਨਿਸਟ੍ਰੇਟਰ, ਹਾਂ ਬ੍ਰਿਗੇਡੀਅਰ ਸੀ ਲਾਹੌਰ ਦਾ, ਹਾਂ ਉਹਨਾਂ ਨੂੰ ਕਹਿਤਾ ਵੀ ਉਹ ਤੁਹਾਡੇ ਕੋਲ ਆਏਗਾ, ਹਾਂ ਫਿਰ ਉਸ ਵੇਲੇ ਮਤਲਬ ਕਿ
ਦੋ ਕੁ ਘੰਟੇ ਬਾਅਦ ਉਹ ਫਿਰ ਮਤਲਬ ਕਿ ਡਿਪਟੀ ਮਾਰਸ਼ਲ ਐਡਮਿਨਿਸਟ੍ਰੇਟਰ ਬ੍ਰਿਗੇਡੀਅਰ ਸੀ, ਉਹ ਮਤਲਬ ਕਿ ਆਇਆ, ਉਹਨਾਂ ਨੇ ਕਹਿ ਦਿੱਤਾ ਮੇਰੇ ਫੋਨ ਦੇ ਉੱਤੇ ਵਾਇਰਲੈਸ ਦੇ ਉੱਤੇ ਵੀ ਤੁਸੀਂ ਨਾ ਛੋਟੀ ਜਿਹੜੀ ਹੈ ਪੌੜੀ ਲਾ ਦਿਓ ਮਤਲਬ ਕਿ ਜਹਾਜ਼ ਨੂੰ, ਅਤੇ ਜਿਹੜੇ ਜਿਹੜੇ ਬੰਦੇ ਨੇ ਗੱਲ ਕਰਨੀ ਆ। ਮੈਂ ਕਿਹਾ ਵੀ ਤੂੰ ਇਸ ਤਰ੍ਹਾਂ ਕਰ, ਮੈਂ ਜਹਾਜ਼ ਨੂੰ ਸਾਰਿਆਂ ਨੂੰ ਸਾਂਭਦਾ, ਤੂੰ ਇਸ ਤਰ੍ਹਾਂ ਗੱਲ ਆਪਣੀ ਜਿਹੜੀ ਹੈ ਜਿਹੜੀ ਆ ਮੰਗਾਂ ਜਿਹੜੀਆਂ ਨੇ ਆਪਣੇ ਬਾਰੇ ਸਾਰਾ ਕੁਛ ਉਹਨੂੰ ਦੱਸ ਦੇ। ਉਹ ਫਿਰ ਪੌੜੀਆਂ 'ਤੇ ਉਤਰ ਕੇ ਬ੍ਰਿਗੇਡੀਅਰ ਨਾਲ ਉਹਨੇ ਗਜਿੰਦਰ ਸਿੰਘ ਨੇ ਦੱਸਿਆ ਵੀ ਅਸੀਂ ਦਲ ਖਾਲਸਾ ਸਾਡੀ ਜਥੇਬੰਦੀ ਆ, ਅਸੀਂ ਕੌਮ ਦੀ ਆਜ਼ਾਦੀ ਲਈ ਲੜ ਰਹੇ ਹਾਂ ਅਤੇ ਨਕਲੀ ਗੁਰੂ ਡੰਬ ਦੇ ਖਿਲਾਫ਼ ਲੜ ਰਹੇ ਹਾਂ, ਪੰਥ ਦੀ ਚੜ੍ਹਦੀ ਕਲਾ ਲਈ ਲੜ ਰਹੇ ਹਾਂ। ਇਸ ਵੇਲੇ ਸਾਨੂੰ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਝੂਠੇ ਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ, ਅਸੀਂ ਉਹਨਾਂ ਦੀ ਰਿਹਾਈ ਚਾਹੁੰਦੇ ਹਾਂ। ਅਤੇ ਚੌਂਕ ਮੈਂ ਤਾਂ ਅੱਜ ਸਿੱਖ ਮਾਰੇ ਗਏ ਨੇ, ਅਸੀਂ ਉਹ ਪ੍ਰੋਟੈਸਟ ਕਰ ਰਹੇ ਹਾਂ ਅਤੇ ਉਹਨਾਂ ਨੂੰ ਹਰਜ਼ਾਨਾ ਵੀ ਦਿੱਤਾ ਜਾਵੇ। ਅਤੇ ਅਸੀਂ ਕੌਮ ਦੀ ਆਜ਼ਾਦੀ ਦੀ ਗੱਲ ਵੀ ਜਿਹੜੀ ਕਰ ਰਹੇ, ਅਸੀਂ ਚਾਹੁੰਦੇ ਹਾਂ ਮਤਲਬ ਕਿ ਅਸੀਂ ਵੱਖਰਾ ਹੋਣਾ ਚਾਹੁੰਦੇ ਹਾਂ, ਮਤਲਬ ਕਿ ਖਾਲਿਸਤਾਨ ਜਿਹੜਾ ਹੈ ਨਾ ਬਣਨਾ ਚਾਹੀਦਾ। ਅਸੀਂ ਇਹ ਵੀ ਗੱਲ ਉੱਥੇ ਗੱਲ ਕਹੀ ਹੈ ਅਤੇ ਬਾਅਦ ਵਿੱਚ ਉਹ ਕਹਿਣ ਲੱਗੇ, ਅਸੀਂ ਕਿਹਾ ਵੀ ਤੁਹਾਡੇ ਕੋਲ ਅਸੀਂ ਇਹ ਜਿਹੜੀ ਹੈ ਚਾਹੁੰਦੇ ਹਾਂ ਮੰਗ ਵੀ ਤੁਸੀਂ ਸਾਨੂੰ ਤੰਗ ਨਾ ਕਰਿਆ ਜੇ, ਔਰ ਕੋਪਰੇਟ ਕਰ ਸਕਦੇ ਹਾਂ ਕੁਛ ਕਰਿਆ ਜੇ। ਉਹ ਕਹਿਣ ਲੱਗੇ ਵੀ ਕੀ ਕੋਪਰੇਸ਼ਨ ਚਾਹੁੰਦੇ ਹੋ? ਅਸੀਂ ਕਿਹਾ ਵੀ ਗੱਲ ਇਹ ਹੈ ਵੀ ਜਦ ਤੱਕ ਸਾਡੀ ਮੰਗ ਨਹੀਂ ਪੂਰੀ ਹੁੰਦੀ ਤੁਸੀਂ ਸਾਨੂੰ ਇੱਥੇ ਤੰਗ ਨਾ ਕਰਿਆ ਜੇ। ਨਹੀਂ ਤੁਸੀਂ ਕਿਹਾ ਕਿ ਸਾਡੀ ਗੱਲ ਭਾਰਤ ਸਰਕਾਰ ਨਾਲ ਕਰੋ, ਉਸ ਵੇਲੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ, ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਉਸ ਵੇਲੇ, ਕਾਮਨਵੈਲਥ ਚੱਲ ਰਿਹਾ ਸੀ ਸ਼ਾਇਦ, ਆਸਟ੍ਰੇਲੀਆ ਗਈ ਹੋਈ ਸੀ। ਹਾਂਜੀ ਆਸਟ੍ਰੇਲੀਆ ਗਈ ਹੋਈ ਸੀ। ਫਿਰ ਕੀ ਹੋਇਆ, ਸਾਡੀ ਜਿਹੜੀ ਮੰਗ ਹੈ ਇਹਨਾਂ ਨੇ ਫਿਰ ਜਿਹੜੀ ਪਾਕਿਸਤਾਨ ਦੇ ਵਿੱਚ ਇੰਡੀਅਨ ਅੰਬੈਸੀ ਸੀ ਉਹਨਾਂ ਨੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਉਹਨਾਂ ਨਾਲ ਗੱਲ ਕੀਤੀ ਵੀ ਮੰਗਾਂ ਲਿਖ ਕੇ ਦਿੱਤੀਆਂ, ਮੰਗਾਂ ਨਹੀਂ ਲਿਖ ਕੇ ਨਹੀਂ ਦਿੱਤੀਆਂ, ਜਵਾਨੀ ਦੱਸੀਆਂ ਸੀ। ਤੁਸੀਂ ਜਵਾਨੀ ਕੀ ਕੀ ਮੰਗ ਰੱਖੀ? ਅਸੀਂ ਕਿਹਾ ਵੀ ਸਾਨੂੰ ਜਰਨੈਲ ਸਿੰਘ ਭਿੰਡਰਾਂ ਦੀ ਰਿਹਾਈ ਫਸਟ ਮੰਗ। ਹਾਂਜੀ ਅਸੀਂ ਕੌਮ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਖਾਲਿਸਤਾਨ ਦੀ, ਅਤੇ ਸਿੱਖ ਕੌਮ ਦੇ ਹੋਣ ਦੇ ਧਰਮ ਖਤਰੇ 'ਚ ਆ, ਅਤੇ ਉਹ ਜਿਹੜਾ ਹਰਜ਼ਾਨਾ ਦਿੱਤਾ ਜਾਵੇ ਜੇ ਸਿੱਖ ਜਿਹੜੇ ਮਾਰੇ ਗਏ ਨੇ, ਜਿਹੜੇ ਖਾਲਿਸਤਾਨੀ ਪੱਖੀ ਜਿਹੜੇ ਨੇ ਜੇਲ੍ਹਾਂ 'ਚ ਨੇ ਉਹਨਾਂ ਦੀ ਰਿਹਾਈ ਕੀਤੀ ਜਾਵੇ। ਦੋ ਮੰਗਾਂ ਤੁਸੀਂ ਰੱਖੀਆਂ, ਇੱਕ ਭਿੰਡਰਾਂ ਵਾਲੇ ਦੀ ਰਿਹਾਈ, ਹਾਂ ਇੱਕ ਜਿਹੜੇ ਖਾਲਿਸਤਾਨੀ ਸਮਰਥਕ ਨੇ ਉਹਨਾਂ ਦੀ ਰਿਹਾਈ, ਉਹਨਾਂ ਦੀ ਰਿਹਾਈ। ਦੋ ਚੌਂਕ ਮਹਿਤਾ ਦੇ ਵਿੱਚ ਮਾਰੇ ਗਏ ਨੇ ਉਹਨਾਂ ਨੂੰ ਹਰਜ਼ਾਨਾ ਦਿੱਤਾ ਜਾਵੇ। ਕੋਈ ਸੀਗਾ ਕਿ ਇੰਨੇ ਪੈਸੇ ਦਿੱਤੇ ਜਾਣੇ, ਇੰਨੀ ਸਾਨੂੰ ਅਮਾਊਂਟ ਚਾਹੀਦੀ ਹੈ? ਮੇਰੇ ਖਿਆਲ $5 ਲੱਖ ਦੀ ਗੱਲ ਕੀਤੀ ਗਈ, $5 ਲੱਖ ਨਾਲ ਉਹਨਾਂ ਨੂੰ ਦਿੱਤਾ ਜਾਵੇ। $5 ਲੱਖ ਇੱਕ ਇੱਕ ਸ਼ਖਸ ਨੂੰ? ਨਹੀਂ ਨਹੀਂ ਸਾਰਿਆਂ ਨੂੰ, ਮਤਲਬ ਜਿਹੜੇ $15-20 ਲੱਖ ਦਵਾਇਆ ਜਾਵੇ। ਠੀਕ ਹੈ। ਅੱਛਾ ਫਿਰ ਕੀ ਹੋਇਆ, ਉਹ ਕਹਿਣ ਲੱਗੇ ਵੀ ਅਸੀਂ ਚਾਹੁੰਦੇ ਹਾਂ ਤੁਸੀਂ ਮਰਗ ਜਿੱਦਾਂ 'ਚ ਰਹਿਣਾ ਚਾਹੋ, ਸਾਨੂੰ ਕੋਈ ਇਤਰਾਜ਼ ਨਹੀਂ। ਇਹ ਪਾਕਿਸਤਾਨ ਦੇ ਅਧਿਕਾਰੀਆਂ, ਜਿੰਨੀ ਦੇਰ ਇੱਥੇ ਫਲਾਈਟ ਰੱਖਣਾ ਚਾਹੁੰਦੇ ਹੋ ਰੱਖੋ, ਸਾਨੂੰ ਕੋਈ ਕਿਹਾ ਕਿ ਫਿਊਲ ਭਰਾ ਕੇ ਦਿਓ? ਨਹੀਂ ਨਹੀਂ ਕਿਤੇ ਹੋਰ ਜਾਣਾ ਚਾਹੁੰਦੇ? ਨਹੀਂ ਨਹੀਂ ਅਸੀਂ ਮੰਗ ਨਹੀਂ ਕੀਤੀ, ਅਤੇ ਅਸੀਂ ਗੱਲ ਇਹ ਗੱਲ ਕਹੀ ਸੀ। ਫਿਰ ਜਿਸ ਵੇਲੇ ਅਸੀਂ ਹਿਊਮਨਿਟੇਰੀਅਨ ਗਰਾਊਂਡ ਦੇ ਉੱਤੇ, ਇਹ ਤੁਸੀਂ ਗੱਲ ਕਰਨ ਥੱਲੇ ਗਏ ਸੀ ਜਾਂ ਗਜਿੰਦਰ ਹੋਣੀ? ਗਜਿੰਦਰ ਨੂੰ ਭੇਜਿਆ ਸੀ। ਤੁਸੀਂ ਫਲਾਈਟ ਤੇ ਦੇਖ ਰਹੇ ਸੀ ਕੋਈ? ਹਾਂ ਸਾਰੇ ਸਾਰਾ ਕੁਝ, ਪਾਇਲਟਾਂ ਨੂੰ, ਫਲਾਈਟ ਨੂੰ, ਸਾਰੇ ਸਵਾਰੀਆਂ ਨੂੰ। ਉੱਪਰ ਹੈ? ਉੱਪਰ 3 ਜਣੇ ਸੀ, 4 ਜਣੇ ਸੀ? ਨਹੀਂ 4 ਜਣੇ, 4 ਜਣੇ ਇੱਕ ਇੱਕ ਅੰਦਰ ਖੜਾ ਸੀ ਉਹਦੇ ਪਾਇਲਟਾਂ ਕੋਲ, ਸਾਰੀਆਂ 3 ਜਣੀਆਂ ਸੀ, ਸਾਰਾ ਜਹਾਜ਼ ਜਿਹੜਾ ਨਾ ਮੈਂ 4 ਸੀ ਮੇਨ। ਠੀਕ ਹੈ, ਉਹਨੂੰ ਭੇਜਤਾ ਜੀ। ਫਿਰ ਬਾਅਦ ਵਿੱਚ ਅਸੀਂ ਹਿਊਮਨਿਟੇਰੀਅਨ ਗਰਾਊਂਡ ਦੇ ਉੱਤੇ ਇੱਕ ਸੋਚਿਆ ਵੀ ਇੱਕ ਪੱਤਾ ਖੇੜੀ ਹੈ, ਕਿਉਂਕਿ ਇਹ ਸੰਸੀਅਰ ਵੀ ਸੀ। ਸਾਡਾ ਕੋਈ ਮਕਸਦ ਕਿਸੇ ਨੂੰ ਡਲਾਉਣਾ, ਕਿਸੇ ਨੂੰ ਕਤਲ ਕਰਨਾ ਜਾਂ ਕਿਸੇ ਨੂੰ ਜਾਤੀ ਕਰਨੀ ਤਾਂ ਨਹੀਂ ਸੀ, ਸਾਡੀ ਆਪਣੀ ਮੰਗਾਂ ਸਨ ਸਿਰਫ। ਬਾਅਦ ਵਿੱਚ ਅਸੀਂ ਫਿਰ ਫੋਰਨਰ ਜਿਹੜੇ ਨੇ ਜਿੰਨੇ ਸਨ ਅਸੀਂ ਫਿਰ ਉਹ ਰਿਲੀਜ਼ ਕਰਤੇ। ਕਿੰਨੇ ਜਣੇ ਸੀ? 15-20 ਸੀਗੇ ਫੋਰਨਰ, ਵੀ 25 ਸੀਗੇ, 25 ਸੀ ਹੋਣੇ। ਤੁਸੀਂ ਰਿਹਾ ਕਰਤੇ? ਰਿਹਾ ਕਰ, ਹਾਂ ਭੇਜ ਦਿੱਤਾ। ਕੁਛ ਔਰਤਾਂ ਰਿਹਾ ਕਰਤੀਆਂ, 10-15 ਠੀਕ ਹੈ। ਅਤੇ ਜਿਹੜੇ ਵੀ ਸਨ ਮਤਲਬ ਕਿ ਸਮਝੋ ਵੀ ਇੱਕ ਬੱਚੇ ਸਨ, ਜਿਹੜੇ ਕਿ ਹੋਰ ਜਿਹੜੇ ਮੁਸਲਮਾਨ ਸਨ ਰਿਹਾ ਕਰ ਦਿੱਤੇ ਸੀ। ਮੁਸਲਮਾਨ ਕਿਉਂ ਰਿਹਾ ਕੀਤੇ?
ਅਸੀਂ ਨਹੀਂ, ਅਸੀਂ ਬਲਕਿ ਕਿ ਮੁਸਲਮਾਨ ਰਿਹਾ ਕਰ ਦਿੱਤੇ, ਅਸੀਂ ਸਿਰਫ ਕਿਉਂਕਿ ਇੰਡੀਅਨ ਸਟੇਟ ਜਿਹੜੀ ਸੀ ਨਾ, ਅਸੀਂ ਇਹਨਾਂ ਦੇ ਪ੍ਰੈਸ਼ਰ ਪਾਉਣ ਦੇ ਲਈ ਇਹ ਗੱਲ ਹੈ ਵੀ ਜਿੰਨੇ ਵੀ ਜਿਹੜੇ ਹਿੰਦੂ ਸਨ ਉਹਨਾਂ ਨੂੰ ਅਸੀਂ ਰੱਖ ਲਿਆ, ਸਿੰਘਾਂ ਨੂੰ ਵੀ ਰਿਹਾ ਕਰਤਾ, ਮੁਸਲਮਾਨਾਂ ਨੂੰ ਵੀ ਰਿਹਾ ਕਰ ਦਿੱਤਾ, ਈਸਾਈਆਂ ਨੂੰ ਵੀ ਰਿਹਾ ਕਰਤਾ, ਬੱਚਿਆਂ ਨੂੰ ਸਿਰਫ ਹਿੰਦੂ ਰੱਖ ਲਿਆ ਉੱਥੇ, ਇਹਦੀ ਹਿੰਦੂ ਫੈਮਿਲੀ ਰੱਖ ਲਿਆ, ਠੀਕ ਹੈ, ਉਹਨਾਂ ਨੂੰ ਕਹਿ ਦਿੱਤਾ ਤੁਹਾਡਾ ਵਾਲ ਵਿੰਗਾ ਨਹੀਂ ਹੋਊਗਾ, ਠੀਕ ਹੈ, ਤੁਹਾਨੂੰ ਅਸੀਂ ਕੁਛ ਨਹੀਂ ਕਹਾਂਗੇ, ਸਿਰਫ ਤੁਹਾਡੀ ਆਪਣੀਆਂ ਮੰਗਾਂ ਬਣਾਉਣ ਵਾਸਤੇ ਤੁਹਾਨੂੰ ਬੈਠਾ ਔਰ ਤੁਹਾਨੂੰ ਹਰ ਇੱਕ ਸਹੂਲਤ ਦਿਆਂਗੇ, ਠੀਕ ਹੈ। ਅਸੀਂ ਕੀ ਕੀਤਾ, ਮੈਡੀਕਲ ਟੀਮ ਬਾਹਰੋਂ ਮੰਗਵਾਈ, ਜਦਕਿ ਹਾਈਜੈਕਰ ਨਹੀਂ ਮਨਾਉਂਦੇ, ਪਾਕਿਸਤਾਨ ਦੀ ਟੀਮ ਤੁਸੀਂ ਮੈਡੀਕਲ ਟੀਮ ਮੰਗਵਾਈ, ਕੋਲਡ ਡਰਿੰਕ ਮੰਗਵਾਈ, ਰੋਟੀ ਮੰਗਵਾਈ, ਚਾਹ ਪਾਣੀ ਕਾਫੀ ਮੰਗਵਾਈ। ਕਿੰਨਾ ਟਾਈਮ ਰਹੇ ਉੱਥੇ? ਅਸੀਂ ਮਤਲਬ ਕਿ ਸਮਝੋ ਵੀ 12:30 ਗਏ ਸੀਗੇ, ਸਵੇਰ ਦੇ 8 ਵਜੇ ਸਾਡੇ 'ਤੇ ਕਮਾਂਡੋ ਐਕਸ਼ਨ ਹੋਇਆ। ਉਹ ਕਿਵੇਂ ਹੋਇਆ? ਉਹੀ ਦੱਸ ਦੇਣਾ ਨਾ ਮੈਂ, ਗੱਲ ਇਹ ਹੈ ਵੀ ਜਿਸ ਵੇਲੇ ਮਤਲਬ ਸਮਝੋ ਵੀ ਉਹ ਕਰਤਾ ਨਾ ਉਹ ਰੱਖੇ, ਅਸੀਂ ਕਿਹਾ ਵੀ ਤੁਹਾਨੂੰ ਸਾਰਿਆਂ ਨੂੰ ਮਤਲਬ ਕਿ ਬਿਲਕੁਲ ਖੁਸ਼ ਸਨ ਜੇ ਬੈਠੇ ਸਨ, ਮੈਂ ਕਿਹਾ ਤੁਹਾਨੂੰ ਕੋਈ ਤੰਗੀ ਨਹੀਂ ਹੋਵੇਗੀ, ਵੀ ਚਾਹ ਪਾਣੀ ਪੀਓ, ਕਾਫੀ ਪੀਓ, ਕਿਸੇ ਨੂੰ ਕੋਈ ਮੈਡੀਕਲ ਪ੍ਰੋਬਲਮ ਹੈ ਮੈਡੀਕਲ ਲਓ, ਸਭ ਕੁਝ। ਉਹਦੇ ਨਾਲ ਸਾਨੂੰ ਇੱਕ ਨੁਕਸਾਨ ਕੀ ਹੋਇਆ? ਨਹੀਂ, ਹਿੰਦੁਸਤਾਨ ਸਰਕਾਰ ਦਾ ਕੋਈ ਜਵਾਬ ਆਇਆ? ਇੰਨੀ ਸੁਣੋ ਤੋ ਲਓ, ਸੁਣੋ ਗੱਲ ਮੇਰੀ। ਫਿਰ ਰਾਤ ਦੇ ਟਾਈਮ ਇੰਡੀਅਨ ਅੰਬੈਸਡਰ ਜਿਹੜਾ ਸੀਗਾ ਇਸਲਾਮਾਬਾਦ, ਜਿਹੜਾ ਮਤਲਬ ਕਿ ਹੁਣ ਪਿੱਛੇ ਜਿਹੜਾ ਉਹਦੀ ਡੈਥ ਹੋ ਗਈ ਹੈ, ਨਟਵਰ ਸਿੰਘ, ਨਟਵਰ ਸਿੰਘ, ਹਾਂ ਨਟਵਰ ਸਿੰਘ, ਉਸ ਵੇਲੇ ਵਿਦੇਸ਼ ਮੰਤਰੀ ਸੀ? ਨਹੀਂ ਨਹੀਂ, ਉਸ ਵੇਲੇ ਅੰਬੈਸਡਰ ਸੀ ਇਸਲਾਮਾਬਾਦ, ਇਸਲਾਮਾਬਾਦ ਚ ਅੰਬੈਸਡਰ, ਅੰਬੈਸਡਰ ਜੀ, ਉਹ 에ਅਰਪੋਰਟ ਤੇ ਆਇਆ ਜੀ। ਫਿਰ ਸਾਨੂੰ ਪਾਕਿਸਤਾਨ ਅਧਿਕਾਰੀਆਂ ਨੇ ਗੱਲ ਕਹੀ, ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ, ਤੇ ਫਿਰ ਮੈਂ ਗੱਲ ਕਹੀ, ਮੈਂ ਕਿਹਾ ਇਸ ਤਰ੍ਹਾਂ ਕਰੋ, ਮੈਂ ਜਹਾਜ਼ ਨੂੰ ਸਾਰਾ ਕੁਛ ਸਾਂਭ ਕੇ ਰੱਖਦਾ, ਤੂੰ ਇਸ ਤਰ੍ਹਾਂ ਆਪਣੀਆਂ ਮੰਗਾਂ ਜਿਹੜੀਆਂ ਨੇ ਉਹਨੂੰ ਜਾ ਕੇ ਦੱਸ ਦੇ। ਇਹ ਗਜਿੰਦਰ ਨੂੰ ਕਿਹਾ? ਹਾਂ ਗਾ, ਉਹ ਫਿਰ ਜਿਹੜਾ ਨਾ ਉਹਨਾਂ ਦੀ ਕੋਈ ਜਿਹੜੀ ਹੈ ਕਾਫੀ 2 ਕਿਲੋਮੀਟਰ ਦੀ ਹੋਣੀ ਹੈ, ਜਿੱਥੇ ਜਹਾਜ਼ ਸਾਡਾ ਕੋਲ ਖੜਾ ਸੀ, ਉਹ ਜਾ ਕੇ ਉਹਨਾਂ ਨੂੰ ਗੱਡੀ ਆਈ, ਉਹਨਾਂ ਨੂੰ ਜਾ ਕੇ ਉਹਨਾਂ ਨੇ ਅੰਬੈਸਡਰ ਨਾਲ 5-10 ਮਿੰਟ, ਨਟਵਰ ਸਿੰਘ ਹੋਣਾ, ਨਟਵਰ ਸਿੰਘ ਹੋਣੀ ਨਾਲ 10 ਕੁ ਮਿੰਟ ਉਹਨਾਂ ਦੀ ਗੱਲਬਾਤ ਹੋਈ, ਵੀ ਇਹ ਸਾਡੀਆਂ ਮੰਗਾਂ ਨੇ, ਅਸੀਂ ਇਸ ਲਈ ਹਾਈਜੈਕ ਕੀਤਾ, ਅਤੇ ਸਾਡਾ ਹੋਰ ਕਿਸੇ ਨਾਲ ਕੋਈ ਐਸੀ ਗੱਲ ਕੋਈ ਨਹੀਂ, ਕਿ ਸਾਡੀਆਂ ਮੰਗਾਂ ਪੂਰੀਆਂ ਹੋ ਜਾਣ, ਅਸੀਂ ਜਹਾਜ਼ ਜਿਹੜਾ ਨਾ ਰਿਲੀਜ਼ ਕਰ ਦਾਂਗੇ, ਅਤੇ ਉਹ ਮਤਲਬ ਕਿ ਮੰਗਾਂ ਲੈ ਕੇ ਜਿਹੜਾ ਨਾ ਚਲਾ। ਇਹ ਕਿੰਨੇ ਵਜੇ ਦੀ ਘਟਨਾ? ਕਿੰਨੇ ਵਜੇ? ਰਾਤ ਦੇ 8 ਵਜੇ ਦੀ ਗੱਲ। ਰਾਤ 8 ਵਜੇ? ਰਾਤ ਦੇ 8 ਵਜੇ ਦੀ ਗੱਲ। 12:30 ਤੋਂ ਤੁਸੀਂ ਆਪਣੀ ਗੱਲ ਰੱਖੀ, 8 ਵਜੇ ਤੱਕ ਰਿਪਲਾਈ ਆ? 8 ਵਜੇ ਤੱਕ, ਹਾਂਜੀ, ਰਿਪਲਾਈ ਅੰਬੈਸਡਰ ਆ ਗਏ, ਅੰਬੈਸਡਰ ਆ ਗਏ, ਤਕਰੀਬਨ 7-8 ਘੰਟੇ ਲੱਗੇ। ਹਾਂਜੀ ਹਾਂਜੀ, ਅਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਇਹ ਗੱਲ, ਅੱਛਾ ਇੱਕ ਗੱਲ ਹੋਰ ਸਾਨੂੰ ਜਿਹੜੀ ਹੈ, ਸਾਨੂੰ ਸਾਨੂੰ ਐਡਵਾਂਟੇਜ ਮਿਲਿਆ। ਚਲੋ ਇਹ ਅਸੀਂ ਹੁਣ ਕੀ ਕਹਿ ਸਕਦੇ ਹਾਂ, ਪਾਕਿਸਤਾਨ ਦੇ ਵਿੱਚ ਸਾਨੂੰ ਨਹੀਂ ਪਤਾ ਸੀਗਾ, ਜਿਸ ਵੇਲੇ FIR ਦਰਜ ਹੋਣ ਲੱਗੀ ਹੈ ਨਾ ਸਾਡੀ ਬਾਅਦ ਤੁਹਾਨੂੰ ਦੱਸਾਂਗਾ। ਅੱਛਾ, ਜਿਸ ਵੇਲੇ ਸਮਝੋ ਵੀ ਸਵੇਰੇ ਹੁਣ ਰਾਤ ਅਸੀਂ ਉੱਥੇ ਇੱਦਾਂ ਕਰਕੇ ਸਤਰ ਕਰਕੇ ਬੈਠੇ ਰਹੇ, ਠੀਕ ਹੈ, ਬਸ ਜਿਹੜੇ ਵੀ ਮਤਲਬ ਕਿ ਸਮਝੋ ਵੀ ਸਵਾਰੀਆਂ ਸਨ ਸਾਰੀਆਂ ਜਿਹੜੀਆਂ, ਸਾਨੂੰ ਇਹ ਵੀ ਖਤਰਾ ਹੁੰਦਾ ਸੀ ਕੋਈ ਸਵਾਰੀਆਂ ਜਿਹੜੀਆਂ ਨੇ ਇਕੱਠੀਆਂ ਸਾਰਾ ਸੂਰਾ ਕਰਕੇ ਸਾਡੇ ਗਾਲੀਆਂ ਪੈ ਜਾਣ, ਇੱਕ ਮੈਂ ਇੱਥੇ ਖੜਾ, ਮੈਂ ਉੱਥੇ ਖੜਾ, ਮੈਂ ਉੱਥੇ ਖੜਾ, ਅਸਲਾ ਤੇ ਹੈ ਨਹੀਂ, ਅੱਛਾ ਇੱਕ ਆਹੋ ਆਹੋ, ਅਤੇ ਉਹ ਗੱਲ ਸੁਣੋ, ਇੱਕ ਗੱਲ ਸਾਡੇ ਨਾਲ ਨੈਗੇਟਿਵ ਇਹ ਉਪਰੀ, ਦੇਖੋ ਸਾਨੂੰ ਚਾਹੀਦਾ ਨਹੀਂ ਸੀਗਾ ਕਰਨਾ ਅੱਜ ਹਾਈਜੈਕਰ, ਪਰ ਸਾਨੂੰ ਹੁਣ ਪਾਕਿਸਤਾਨੀਆਂ 'ਤੇ ਵਿਸ਼ਵਾਸ ਸੀ ਯਾਰ ਇਹ ਸਾਨੂੰ ਕੀ ਨੁਕਸਾਨ ਕਰਨਗੇ, ਅਤੇ ਮਤਲਬ ਕਿ ਉਹਨਾਂ ਨੇ ਕੀ ਕੀਤਾ, ਸਾਰਿਆਂ ਨਾਲ ਉੱਥੇ ਜਾ ਕੇ ਸਾਰਾ ਸਰਵੇ ਕਰ ਲਿਆ, ਵੀ ਇਹਨਾਂ ਕੋਲ ਕੋਈ ਹਥਿਆਰ ਨਹੀਂ, ਨਾ ਇਸ ਤਰ੍ਹਾਂ ਕਿਸੇ ਕੋਲ। ਪਾਕਿਸਤਾਨ ਦੇ ਅਧਿਕਾਰੀ ਫਲਾਈਟ 'ਚ ਆ ਗਏ ਸੀ? ਫਲਾਈਟ ਕੁਦਰਤੀ ਗੱਲ ਹੈ, ਜਿਹੜੇ ਆਉਂਦੇ ਨੇ ਉਹ CID ਦੇ ਹੁੰਦੇ ਨੇ, ਬਹੁਤ ਡਾਕਟਰ ਦੇ ਰੂਪ 'ਚ ਆਇਆ, ਜਿਹੜਾ ਕੋਈ ਮਤਲਬ ਕਿ ਕੋਲਡ ਡਰਿੰਕ ਲੈ ਕੇ ਆਇਆ, ਕੋਈ ਮਤਲਬ ਕਿ ਰੋਟੀ ਲੈ ਕੇ ਆਇਆ,
ਉਹ ਜਿਹੜੇ ਉਹਨਾਂ ਦੇ ਨਾਲ ਹੈਲਪਿੰਗ ਵਾਲੇ ਆ ਜੀ, ਆ ਖਾਧੀ ਰੋਟੀ ਆ ਕੋਲਡ ਡਰਿੰਕ? ਨਹੀਂ ਅਸੀਂ ਤਾਂ ਹਾਂ ਕੋਲਡ ਡਰਿੰਕ ਅਸੀਂ ਤਾਂ ਨਹੀਂ ਖਾਧੇ ਸੀ, ਨਹੀਂ ਲਈ ਅਸੀਂ, ਨਹੀਂ ਲਈ ਅਸੀਂ, ਨਹੀਂ ਲਈ ਇਹ ਮਤਲਬ ਕਿ ਅਸੀਂ ਤਾਂ ਮਤਲਬ ਕਿ ਸਮਝ ਵੀ ਕਿਹਾ ਵੀ ਇਹਨਾਂ ਨੂੰ ਖਿਲਾਓ ਬਸ ਸਭ, ਅਤੇ ਅਸੀਂ ਕੋਈ ਨਹੀਂ ਖਾਧਾ ਸੀ ਕੁਛ, ਅਸੀਂ ਸਮਝਦੇ ਸਾਂ ਵੀ ਮਤਲਬ ਕਿ ਨਾ ਸਮਝੋ ਵੀ ਸਾਨੂੰ ਕਿਤੇ ਟੋਇਲਟ ਨਾਲ ਜਾਣਾ ਪਏ, ਵਾਸ਼ਰੂਮ ਨਾਲ ਜਾਣਾ ਪਏ, ਕੁਛ ਨਾ ਜਾਣਾ ਪਿਆ, ਅਸੀਂ ਥੋੜ੍ਹਾ ਜਿਹਾ ਅਲਰਟ ਇਸ ਪੱਖੋਂ ਸੀਗੇ। ਅਤੇ ਬਾਅਦ ਵਿੱਚ ਸਮਝੋ ਵੀ ਜਦ ਉਹਨਾਂ ਨੇ ਬਾਅਦ ਵਿੱਚ ਸਾਨੂੰ ਪਤਾ ਲੱਗਾ, ਤੁਹਾਨੂੰ ਇਹ ਦੱਸਾਂਗੇ ਸਟੋਰੀ, ਬਾਅਦ ਵਿੱਚ ਉਹਨਾਂ ਨੇ ਦੱਸਿਆ ਸਾਨੂੰ ਕਿਹਾ ਤੁਹਾਡੀ ਅਸੀਂ ਸਾਰੀ ਉਹ ਕਰ ਲਈ ਸੀ ਜਿਹੜੀ ਹੈ, ਤੁਹਾਡੇ ਕੋਲ ਕੁਛ ਨਹੀਂ, ਕੁਛ ਨਹੀਂ ਹੈ ਕਿਹਾ ਤੁਹਾਡੇ ਕੋਲ, ਪਰ ਉਹਨੂੰ ਇਹ ਸ਼ੱਕ ਸੀ ਮੇਰੇ ਕੋਲ, ਮੈਨੂੰ ਜਦ ਮਾਰ ਪਈ ਹੈ ਬਾਅਦ ਵੀ ਇਹ ਥੈਲਾ ਹੈਗਾ ਇਹਦੇ ਕੋਲ, ਇਹਦੇ ਕੋਲ ਹੈਂਡ ਗ੍ਰੇਨੇਡ ਹੈਗਾ, ਇਹ ਮੈਂ ਬਾਅਦ ਸ਼ੋਰ ਕਰਦਾ ਸੀ, ਮੈਂ ਕਿਹਾ ਮੈਂ ਜੇ ਆਏ ਸੀ ਨਾ ਬਰਤਾਮ ਰੋਡ ਵਾਸਤੇ, ਕਹਿੰਦੇ ਦੇਖੋ ਸਵਾਰੀਆਂ ਨੂੰ ਉਹਨਾਂ ਨੂੰ ਸੁਣਾਉਣ ਵਾਸਤੇ, ਦੇਖੋ ਆਪਣਾ ਅਸੀਂ ਅਸੀਂ ਫਿਰ ਗੱਲ ਸੁਣੋ, ਜਹਾਜ਼ ਉਡਾ ਵੀ ਦਿਆਂਗੇ ਜੇ ਸ਼ਰਾਰਤ ਕੀਤੀ ਤਾਂ, ਅਸੀਂ ਮਤਲਬ ਕਿ ਕਿਸੇ ਲਿਹਾਜ਼ ਨਹੀਂ ਕਰਨਾ। ਤੁਸੀਂ ਕੋਈ ਕੋਡ ਵਰਡ ਵੀ ਰੱਖਿਆ ਹੋਇਆ ਸੀਗਾ? ਕੋਡ ਵਰਡ ਨਹੀਂ ਰੱਖਿਆ, ਓਪਰੇਸ਼ਨ ਕੋਡ ਵਰਡ ਕੋਈ ਆਪਸ ਇੱਕ ਦੂਜੇ ਨਾਲ ਨਾ ਕਿਵੇਂ ਲੈਂਦੇ? ਨਹੀਂ ਨਹੀਂ, ਹੁਣ ਕਹਿੰਦੇ ਸੀ ਸਿੰਘ ਸਾਹਿਬ ਆ ਜਾਓ ਉਰੇ, ਸਿੰਘ ਸਾਹਿਬ ਤੁਸੀਂ ਆ ਜਾਓ ਉਰੇ, ਬਸ ਇਸ਼ਾਰਾ ਕਰਕੇ ਰਹੇ ਸੀ। ਕੋਡ ਵਰਡ ਨਹੀਂ, ਕੋਡ ਵਰਡ ਨਹੀਂ ਰੱਖਿਆ, ਮੂੰਹ ਟਕੇ ਸੀ? ਨਹੀਂ, ਮੂੰਹ ਨਹੀਂ ਟਕੇ ਸੀ, ਮੂੰਹ ਖੁੱਲੇ ਸੀ, ਮੂੰਹ ਟਕੇ, ਤੁਹਾਡੀ ਆਈਡੈਂਟੀ ਪਤਾ ਲੱਗ ਰਹੀ ਸੀ? ਪਤਾ ਲੱਗ ਰਹੀ ਸੀ, ਸ਼ਾਇਦ ਪਤਾ ਲੱਗ ਰਹੀ ਸੀ। ਫਿਰ ਰਾਤ ਨੂੰ ਅਸੀਂ ਰਹੇ ਉੱਥੇ ਸਵੇਰੇ 8 ਵਜੇ ਕੋਲ, ਹਾਂਜੀ 7:30 to 8:15 ਕੋਲ ਇੱਕ ਸੀਨੀਅਰ ਅਫਸਰ ਆਇਆ, ਉਹ ਕਹਿਣ ਲੱਗਾ ਵੀ ਤੁਹਾਡੇ ਨਾਲ ਮੈਂ ਗੱਲ ਕਰਨਾ ਚਾਹੁੰਦਾ। ਫਿਰ ਮੈਂ ਉਹਨੂੰ ਭੇਜਤਾ ਅੱਗੇ ਜਿੰਦਰ ਸਿੰਘ ਨੂੰ, ਅਤੇ ਥੱਲੇ ਉਹਨਾਂ ਨੇ ਕੁਰਸੀ 'ਤੇ ਦੋ ਕੁਰਸੀ 'ਤੇ ਬਹਿ ਗਏ ਅਤੇ ਉਹ ਗੱਲਬਾਤ ਆਪਸ 'ਚ ਕਰ ਰਹੇ ਸੀਗੇ, ਉਹਨਾਂ ਦੀ ਪਲਾਨਿੰਗ ਸੀ ਕੁਛ ਉਹ ਕਰ ਰਹੇ ਸੀਗੇ। ਅਤੇ 8 ਵਜੇ ਕੋਲ ਇੱਕ ਗੱਡੀ ਆਈ, ਗੱਡੀ ਆਈ ਅਤੇ ਉਹ ਕਹਿਣ ਲੱਗੇ ਦੋ ਡਾਂਗਰੀਆਂ ਵਾਲੇ ਜਿਹੜੇ ਨੇ ਉਹ ਮਤਲਬ ਕਿ ਉੱਤੇ ਚੜ੍ਹੇ। ਮੈਂ ਕਿਹਾ ਤੁਸੀਂ ਕਿਵੇਂ ਆਏ? ਕਹਿਣ ਲੱਗੇ ਵੀ ਗੱਲ ਇਹ ਹੈ ਵੀ ਅਸੀਂ ਆਏ ਹਾਂ ਉਹ ਗੱਡੀ ਦੇ ਵਿੱਚ ਇਹ ਸਵਾਰੀਆਂ ਲਈ ਬ੍ਰੇਕਫਾਸਟ ਲੈ ਕੇ, ਅਤੇ ਮੇਰਾ ਖਿਆਲ ਆ ਵੀ ਕਹਿੰਦੇ ਵੀ ਟੋਇਲਟ ਵੀ ਜਿਹੜੇ ਭਰ ਗਏ ਹੋਣਗੇ, ਅਸੀਂ ਤਾਂ ਸਵੀਪਰ ਹਾਂ ਅਤੇ ਗੱਡੀ ਵਾਲੇ ਉਹ ਹੈਗੇ ਨੇ ਉੱਥੇ ਬੈਠੇ ਨੇ ਬ੍ਰੇਕਫਾਸਟ ਲੈ ਕੇ ਆਏ ਨੇ, ਪਹਿਲੇ ਬ੍ਰੇਕਫਾਸਟ ਲੈਣਾ ਹੈ ਕਿ ਟੋਇਲਟ ਸਾਫ਼ ਕਰਾਉਣੇ ਨੇ? ਅਤੇ ਮੈਂ ਕਿਹਾ ਵੀ ਪਹਿਲੇ ਟੋਇਲਟ ਦੀ ਸਾਫ਼ ਕਰ ਲਓ ਤੁਸੀਂ। ਅਤੇ ਉਹਨਾਂ ਦੀ ਮੈਂ ਨਾ ਮਤਲਬ ਕਿ ਮੈਨੂੰ ਉਹਨਾਂ ਸ਼ੱਕ ਨਹੀਂ ਸੀਗਾ, ਮਤਲਬ ਕਿ ਇਹਨਾਂ ਕੋਲ ਹਥਿਆਰ ਹੋ ਸਕਦੇ ਨੇ। ਅਤੇ ਮੈਂ ਕੀ ਕੀਤਾ, ਮੈਂ ਸਰਸਰੀ ਜੀ ਇਸ ਤਰ੍ਹਾਂ ਕਰਕੇ ਨਾ ਮੇਰੇ ਸਮਝੋ ਵੀ ਉਹਨਾਂ ਦੀ ਤਲਾਸ਼ੀ ਲਈ ਇੱਦਾਂ ਕਰਕੇ ਵੀ ਮੈਂ ਅਗਰ ਸ਼ੱਕ ਹੁੰਦਾ ਤਾਂ ਮੈਂ ਸਾਰਾ ਕੁਛ ਚੰਗੀ ਤਰ੍ਹਾਂ ਕਰਦਾ, ਮੈਂ ਤਲਾਸ਼ੀ ਲਈ। ਅਤੇ ਉਹਨੂੰ ਕਹਿੰਦਾ ਅੱਛਾ ਠੀਕ ਹੈ, ਤੁਸੀਂ ਇਸ ਬਾਥਰੂਮ 'ਚ ਚਲਾ ਜਾ, ਉਹ ਦੂਜੀ ਤਲਾਸ਼ੀ ਲਈ, ਮੈਂ ਕਿਹਾ ਤੂੰ ਪਿੱਛੇ ਚਲਾ ਜਾ। ਉਹਨਾਂ ਨੂੰ ਦੋਵਾਂ ਨੂੰ ਭੇਜ ਦਿੱਤਾ, 5-7 ਮਿੰਟ ਹੋਏ, ਮੈਂ ਮਤਲਬ ਸਮਝੋ ਦਰਵਾਜ਼ਾ ਖੁੱਲ੍ਹਾ ਸੀ ਨਾ, ਗਜਿੰਦਰ ਥੱਲੇ ਗੱਲ ਕਰ ਰਿਹਾ ਸੀ ਅਤੇ ਖੁੱਲ੍ਹਾ ਸੀ, ਮੈਂ ਸਮਝੋ ਵੀ ਇਸ ਤਰ੍ਹਾਂ ਕਰਕੇ ਬਿਲਕੁਲ ਤੱਕ ਹੋ ਕੇ ਦੇਖਦਾ ਰਹਿੰਦਾ, ਇੱਦਾਂ ਕਰਕੇ ਕਰ ਰਿਹਾ ਸੀ, ਖਲੋਤਾ ਸੀ। ਅਤੇ ਜਿਸ ਵੇਲੇ ਮੇਰੀ ਨਾ ਨਜ਼ਰ, ਮੈਂ ਬਾਥਰੂਮ ਦੇ ਦਰਵਾਜ਼ੇ ਦੇ ਨਾਲ ਹੀ ਸੀ, ਇੱਧਰ ਦਰਵਾਜ਼ਾ ਬਾਹਰ ਜਾਣ ਦਾ, ਇੱਧਰ ਇਹਦੇ ਬਾਥਰੂਮ ਦਾ ਨਾਲ ਹੀ, ਮੈਂ ਜਿਸ ਵੇਲੇ ਨਾ ਮਤਲਬ ਦਰਵਾਜ਼ੇ 'ਤੇ ਖੜ੍ਹਾ, ਮੈਂ ਦੇਖ ਰਿਹਾ ਸੀਗਾ ਵੀ ਗਜਿੰਦਰ ਕਿਹਦੇ ਨਾਲ ਗੱਲ ਕਰਦਾ ਅਤੇ ਕੀ ਕਰਦਾ ਵਾ, ਬਾਹਰ ਦਾ ਕੀ ਮਾਹੌਲ ਹੈ। ਇੱਦਾਂ ਕਰਕੇ ਮੈਂ ਨਾ ਇਦੋਂ ਇੱਦਾਂ ਹੋਇਆ, ਇੰਨੇ 'ਚ ਹੀ ਉਹ ਨਿਕਲਿਆ, ਉਹਨੇ ਮੇਰੀ ਨਾ ਮਤਲਬ ਸਮਝ ਮੈਨੂੰ ਨਹੀਂ ਪਤਾ ਲੱਗਾ, ਉਹਨੇ ਮੇਰੀ ਕਮਰ ਦੇ ਵਿੱਚ ਜ਼ੋਰ ਕੇ ਲੱਤ ਮਾਰੀ, ਲੱਤ ਮਾਰੀ ਅਤੇ ਮੈਂ ਸਿਰ ਦੇ ਬਾਹਰ ਜਿਹੜਾ ਨਾ ਪੌੜੀਆਂ ਤੋਂ ਡਿੱਗਦਾ ਥੱਲੇ ਚਲਾ ਗਿਆ। ਇਹ ਪਾਕਿਸਤਾਨ ਅਧਿਕਾਰੀ ਪਾਕਿਸਤਾਨ ਸੀ, ਉਹ ਪਾਜ ਪਤਾ ਲੱਗਾ ਉਹ ਕਮਾਂਡੋ ਦਾ ਕਰਨਲ ਸੀ, ਅੱਛਾ ਪਾਕਿਸਤਾਨ ਆਰਮੀ ਦਾ ਟੌਪ ਦਾ ਕਰਨਲ ਸੀਗਾ ਉਹ ਕਮਾਂਡੋ ਦਾ, ਅਤੇ ਉਹ ਦੂਜਾ ਮੇਜਰ ਸੀ ਕਮਾਂਡੋ ਦਾ, ਅਤੇ ਉਹਨੇ ਦੂਜਾ ਸੀਗਾ ਜਿਹੜਾ ਸਿੰਘ ਬਲ ਪਿੱਛੇ ਖੜਾ ਸੀ, ਉਹਨੇ ਪਿਸਟਲ ਲਗਵਾਈ ਸੀ ਪਿੱਛੇ, ਜਿਹੜੇ ਜਿਹਨੇ ਮਿਲ ਕੇ ਮੈਨੂੰ ਲੱਤ ਮਾਰੀ।
ਉਹਦੇ ਕੋਲ ਸਟੇਨ ਗਨ ਸੀ ਪਿਛਲੇ ਵਾਲੇ ਕੋਲ, ਉਹਨੇ ਸਟੇਨ ਗਨ ਪਿੱਛੋਂ ਕੱਢ ਲਈ ਅਤੇ ਉਹਨੂੰ ਹੈਂਡ ਜੰਪ ਕਰ ਲਿਆ ਜਾਂ ਸਿੰਘ ਪਿੱਛੇ ਖੜ੍ਹੇ ਸੀ। ਅਤੇ ਉਹ ਕੀ ਹੋਇਆ, ਜਿਸ ਵੇਲੇ ਮੈਂ ਸੋਚਿਆ, ਮੈਂ ਕਿਹਾ ਜੇ ਭੈਣ ਸਵਾਰੀ ਨਹੀਂ ਮਤਲਬ ਕਿ ਸਮਝੋ ਵਿਸ਼ਰਾਤ ਕਰ ਲਈ ਹੈ, ਮੈਂ ਜਿਸ ਵੇਲੇ ਉੱਤੋਂ ਕਿਰਪਾਨ ਮਤਲਬ ਕਿ ਹੱਥ ਸੀ ਮੇਰੇ, ਜਦੋਂ ਮੈਂ ਡਿੱਗਿਆ ਮੇਰੇ ਗੋਡਿਆਂ ਸੱਟਾਂ ਲੱਗ ਗਈਆਂ, ਬਾਹਾਂ ਨੂੰ ਰਗੜੀਆਂ ਗਈਆਂ, ਥੱਲੇ ਡਿੱਗੇ ਫਲੇ, ਥੱਲੇ ਡਿੱਗ, ਸੜਕ 'ਤੇ ਡਿੱਗ ਪਏ, ਪੌੜੀਆਂ ਦੇ ਜ਼ਰੀਏ ਥੱਲੇ ਡਿੱਗੇ, ਪੌੜੀਆਂ ਜਿਹੜੇ ਪੌੜੀਆਂ ਪੌੜੀਆਂ ਲੱਗੀਆਂ ਸਨ, ਪੌੜੀਆਂ ਜਿਹੜੇ ਮੈਂ ਰੁੜਦਾ ਹੋਇਆ ਸਿਰ ਦੇ ਬਾਅਦ ਜਿੱਦਾਂ ਕਿਰਪਾਨੀਆਂ ਕਰਦਾ, ਥੱਲੇ ਸੜਕ 'ਤੇ ਡਿੱਗ ਪਏ, ਕਾਫੀ ਉੱਚਾ ਸੀ ਉਹ ਚਾਰ। ਅਤੇ ਉਹ ਫਿਰ ਕੀ ਹੋਇਆ, ਇੰਨੇ ਜੀ ਮੈਂ ਕਿਰਪਾਨ ਹੱਥ 'ਚ ਮੇਰੇ ਮੈਂ ਉੱਤੇ ਚੜ੍ਹਨ ਲੱਗਾ, ਉਸ ਨੇ ਪਿਸਟਲ ਕੱਢ ਲਈ ਮੈਨੂੰ ਉਸ ਵੇਲੇ, ਫਿਰ ਵੀ ਉਸਦੇ ਬਾਵਜੂਦ ਵੀ ਉੱਤੇ ਚੜ੍ਹਨ ਲੱਗਿਆ। ਅਤੇ ਮੈਂ ਕਿਹਾ ਅਸੀਂ ਦੱਸਦੀ ਇਹਦੀ, ਅਤੇ ਉਹ ਕੀ ਹੋਇਆ, ਝਾੜੀਆਂ ਦੇ ਵਿੱਚ ਨੇੜੇ ਹੀ ਝਾੜੀਆਂ ਸਨ, ਉਹਦੇ ਸਾਰੇ ਮਤਲਬ ਪਾਕਿਸਤਾਨੀ ਆਰਮੀ ਦੇ ਕਮਾਂਡੋ ਲੁਕੇ ਸਨ, ਠੀਕ ਹੈ, ਰਾਤ ਨੂੰ ਆ ਕੇ ਲੁੱਕ ਗਏ ਉਹ। ਅਤੇ ਉਹ ਮਤਲਬ ਕਿ ਦੌੜੇ ਆਏ, ਮਤਲਬ ਕਿ ਜਿਸ ਵੇਲੇ ਉੱਤੇ ਚੜ੍ਹਨ ਲੱਗਿਆ ਦੌੜੇ ਆਏ, ਉਹਨਾਂ ਨੇ ਜੀ ਮੈਨੂੰ ਮਤਲਬ ਕਹਿੰਦਾ ਕੁੱਟਣਾ ਸ਼ੁਰੂ ਕਰਤਾ, ਤੁਹਾਨੂੰ ਅੱਗੇ ਜਿੰਦਰ ਨੂੰ ਕੀ ਕੀਤਾ, ਉਹ ਫੜ ਕੇ ਥੱਲੇ ਜ਼ਮੀਨ 'ਤੇ ਬਿਠਾ ਲਿਆ, ਠੀਕ ਹੈ, ਮੈਨੂੰ ਮਤਲਬ ਕਿ ਰਫਲਾਂ ਨਾਲ, ਰਫਾਂ ਦੇ ਬਟਾਂ ਨਾਲ, ਬੂਟਾਂ ਨਾਲ, ਮੁੱਕਿਆਂ ਨਾਲ, ਸਾਰਾ ਕੁਝ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਜ਼ਮੀਨ ਦੇ ਉੱਤੇ ਮਤਲਬ ਕਿ ਕੱਟਦੇ ਰਹੇ, ਲੰਬਾ ਪਾ ਕੇ ਮਤਲਬ ਕੱਟਦੇ ਰਹੇ, ਠੋਡਾ ਮਾਰਦੇ ਰਹੇ, ਬਟਾਂ ਨਾਲ ਕੱਟਦੇ ਰਹੇ, ਬਹੁਤ ਮਤਲਬ ਕਿ ਸਮਝੋ ਵੀ ਕਿ ਦਸਤਾਰ ਖੁੱਲ੍ਹ ਗਈ ਸੀ, ਕੇਸ ਖੁੱਲ੍ਹ ਗਏ ਸਨ, ਐ ਖੂਨ ਵਗ ਰਿਹਾ ਸੀ ਸਿਰ ਤੋਂ ਵੀ, ਮੂੰਹ ਤੋਂ ਵੀ, ਲੱਤਾਂ ਤੋਂ ਵੀ, ਬਾਹਾਂ ਤੋਂ ਵੀ, ਗੋਡਿਆਂ ਤੋਂ ਵੀ, ਸਾਰਾ ਕੁਝ ਜਿਹੜਾ ਨਾ ਜਿਸਮ ਜਿਹੜਾ ਨਾ ਬਿਲਕੁਲ ਖੂਨ ਖੂਨ ਹੋ ਗਿਆ ਸੀ। ਇੱਕ SSP ਆਇਆ, ਕਹਿੰਦੇ ਬਸ ਕਰੋ ਹੁਣ ਜਾਨ ਤੋਂ ਹੀ ਮਾਰ ਦੋਗੇ। ਅਤੇ ਉਹਨਾਂ ਨੂੰ ਗਜਿੰਦਰ ਸਿੰਘ ਨੂੰ ਤਾਂ ਖੁਸ਼ੀ ਕਿਹਾ, ਉਹਨੂੰ ਥੱਲੇ ਬਿਠਾ ਦਿੱਤਾ ਸੀ, ਉਹਨਾਂ ਨੂੰ ਹੈਡ ਜੰਪ ਕਰਕੇ ਉਹਨਾਂ ਨੂੰ ਜੇ ਦੂਜਿਆਂ ਨੂੰ ਲੈ ਆਉਂਦਾ। ਬਾਅਦ ਵਿੱਚ ਸਾਨੂੰ ਫਿਰ ਇਹਨਾਂ ਨੇ ਕੀ ਕੀਤਾ, ਇੱਕ ਗੱਡੀ ਦੇ ਬਿਠਾ ਕੇ, ਸਮਝੋ ਵੀ ਛਾਉਣੀ ਦੇ ਜਿਹੜਾ ਜਿਹੜੀ ਹੈ, ਸਮਝੋ ਪਾਕਿਸਤਾਨ ਦੀ ਜਿਹੜੀ ਹੈ ਛਾਉਣੀ ਹੈ ਲਾਹੌਰ ਦੀ, ਉਹਦੇ ਥਾਣੇ ਦੇ ਵਿੱਚ ਲੈ ਆਉਂਦਾ। ਮੈਂ ਇੱਥੇ ਆਉਂਦਾ, ਲੇਕਿਨ ਕਹਿੰਦੇ ਜਦੋਂ ਤੁਸੀਂ ਭਾਰਤ ਸਰਕਾਰ ਦੇ ਸਾਹਮਣੇ ਗੱਲ ਰੱਖੀ, ਇੰਦਰਾ ਗਾਂਧੀ ਆਸਟ੍ਰੇਲੀਆ ਸੀ, ਹਾਂਜੀ ਮੈਂ ਹੁੰਦਾ ਕਾਮਨਵੈਲਥ ਦਾ, ਇੱਥੇ ਮੈਂ ਮਿਸ ਕਰ ਗਿਆ, ਹਾਂ ਹਾਂ ਉਹ ਗੱਲ ਪਤਾ ਕੀ ਹੋ ਗਈ, ਜਿਸ ਵੇਲੇ ਮਤਲਬ ਕਿ ਸਮਝੋ ਵੀ ਸਾਨੂੰ ਨਾ, ਸਮਝੋ ਵੀ ਬਾਅਦ ਵਿੱਚ ਪਤਾ ਲੱਗਾ ਜੇ ਜਿਸ ਵੇਲੇ ਅਸੀਂ ਅਰੈਸਟ ਹੋ ਗਏ ਹਾਂ ਨਾ, ਜੇ ਬਾਅਦ ਵਿੱਚ ਅਸੀਂ ਉੱਥੇ ਗਏ ਹਾਂ ਨਾ, ਅਤੇ ਸਾਨੂੰ ਬਾਅਦ ਵਿੱਚ ਅਖਬਾਰ 'ਚ ਅਸੀਂ ਪੜ੍ਹਿਆ, ਇੰਦਰਾ ਗਾਂਧੀ ਅਤੇ 40 ਹੋਰ ਮੁਲਕਾਂ ਦੇ ਜਿਹੜੇ ਕਾਮਨਵੈਲਥ ਦੇ ਸਨ ਮੁਲਕ, ਉਹਨਾਂ ਦੀ 4 ਸਾਲ ਬਾਅਦ ਕਨਵੈਨਸ਼ਨ ਹੁੰਦੀ ਆ, ਉਹਦੇ 'ਚ ਮਿਸਿਸ ਥੈਚਰ ਵੀ ਗਈ ਸੀ, ਗੋਰਬਾਚੋਵ ਗਿਆ ਸੀ, ਫਰਾਂਸ ਦਾ ਵੀ ਗਿਆ ਸੀ, ਸਾਰੇ ਜਿਹੜੇ ਕਿ ਉਸ ਵੇਲੇ ਬਰਤਾਨੀਆ ਦੇ ਕਲੋਨੀਆਂ ਦੇ ਵਿੱਚ ਸਨ। ਅਤੇ ਉਸ ਵੇਲੇ ਲੈਕਚਰ ਕਰਦੇ ਹੋਇਆਂ ਇੰਦਰਾ ਗਾਂਧੀ ਨੇ ਗੱਲ ਆਖੀ ਸੀ ਕਿ ਸਿੱਖਾਂ ਵੱਲੋਂ ਪਾਕਿਸਤਾਨ ਦੇ ਵਿੱਚ ਇੰਡੀਆ ਏਅਰਲਾਈਨ ਜਿਹੜਾ ਹਾਈਜੈਕ ਕਰਕੇ ਲੈ ਗਏ ਨੇ, ਅਤੇ ਪਾਕਿਸਤਾਨ ਸਰਕਾਰ ਉਹਨਾਂ ਦੀ ਮਦਦ ਕਰ ਰਹੀ ਆ, ਅਤੇ ਪਾਕਿਸਤਾਨ ਸਰਕਾਰ 'ਤੇ ਪਾਬੰਦੀਆਂ ਲਾਈਆਂ ਜਾਣ ਅਤੇ ਉਹਨਾਂ ਨੂੰ ਜਹਾਜ਼ ਨੂੰ ਛੁਡਵਾਇਆ ਜਾਵੇ। ਕਹਿੰਦੇ 40 ਮੁਲਕਾਂ ਦਾ ਪ੍ਰੈਸ਼ਰ ਪਾਕਿਸਤਾਨ, ਪਾਕਿਸਤਾਨ ਫਿਰ ਉਹ ਸਾਰੇ ਕਈ ਮੁਲਕ ਜਿਹੜੇ ਨੇ, ਥੈਚਰ ਵਗੈਰਾ, ਗੋਰਬਾਚੋਵ, ਹੋਰ ਫਰਾਂਸ, ਉਹਨਾਂ ਨੇ ਲੈਕਚਰ ਕਰਦੇ ਹੋਇਆਂ ਇਹਦੀ ਇੰਦਰਾ ਗਾਂਧੀ ਦੀ ਹਮਾਇਤ ਕੀਤੀ। ਉਸ ਹਮਾਇਤ ਨੇ ਜਿਹੜਾ ਨਾ, ਜਿਸ ਦਿਨ ਅੱਜ ਉਸ ਕਨਵੈਨਸ਼ਨ ਵਿੱਚ ਉਸ ਲੈਕਚਰ ਜਿਹੜਾ, ਅਸੀਂ ਹਾਲੇ ਏਅਰਪੋਰਟ 'ਤੇ ਸੀਗੇ ਉਸੇ ਦਿਨ ਦਾ ਸੀਗਾ, ਉਹ ਜਿਹੜਾ ਜਿਸ ਵੇਲੇ ਉਹਨਾਂ ਨੇ ਸੋਚਿਆ ਮਤਲਬ ਕਿ ਨਾ, ਜਿਹੜਾ ਹੱਕ ਨੇ ਵੀ ਇਹ ਜਿਹੜਾ ਨਾ ਪ੍ਰੈਸ਼ਰ ਜਿਹੜਾ ਸਾਨੂੰ ਨੁਕਸਾਨ ਨਾ ਪਹੁੰਚਾ ਰਹੇ, ਅਸੀਂ ਸਿਰਫ ਇਹਨਾਂ ਦੀ ਇਹ ਮਦਦ ਕਰ ਰਹੇ ਹਾਂ ਵੀ ਤੁਸੀਂ ਆਪਣੀ ਮੰਗਾਂ ਜਿਹੜੀਆਂ ਬਣਵਾ ਸਕਦੇ ਹੋ ਉਹਨਾਂ ਤੋਂ ਮੰਗਵਾ ਲਓ, ਅਤੇ ਤੁਸੀਂ ਜਹਾਜ਼ ਇੱਥੇ ਖੜ੍ਹੇ ਆ ਗਿਆ, ਅਸੀਂ ਬੁਲਾਇਆ ਨਹੀਂ, ਅਤੇ ਆ ਗਿਆ ਅਤੇ ਤੁਸੀਂ ਮਤਲਬ ਕਿ ਨਾ ਖੜ੍ਹਾ ਹੋ ਕੇ ਤੁਸੀਂ ਆਪਣੀ ਮੰਗਾਂ ਬਣਵਾ ਲਓ, ਅਸੀਂ ਕੋਈ ਮਦਦ ਨਹੀਂ ਕਰ ਰਹੇ, ਕੋਈ ਕੁਛ ਨਹੀਂ। ਅਤੇ ਇਹ ਜਿਹੜਾ ਉਹਨਾਂ ਨੂੰ ਫਿਰ ਕਿਹਾ ਵੀ ਇੰਟਰਨੈਟ ਤੁਹਾਡੇ ਪਾਬੰਦੀਆਂ ਲਾਈਆਂ ਜਾਣਗੀਆਂ, ਉਹ ਡਰਦੇ ਮਾਰੇ ਉਹਨਾਂ ਨੇ ਫਿਰ ਰਾਤ ਤੋਂ ਰਾਤ ਪਲਾਨ ਸਾਡਾ ਕਮਾਂਡੋ ਐਕਸ਼ਨ ਦਾ ਬਣਾ ਲਿਆ।
ਤੇ ਉਸ ਕਾਰਨ ਕਮਾਂਡੋ ਐਕਸ਼ਨ ਹੋਇਆ। ਸਾਨੂੰ ਤਾਂ ਉਮੀਦ ਹੀ ਨਹੀਂ ਸੀਗੀ ਵੀ ਕਮਾਂਡੋ ਐਕਸ਼ਨ ਪਾਕਿਸਤਾਨ ਆਰਮੀ ਕਰ ਸਕਦੀ ਹੈ, ਅਤੇ ਇਹ ਕਮਾਂਡੋ ਐਕਸ਼ਨ ਜਿਹੜਾ ਨਾ ਉਹ ਕਾਮਨਵੈਲਥ ਕਨਵੈਨਸ਼ਨ ਦੇ ਵਿੱਚ ਇੰਦਰਾ ਗਾਂਧੀ ਵੱਲੋਂ ਦੂਸਰੇ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਅਤੇ ਜਿਹੜੇ ਰਾਸ਼ਟਰਪਤੀਆਂ ਨੂੰ ਗੱਲ ਕੀਤੀ ਗਈ, ਉਹਨਾਂ ਨੇ ਹਮਾਇਤ ਕੀਤੀ ਅਤੇ ਪਾਕਿਸਤਾਨ ਸਰਕਾਰ ਡਰ ਦੇ ਮਾਰੇ ਸਾਡੇ 'ਤੇ ਕਮਾਂਡੋ ਐਕਸ਼ਨ ਉਹਨਾਂ ਨੂੰ ਮਜਬੂਰਨ ਤੌਰ 'ਤੇ ਕਰਨਾ ਪਿਆ। ਇੱਕ ਉਹਨਾਂ ਨੇ ਬੈਨੀਫਿਟ ਸਾਨੂੰ ਦਿੱਤਾ, ਉਹ ਕੀ ਕੀਤਾ, ਰਾਤ ਨੂੰ 12 ਵਜੇ ਜਨਰਲ ਜੁਐਲ ਹੱਕ ਨੇ, ਪ੍ਰੈਜੀਡੈਂਟ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ। ਜਿਹੜੇ ਵੀ ਹਾਈਜੈਕਰ ਸਨ ਉਸ ਵੇਲੇ ਜ਼ੁਲਫਕਾਰ ਅਲੀ ਭੁੱਟੋ ਦੀ ਪਾਰਟੀ ਦੇ ਜ਼ੁਲਫਕਾਰ ਦੇ ਸਨ, ਉਹਨਾਂ ਨੇ ਹਾਈਜੈਕ ਕੀਤਾ ਹੋਇਆ ਸੀ, ਉਹਨਾਂ ਨੂੰ ਸਾਰਿਆਂ ਨੂੰ ਸਜ਼ਾ ਮੌਤ ਦਿੱਤੀ ਹੋਈ ਸੀ। ਅਤੇ ਇਹ ਜਿਹੜਾ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਹਾਈਜੈਕਿੰਗ ਦੇ ਕੇਸ ਦੇ ਵਿੱਚ ਸਜ਼ਾ ਮੌਤ ਜਾਂ ਉਮਰ ਕੈਦ ਵੀ ਹੋ ਸਕਦੀ ਹੈ। ਉਹਦਾ ਸਾਨੂੰ ਬੈਨੀਫਿਟ ਮਿਲਿਆ ਜਿਹੜੀ ਹੈ, ਉਸੇ ਦਿਨ ਹੀ ਨੋਟੀਫਿਕੇਸ਼ਨ ਜਾਰੀ ਹੋਇਆ ਸੀ 12 ਵਜੇ ਤੋਂ ਪਹਿਲੇ, ਅਤੇ ਉਹਦਾ ਜਿਹੜਾ ਸਾਨੂੰ ਫਿਰ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਬਾਅਦ ਵਿੱਚ ਹੋਈ ਹੈ ਜਿਹੜੀ। ਕਿੰਨੇ ਸਾਲ ਪਾਕਿਸਤਾਨ ਦੀ ਜੇਲ੍ਹ 'ਚ ਲਾਏ? ਅਸੀਂ ਲਾਏ ਜੀ, ਮਤਲਬ ਕਿ ਸਮਝੋ ਉਹ 25 ਸਾਲ ਉਹਦੀ ਉਮਰ ਕੈਦ ਦੀ ਹੁੰਦੀ ਹੈ ਪਾਕਿਸਤਾਨ ਦੇ ਵਿੱਚ, 25 ਸਾਲ ਲਾਈਫ ਇੰਪ੍ਰਿਜ਼ਨਮੈਂਟ, 25 ਸਾਲ ਸਾਨੂੰ ਮਤਲਬ ਕਿ ਮਾਫੀਆਂ ਮੁਫੀਆਂ ਪਾ ਪੂ ਕੇ 13 ਸਾਲ 1 ਮਹੀਨੇ ਉਹ ਸਾਡੇ ਕੋਲ ਸਰਟੀਫਿਕੇਟ ਆਇਆ ਇਸ ਵੇਲੇ ਵੀ ਪਾਕਿਸਤਾਨ ਦੇ ਵਿੱਚ ਉਮਰ ਕੈਦ ਕੱਟੀ ਹੈ ਸਤਨਾਮ ਸਿੰਘ ਪੌਂਟਾ ਸਾਹਿਬ ਨੇ। 13 ਸਾਲ ਕਿਵੇਂ ਰਹੇ ਪਾਕਿਸਤਾਨ ਦੀ ਜੇਲ੍ਹ 'ਚ? ਪਾਕਿਸਤਾਨ ਦੀਆਂ ਜੇਲ੍ਹਾਂ ਦੇ ਹਾਲਾਤ ਕੀ ਸੀ? ਦੇਖੋ ਗੱਲ ਇਹ ਹੈ ਵੀ ਪਾਕਿਸਤਾਨ ਦੇ ਵਿੱਚ ਜਿਸ ਵੇਲੇ ਅਸੀਂ ਥਾਣੇ ਦੇ ਵਿੱਚ ਸਾਨੂੰ ਗ੍ਰਿਫਤਾਰ ਕੀਤਾ ਗਿਆ, ਉਸ ਤੋਂ ਬਾਅਦ ਸਾਨੂੰ 7 ਦਿਨ 50 ਬੰਦਿਆਂ ਨੂੰ ਵੱਖ ਵੱਖ ਥਾਣਿਆਂ 'ਚ ਰੱਖਿਆ ਗਿਆ, ਵੱਖ ਵੱਖ ਥਾਣਿਆਂ 'ਚ। ਰਾਤ ਨੂੰ ਸਾਨੂੰ ਉਹ ਵੱਖਰੇ ਕਮਰਿਆਂ 'ਚ ਲੈ ਜਾਂਦੇ ਸੀਗੇ, ਉਹਦੇ ਵਿੱਚ ਸਾਰੀਆਂ ਏਜੰਸੀਆਂ ਦੇ ਮੁਖੀ, SSP ਮੇਜਰ ਕਰਨਲ ਦੇ ਰੈਂਕ ਦੇ ਜਿਹੜੇ ਸਨ, ਸਾਨੂੰ ਮਤਲਬ ਕਿ ਪੁੱਛਦੇ ਰਹਿੰਦੇ ਸਨ। ਉਹਨਾਂ ਨੂੰ ਇਹੀ ਸ਼ੱਕ ਸੀ, ਕਹਿੰਦੇ ਇਹ ਬਤਾਓ ਆਪ ਇੰਦਰਾ ਗਾਂਧੀ ਕੋ ਕਬ ਮਿਲੇ ਸੀ, ਇਹ ਆਪ ਕੋ ਇੰਦਰਾ ਗਾਂਧੀ ਨੇ ਭੇਜਿਆ? ਮੈਂ ਕਿਹਾ ਇੰਦਰਾ ਗਾਂਧੀ ਨੇ ਕਿਉਂ ਭੇਜਣਾ ਸਾਨੂੰ, ਇੰਦਰਾ ਗਾਂਧੀ ਸਾਡੀ ਵਿਰੋਧੀ ਹੈ। ਕਹਿੰਦੇ ਨਹੀਂ ਹੋ ਸਕਦਾ ਹੈ ਵੀ ਇੰਦਰਾ ਗਾਂਧੀ ਨੇ ਭੇਜਿਆ ਆਪ ਕੋ। ਅੱਛਾ ਫਿਰ ਪਲਾਨਿੰਗ ਕਿਵੇਂ ਬਣਾਈ, ਕਿਸ ਕਾਰਨ ਬਣਾਈ? ਉਹ ਕੀ ਹੁੰਦਾ ਸੀ, ਰਾਤ ਨੂੰ 8-9 ਵਜੇ ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ ਸਾਨੂੰ ਉਹ ਪੁੱਛਗਿੱਛ ਕਰਦੇ ਰਹਿੰਦੇ ਸੀ। 7 ਦਿਨ ਸਾਡੀ ਉਹ ਮਤਲਬ ਇਸੇ ਤਰ੍ਹਾਂ ਹੀ ਪੁੱਛਗਿੱਛ ਉਹ ਕਰਦੇ ਰਹੇ। 7 ਦਿਨ ਬਾਅਦ ਉਹਨਾਂ ਨੇ ਇੱਕ ਸੀਨੀਅਰ ਅਫੀਸਰ ਨਾਲ ਸਾਨੂੰ ਮਿਲਾਇਆ ਇੱਕ ਥਾਂ ਦੇ ਉੱਤੇ, ਉਸ ਤੋਂ ਬਾਅਦ ਸ਼ਾਮ ਨੂੰ ਸਾਨੂੰ ਇੱਕ ਬਕਾਇਦਾ ਤੌਰ 'ਤੇ ਕੋਰਟ ਦੇ ਵਿੱਚ ਰਾਤ ਨੂੰ ਪੇਸ਼ ਕੀਤਾ ਜੱਜ ਦੇ ਸਾਹਮਣੇ। ਫਿਰ ਉਸ ਤੋਂ ਬਾਅਦ ਸਾਨੂੰ ਫਿਰ ਇੱਕ ਮਿਲਟਰੀ ਹਵਾਲਾਤ ਹੈ ਉਹਦੇ ਵਿੱਚ ਸਾਨੂੰ ਜਿਹੜਾ ਲਾਕਅਪ ਕਰ ਦਿੱਤਾ ਗਿਆ। ਉਹਦੇ ਵਿੱਚ ਜਿਹੜੀ ਹਵਾਲਾਤ ਹੈ ਮਿਲਟਰੀ ਛਾਉਣੀ ਦੀ ਇੰਨੀ ਸਖਤ ਹੈ ਵੀ 40 ਕਮਾਂਡੋ ਜਿਹੜੇ ਨੇ ਉਹਦੇ ਵਿੱਚ ਮਤਲਬ ਸਮਝੋ ਸਾਡੇ ਜਿਹੜੇ ਨੇ ਰਹਿੰਦੇ ਸਨ, ਸਾਡੇ ਦਰਵਾਜ਼ੇ ਬੰਦ ਹੁੰਦੇ ਸਨ। ਇੱਕ ਜਿਹੜਾ ਫੌਜੀ ਜਾਂ ਕਮਾਂਡੋ ਜਿਹੜਾ ਨਾ ਸਾਡੇ ਦਰਵਾਜ਼ੇ ਦੇ ਅੱਗੇ ਖੜ੍ਹਾ ਹੁੰਦਾ ਸੀ, ਦਰਵਾਜ਼ੇ ਦੇ ਵਿੱਚ ਸਮਝੋ ਵੀ 3 ਸਾਲ ਅਸੀਂ ਕੱਟੇ ਨੇ ਉੱਥੇ, ਕੋਈ ਪੱਖਾ ਨਹੀਂ, ਮੱਛਰ ਬਰਮਾਲ ਹੁੰਦੇ ਸੀ ਗਰਮੀਆਂ 7-8 ਮਹੀਨੇ, ਅਤੇ ਸਰਦੀਆਂ ਦੇ ਵਿੱਚ ਇੰਨੀ ਠੰਡ ਹੁੰਦੀ ਸੀ ਅਸੀਂ ਦਰਵਾਜ਼ਾ ਬੰਦ ਨਹੀਂ ਕਰ ਸਕਦੇ ਸੀਗੇ, ਅਤੇ ਬਕਾਇਦਾ ਤੌਰ 'ਤੇ ਕੋਈ ਟੋਇਲਟ ਨਹੀਂ ਅੰਦਰ ਹੁੰਦੀ ਸੀ। ਜਿਸ ਵੇਲੇ ਅਸੀਂ ਮਤਲਬ ਕਿ ਜਾਂਦੇ ਸੀ, ਇੱਕ ਦਿਨ ਸਾਨੂੰ ਕੱਢਦੇ ਸੀ, ਦੂਜਿਆਂ ਦੇ ਦਰਵਾਜ਼ੇ ਬੰਦ ਕਰ ਦਿੰਦੇ ਸੀ, ਇੱਕ ਬੰਦਾ ਜਾਂਦਾ, ਇੱਕ ਫੌਜੀ ਅੱਗੇ ਆ, ਇੱਕ ਫੌਜੀ ਪਿੱਛੇ ਆ, ਇੱਕ ਬਾਥਰੂਮ 'ਚ ਨਹਾ ਕੇ ਆਉਣਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਬੰਦ ਕਰ ਦੇਣਾ ਸਾਨੂੰ। ਅਤੇ ਅਸੀਂ 3 ਸਾਲ ਕੋਈ ਸੂਰਜ ਨਹੀਂ ਵੇਖਿਆ, 3 ਸਾਲ ਜਗ੍ਹਾ ਸੀ ਪਾਕਿਸਤਾਨ ਦੇ ਵਿੱਚ, ਲਾਹੌਰ ਛਾਉਣੀ ਦੇ ਵਿੱਚ ਇੱਕ, ਹਾਂ ਉਹਨਾਂ ਦੀ ਜਿਹੜੀ ਇੱਕ ਹਵਾਲਾਤ ਸੀ ਮਿਲਟਰੀ ਦੀ ਉਹਦੇ ਵਿੱਚ ਸਾਨੂੰ 3 ਸਾਲ ਅਸੀਂ ਬੰਦ ਰਹੇ ਹਾਂ।
ਤੇ ਉਹਦੇ ਵਿੱਚ ਸਮਝੋ ਵੀ ਰੋਟੀ ਆ ਜਾਂਦੀ ਸੀ, ਸਵੇਰੇ ਬ੍ਰੇਕਫਾਸਟ ਆ ਗਿਆ ਤੇ ਲੰਚ ਆ ਗਿਆ ਤੇ ਉਹ ਹੋ ਗਿਆ। ਬਾਕੀ ਜਿਹੜਾ ਨਾ ਸਾਨੂੰ ਮਤਲਬ ਕਿ ਅਸੀਂ ਛੋਟੇ ਛੋਟੇ ਕਮਰਿਆਂ ਦੇ ਵਿੱਚ ਸਾਨੂੰ ਜਿਸ ਤਰ੍ਹਾਂ ਕਿ ਆਮ ਤੌਰ 'ਤੇ ਜਾਂਦੇ ਨਹੀਂ ਹੁੰਦੇ ਜਿਹੜੇ ਸਮਗਲਰ ਨੇ, ਉਹ ਜਸੂਸ ਨੇ, ਦੂਜੇ ਨੇ, ਉਹਨਾਂ ਜਿਸ ਤਰ੍ਹਾਂ ਦੀ ਉਹਨਾਂ ਨੇ ਉਹਨਾਂ ਵਾਸਤੇ ਹਵਾਲਾਤ ਬਣਾਈ ਹੁੰਦੀ, ਇਸ ਤਰ੍ਹਾਂ ਦੀ ਸਾਡੀ ਹਵਾਲਾਤ ਸੀਗੀ। ਉਹ 3 ਸਾਲ ਹੁੰਦੇ, 3 ਸਾਲ ਅਸੀਂ ਰਹੇ ਚਿੱਠੀ ਪਰਿਵਾਰ ਨਾਲ ਗੱਲਬਾਤ, ਕੋਈ ਅਖਬਾਰ ਖਾਲਸਾ ਨਾਲ ਕੋਈ, ਦੇਖੋ ਸਾਨੂੰ ਇਹ ਨਹੀਂ ਪਤਾ ਅਸੀਂ ਹਾਈਜੈਕਾਂ ਕੀਤੀਆਂ, ਇਹਦਾ ਰਿਐਕਸ਼ਨ ਬਾਹਰ ਕੀ ਹੋਇਆ, ਇਹਦੇ ਬਾਰੇ ਕੀ ਲੋਕਾਂ ਨੂੰ ਇਹਦੇ 'ਤੇ ਅਸਰ ਹੋਇਆ। ਕੋਈ ਰੇਡੀਓ ਨਹੀਂ, ਕੋਈ ਅਖਬਾਰ ਨਹੀਂ, ਕੋਈ ਟੈਲੀਵਿਜ਼ਨ ਨਹੀਂ, ਕੋਈ ਮੁਲਾਕਾਤ ਨਹੀਂ। 3 ਸਾਲ ਅਸੀਂ ਮਤਲਬ ਕਿ ਨਾ ਕੋਈ ਸੂਰਜ ਨਹੀਂ, ਕੋਈ ਗੱਲ ਨਹੀਂ, ਬਾਤ ਨਹੀਂ, ਅਸੀਂ ਮਤਲਬ ਕਿ 3 ਸਾਲ ਬੰਦ ਰਹੇ ਹਾਂ। ਉਸ ਤੋਂ ਬਾਅਦ ਜਿਸ ਵੇਲੇ ਦਰਬਾਰ ਸਾਹਿਬ ਦੇ ਵਿੱਚ, ਦਰਬਾਰ ਸਾਹਿਬ ਦੇ ਉੱਤੇ ਜਿਹੜਾ ਜਿਸ ਵੇਲੇ ਹਮਲਾ ਹੋਇਆ, ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਜਿਹੜਾ ਹੈ ਉੱਥੋਂ ਕੱਢ ਕੇ ਜਿਹੜਾ ਹੈ ਲੈਲਪੁਰ ਜੇਲ੍ਹ ਦੇ ਵਿੱਚ ਸਾਨੂੰ ਭੇਜਿਆ ਗਿਆ। ਲੈਲਪੁਰ ਜੇਲ੍ਹ ਦੇ ਵਿੱਚ ਅਸੀਂ ਫਿਰ ਜਿਹੜੇ ਨੇ ਨਾ ਉੱਥੇ ਕਾਫੀ ਮਤਲਬ ਕਿ ਸਮਝੋ 6 ਮਹੀਨੇ ਅਸੀਂ ਰਹੇ ਹਾਂ। ਜਿਸ ਵੇਲੇ ਇੰਦਰਾ ਗਾਂਧੀ ਦਾ ਕਤਲ ਹੁੰਦਾ ਅਤੇ ਰਾਜੀਵ ਗਾਂਧੀ ਜਿਹੜਾ ਹੈ ਉਹ ਮੁੱਖ ਪ੍ਰਧਾਨ ਮੰਤਰੀ ਬਣਦਾ, ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਬਣਦੇ ਆ ਗੱਲ ਆਖੀ ਵੀ ਸਿੱਖ ਹਾਈਜੈਕਰੋਂ ਕੋ ਜੇ ਹਮਾਰੇ ਹਵਾਲੇ ਕੀਆ ਜਾਏ, ਨਹੀਂ ਤਾਂ ਇਹਨਾਂ ਨੂੰ ਮਤਲਬ ਕਿ ਮੁਕੱਦਮਾ ਚਲਾਇਆ ਜਾਏ। ਹਾਲੇ ਹਾਲੇ ਤਾਂ ਮੁਕੱਦਮਾ ਨਹੀਂ ਚਲਾਇਆ ਗਿਆ ਸੀਗਾ, 3 ਸਾਲ ਹੋ ਗਏ, ਮੁਕੱਦਮਾ ਨਹੀਂ ਚੱਲਿਆ ਸੀ। ਅਤੇ ਪਾਕਿਸਤਾਨ ਦੇ ਵਿੱਚ ਉਸ ਵੇਲੇ ਜਮਹੂਰੀਅਤ ਆ ਗਈ ਸੀ, ਜਨੇਜੋ ਪ੍ਰਧਾਨ ਮੰਤਰੀ ਸੀ ਅਤੇ ਜਨਰਲ ਜੁਆਲਾਕ ਜਿਹੜਾ ਸੀ ਰਾਸ਼ਟਰਪਤੀ ਸੀ। ਫਿਰ ਜਨੇਜੋ ਨੂੰ ਬਿਆਨ ਆਇਆ ਵੀ ਅਸੀਂ ਜਿਹੜਾ ਇਹਨਾਂ ਨੂੰ ਹਿੰਦੁਸਤਾਨ ਦੇ ਹਵਾਲੇ ਨਹੀਂ ਕਰਾਂਗੇ, ਅਸੀਂ ਮਤਲਬ ਕਿ ਇਹਨਾਂ ਦੇ ਮੁਕੱਦਮਾ ਚਲਾਵਾਂਗੇ, ਕਿਉਂਕਿ ਨਾ ਇੰਟਰਨੈਸ਼ਨਲ ਲਾਅ ਹੈ। ਜਾਂ ਤਾਂ ਮਤਲਬ ਕਿ ਹਾਈਜੈਕਰਾਂ ਨੂੰ ਜਿਨ੍ਹਾਂ ਦਾ ਉਹਨੇ ਜਹਾਜ਼ ਵਾਹ ਕੀਤਾ ਹੋਵੇ ਉਹਨਾਂ ਦੇ ਹਵਾਲੇ ਕੀਤਾ ਜਾਂਦਾ, ਜਾਂ ਜਿਸ ਜਹਾਜ਼ ਦੇ ਜਿਸ ਜਗ੍ਹਾ 'ਤੇ ਉਹ ਜਹਾਜ਼ ਲੈ ਕੇ ਆਏ ਹੋਣ ਉਹ ਸਰਕਾਰ ਜਿਹੜੀ ਉਹਨਾਂ ਦੇ ਮੁਕੱਦਮਾ ਚਲਾ। ਵਿਆਨਾ ਟ੍ਰੀਟੀ ਐਕ, ਅਸੀਂ ਗੱਲ ਕਹਿਤੀ ਸੀ ਅਸੀਂ ਇੰਡੀਆ ਨਹੀਂ ਜਾਣਾ ਚਾਹੁੰਦੇ, ਤੁਸੀਂ ਮੁਕੱਦਮਾ ਚਲਾਉਣਾ ਚਲਾਓ। ਜਿਸ ਵੇਲੇ ਸਾਨੂੰ ਹਾਲੇ ਇਹ ਵੀ ਨਹੀਂ ਪਤਾ ਸੀ ਵੀ ਇਸ ਹਾਈਜੈਕਿੰਗ ਦੀ ਸਜ਼ਾ ਕੀ ਹੁੰਦੀ ਹੈ। ਔਰ ਇੰਡੀਆ ਹੈ, ਅਫਸੋਸ ਹੈ, ਜੋਸ਼ ਦੇ ਨਾਲ ਜ਼ਿੰਦਗੀ ਦੇ ਆਪਣੇ ਕੀਮਤੀ ਸਮਾਂ ਜੋ ਪਰਿਵਾਰ ਦੇ ਨਾਲ ਇੱਕ ਚੰਗੀ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਸੀ, ਉਸ ਵੇਲੇ ਸ਼ਾਇਦ ਇਹ ਕਦਮ ਨਾ ਚੁੱਕਿਆ ਹੁੰਦਾ ਤਾਂ ਜ਼ਿੰਦਗੀ ਹੋਰ ਬਿਹਤਰ ਹੋ ਸਕਦੀ ਸੀ। ਨਹੀਂ, ਕੋਈ ਅਫਸੋਸ ਨਹੀਂ, ਪ੍ਰਾਊਡ ਹੈ, ਪ੍ਰਾਊਡ ਹੈ, ਮਾਣ ਹੈ ਵੀ ਗੁਰੂ ਸਾਹਿਬ ਨੇ ਸਾਡੇ ਕੋਲ ਇਹ ਮੌਕੇ ਦੇ ਉੱਤੇ ਸਾਨੂੰ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਜਿਹੜੀ ਹੈ ਜਿਹੜੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਸਾਡੇ ਕੋਲ ਸੇਵਾ ਲਈ ਹੈ। ਆਪਣਿਆਂ ਨੇ ਸਾਥ ਦਿੱਤਾ ਉਸ ਦੌਰ ਦੇ ਵਿੱਚ, ਆਮ ਵਿਦੇਸ਼ਾਂ ਤੋਂ ਕੁਝ ਸਿੰਘ ਜਿਹੜੇ ਆਉਂਦੇ ਸਨ ਮੁਲਾਕਾਤ ਕਰਨ ਲਈ ਆਉਂਦੇ ਸਨ। ਦੇਖੋ ਅਕਾਲੀ ਦਲ ਨੇ ਸਾਥ ਦਿੱਤਾ, ਕਦੀ ਅਕਾਲੀ ਦਲ ਨਾਲ ਖੜਾ ਹੋਈ? ਨਹੀਂ ਜੀ, ਇੱਥੇ ਕਿਸੇ ਨੇ ਅਕਾਲੀ ਲੀਡਰ ਨੇ ਸਾਡਾ ਸਾਥ ਨਹੀਂ ਦਿੱਤਾ ਅਤੇ ਨਾ ਇਹ ਅਸੀਂ ਇਹਨਾਂ ਕੋਲ ਚਾਹੁੰਦੇ ਸੀ, ਕਿਉਂਕਿ ਇਹ ਸਾਰੇ ਹੀ ਪੰਥ ਵਿਰੋਧੀ ਜਿਹੜੇ ਨੇ ਸਿਰਫ ਕੁਰਸੀਆਂ ਦੇ ਭੁੱਖੇ ਨੇ। ਇਹਨਾਂ ਨੂੰ ਮਤਲਬ ਕੁਰਸੀਆਂ ਤੋਂ ਇਲਾਵਾ, ਸ਼ੋਹਰ ਤੋਂ ਇਲਾਵਾ ਨਾ ਇਹ ਪੰਥ ਦਰਦੀ ਨੇ, ਨਾ ਮਤਲਬ ਇਹਨਾਂ 'ਚ ਸਿੱਖੀ ਦਾ ਪਿਆਰ ਹੈ, ਨਾ ਇਹ ਕੌਮ ਦੇ ਹਮਦਰਦ ਨੇ। ਇਹਨਾਂ ਨੂੰ ਸਿਰਫ ਕੁਰਸੀਆਂ ਚਾਹੀਦੀਆਂ ਨੇ, ਚੰਡੀਗੜ੍ਹ ਦੀ ਕੁਰਸੀ ਚਾਹੀਦੀ ਆ ਜਾਂ ਪਾਰਲੀਮੈਂਟ ਦੀ ਮੈਂਬਰੀ ਚਾਹੀਦੀ ਆ। ਇਸ ਵਾਸਤੇ ਸਾਡਾ ਇਹਨਾਂ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ ਹੈਗਾ, ਅਸੀਂ ਕੌਮੀ ਜਜ਼ਬੇ ਦੇ ਤਹਿਤ ਤੁਰੇ ਹਾਂ। ਅਤੇ ਹੁਣ ਸਾਨੂੰ, ਮੈਨੂੰ 50 ਸਾਲ ਹੋ ਗਏ ਨੇ, ਸਮਝੋ ਵੀ ਮੈਂ 78 ਤੋਂ ਤੁਰਿਆ ਸੀ, ਸਮਝੋ 45 ਸਾਲ ਤਾਂ ਹੋ ਹੀ ਗਏ ਨੇ, ਸਮਝੋ 45-46 ਸਾਲ ਹੋ ਗਏ ਨੇ। ਅਤੇ ਕਦੇ ਵੀ ਅਸੀਂ ਇਸ ਚੀਜ਼ ਦੀ ਨਾ ਮਨ ਦੇ ਵਿੱਚ ਵੀ ਇੱਛਾ ਨਹੀਂ ਕਦੇ ਆਈ ਵੀ ਸਾਡੇ ਅਕਾਲੀ ਸਾਡੀ ਮਦਦ ਕਰਨ। ਲੇਕਿਨ 17 ਸਾਲ 13 ਸਾਲ ਉੱਥੇ ਜ਼ਿੰਦਗੀ ਦੇ ਤੁਸੀਂ ਕੱਟੇ, 4 ਸਾਲ ਮੈਂ ਬਾਅਦ ਵਿੱਚ ਅਮਰੀਕਾ 'ਚ ਵੀ ਜੇਲ੍ਹ 'ਚ ਕੱਟੇ। ਅਮਰੀਕਾ 'ਚ ਵੀ ਕੱਟੇ? ਹਾਂਜੀ ਹਾਂਜੀ। ਇੱਕ ਉਹ ਜ਼ਿੰਦਗੀ ਜਿਹੜੀ ਰੱਬ ਗੁਰੂ ਬੜੀ ਮੁਸ਼ਕਲ ਔਖੇ ਦੌਰ 'ਚ ਮਿਲਦੀ ਹੈ, 17 ਸਾਲ ਤੁਸੀਂ ਜ਼ਿੰਦਗੀ ਦੇ ਜੇਲ੍ਹਾਂ 'ਚ ਕੱਟ ਲਏ,
ਘਰਦਿਆਂ ਨੇ ਘਰਦਿਆਂ ਦੀ ਗੱਲ ਇਹ ਹੈ ਵੀ ਤੁੱਛ ਜਿਹੀ ਵਾਹਿਗੁਰੂ ਨੇ ਗੁਰੂ ਸਾਹਿਬ ਨੇ ਸਾਡੇ ਕੋਲ ਇਹ ਸੇਵਾ ਲਈ। ਮੈਂ ਗੱਲ ਕਰਦਾ ਇਹ ਸੇਵਾ ਵੀ ਨਹੀਂ ਹੈ ਨਾ ਕੁਰਬਾਨੀ ਹੈ, ਮੈਂ ਆਪਣੇ ਵੱਲੋਂ ਕਹਿੰਦਾ ਮੈਂ ਕੁਰਬਾਨੀ ਕੀਤੀ ਹੈ ਨਾ ਮੈਂ ਸੇਵਾ ਕੀਤੀ ਹੈ। ਇੱਕ ਕੌਮ ਇੱਕ ਸਿੱਖ ਹੋਣ ਦੇ ਨਾਤੇ ਆਪਣਾ ਕੌਮੀ ਅਤੇ ਧਾਰਮਿਕ ਫਰਜ਼ ਨਿਭਾਇਆ ਗੁਰੂ ਸਾਹਿਬ ਦੀ ਕਿਰਪਾ ਸਦਕਾ। ਅਤੇ ਇਸ ਵਾਸਤੇ ਜਿਹੜਾ ਸਾਡਾ ਫਰਜ਼ ਬਣਦਾ ਸੀ ਉਸ ਵੇਲੇ ਇਹ ਜਿਹੜਾ ਕਿ ਇੱਕ ਹਾਲਾਤ ਸਨ ਅਤੇ ਉਹਦਾ ਆਪਣਾ ਫਰਜ਼ ਜਿਹੜਾ ਅਸੀਂ ਨਿਭਾਇਆ। ਅਤੇ ਦੇਖੋ ਮੇਰੀ ਸੁਣੋ ਗੱਲ ਹੈ ਵੀ ਅਸੀਂ ਇੱਕ ਸਾਨੂੰ ਇੱਕ ਵਾਰੀ ਮਿਲਟਰੀ ਮਿੰਟ ਕੁਮਰੀ ਜੇਲ੍ਹ ਦੇ ਭੇਜਤਾ ਗਿਆ। ਉਹ ਡਿਪਟੀ ਸੁਪਰੀਡੈਂਟ ਬੜਾ ਸਿੱਖ ਐਂਟੀ ਸੀਗਾ, ਉਸਨੇ ਕੀ ਕੀਤਾ ਸਾਨੂੰ 10 ਦਿਨ ਕਸੂਰੀ ਪਹਿਰਾ ਹੁੰਦਾ ਪਾਕਿਸਤਾਨ 'ਚ ਕਹਿੰਦੇ ਨੇ ਮੁਸਲਮਾਨ, ਇੱਥੇ ਇਹ ਗੱਲ ਕਹਿ ਦਿੰਦੇ ਚੱਕੀ ਬੰਦ ਕਹਿ ਦਿੰਦੇ ਹਾਂ। ਜਿਹੜਾ ਮਤਲਬ ਕਿ ਜਿਹਨੂੰ ਸਜ਼ਾ ਦੇਣੀ ਹੋਵੇ ਉਹਨੂੰ ਕਹਿ ਦਿੰਦੇ ਇੱਕ ਛੋਟੇ ਜਿਹੇ ਕਮਰੇ 'ਚ ਬੰਦ ਕਰ ਦਿੰਦੇ, ਨਾ ਪੱਖਾ ਹੈ ਨਾ ਕੁਛ ਹੈ ਖਾਣ ਨੂੰ ਨਹੀਂ ਕੁਛ ਨਹੀਂ। ਉਹਨੇ ਸਾਨੂੰ 10 ਦਿਨ ਇੱਕ ਬੰਦ ਕਰਤਾ, ਨਾ ਕੱਪੜਾ ਅਤੇ ਨਾ ਬਿਸਤਰ ਨਾ ਰੋਟੀ ਨਾ ਪਾਣੀ, ਦੀਵਾਰਾਂ ਕੱਚੀਆਂ ਭਰਿੰਡਾਂ ਘੁੰਮਦੀਆਂ, ਨਾ ਬਾਥਰੂਮ ਬਿਨਾਂ ਕੱਪੜੇ ਆਪਣੇ ਜਿਹੜੇ ਪਾਏ ਹੋਏ ਨੇ ਬਸ ਥੱਲੇ ਬਿਸਤਰਾ ਕੋਈ ਨਹੀਂ, ਚਾਦਰ ਕੋਈ ਨਹੀਂ, ਸਰਾਣਾ ਕੋਈ ਨਹੀਂ, ਪੀਣ ਵਾਸਤੇ ਪਾਣੀ ਛੋਟੀ ਜਿਹੀ ਘੜੀ ਦਿੱਤੀ ਸੀ। ਮੈਂ ਕਿਹਾ ਬਾਥਰੂਮ ਕਿੱਥੇ ਕਰਨਾ ਹੈ? ਉਹ ਕਹਿੰਦੇ ਵੀ ਬਾਹਰ ਧਾਰ ਮਾਰ ਲਓ। ਅਤੇ ਟੋਇਲਟ ਕਿੱਥੇ ਜਾਣੀ ਹੈ? ਕਹਿੰਦਾ ਵੀ ਆ ਰੇਤਾ ਪਿਆ ਮਿੱਟੀ ਪਈ ਆ ਕੋਣੇ ਦੇ ਉੱਤੇ, ਇਹ ਕਰਕ ਤੁਸੀਂ ਉੱਤੇ ਮਿੱਟੀ ਪਾ ਦਿਓ। ਅਸੀਂ 10 ਦਿਨ ਭੁੱਖੇ ਰਹੇ ਹਾਂ, ਜਾਗਦੇ ਰਹੇ ਹਾਂ, ਕੋਈ ਪੱਖਾ ਨਹੀਂ, ਜੁਲਾਈ ਦਾ ਮਹੀਨਾ ਗਰਮੀ ਦੇ ਵਿੱਚ ਸਾਨੂੰ ਮਤਲਬ ਕਿ ਜੇਲ੍ਹ ਸੁਪਰਡੈਂਟ ਨੇ ਸਜ਼ਾ ਦਿੱਤੀ, ਸਮਝੋ ਸਜ਼ਾ ਕੀ ਦਿੱਤੀ, ਸਾਡੀ ਜੇਲ੍ਹ ਸ਼ਿਫਟਿੰਗ ਹੋਈ ਸੀ। ਉਹ ਡਿਪਟੀ ਸੁਪਰਡੈਂਟ ਜਿਹੜਾ ਲਾਹੌਰ 'ਚ ਪਹਿਲੇ ਰਿਹਾ ਸੀ ਸਾਡੇ ਨਾਲ ਮਤਲਬ ਕਿ ਨਾ ਉਹ ਠੀਕ ਨਹੀਂ ਵਿਵਹਾਰ ਸੀ ਉਹਦਾ, ਜਦੋਂ ਅਸੀਂ ਇੱਥੇ ਆਏ ਹਾਂ ਮਿੰਟ ਕਮਰੇ ਦੇ ਵਿੱਚ ਸਾਨੂੰ ਉਹਨੇ ਜਾਣ ਬੁੱਝ ਕੇ ਸਜ਼ਾ ਵਜੋਂ ਮਤਲਬ ਕਿ ਸਾਨੂੰ ਇਸ ਕਮਰੇ 'ਚ ਰਿਹਾ ਕਿ ਬਹੁਤ ਤੰਗ ਕੀਤਾ ਉਹਨੇ। ਜਿਹੜੀ ਮਿਲਟਰੀ ਜੇਲ੍ਹ ਕੱਟੀ ਹੈ ਉਹ ਵੀ ਬੜੀ ਔਖੀ ਕੱਟੀ ਹੈ, 10 ਦਿਨ ਉਹ ਵੀ ਬੜੇ ਔਖੇ ਕੱਟੇ ਨੇ। ਜਿਹੜੀ ਅਸੀਂ ਕੋਟ ਲਖਪਤ ਜੇਲ੍ਹ ਦੇ ਵਿੱਚ ਅਸੀਂ ਰਹੇ ਹਾਂ ਸਮਝੋ ਵੀ 13 ਸਾਲ, ਉਹ ਵੀ ਬਹੁਤ ਮਤਲਬ ਕਿ ਨਾ ਸਮਝੋ ਵੀ ਇੱਕ ਕਮਰਿਆਂ ਦੇ ਵਿੱਚ ਰਹਿੰਦੇ ਰਹੇ ਹਾਂ। ਅਤੇ ਐਸੀ ਗੱਲ ਕੋਈ ਨਹੀਂ, ਜਿਵੇਂ ਹੋਰ ਕੈਦੀ ਰਹਿੰਦੇ ਸਨ ਉਸ ਤਰ੍ਹਾਂ ਹੀ ਅਸੀਂ ਰਹਿੰਦੇ ਸਾਂ। ਬਾਅਦ ਜਿਸ ਵੇਲੇ ਸਾਡੀ ਸਾਨੂੰ ਮਤਲਬ ਕਿ ਰਾਜੀਵ ਗਾਂਧੀ ਨੇ ਮੰਗ ਕੀਤੀ ਤਾਂ ਪਾਕਿਸਤਾਨ ਦੇ ਅਧਿਕਾਰੀਆਂ ਨੇ ਕਿਹਾ ਵੀ ਅਸੀਂ ਕੇਸ ਚਲਾਵਾਂਗੇ। ਫਿਰ ਸਾਨੂੰ ਹੁਣ ਲੈਲਪੁਰ ਜੇਲ੍ਹ ਤੋਂ ਲਾਹੌਰ ਜੇਲ੍ਹ ਕੋਟ ਲਖਪਤ ਸ਼ਿਫਟ ਕਰ ਦਿੱਤਾ ਗਿਆ। ਉੱਥੇ ਫਿਰ ਸਾਡੀ ਨਾ ਇਹਨਾਂ ਨੇ ਸਪੈਸ਼ਲ ਕੋਰਟ ਬਣਾ ਕੇ ਸਪੀਡੀ ਟਰਾਇਲ ਕੀਤਾ। 2 ਮਹੀਨੇ ਜਿਵੇਂ ਸਾਡਾ ਟਰਾਇਲ ਕੀਤਾ ਗਿਆ, 6 ਮਹੀਨੇ ਬਾਅਦ ਸਾਨੂੰ ਜਿਹੜੀ ਹੈ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਗਈ। ਅਸੀਂ ਫਿਰ ਖੁਸ਼ੀ ਨਾਲ ਜਕਾਰੇ ਛੱਡ ਕੇ ਜਿਹੜਾ ਨਾ ਉਮਰ ਕੈਦ ਦੀ ਸਜ਼ਾ ਜਿਹੜੀ ਕਬੂਲ ਕੀਤੀ ਆ, ਉਮਰ ਕੈਦ ਅਸੀਂ ਆਰਾਮ ਨਾਲ ਕੱਟੀ ਆ, ਕਿਸੇ ਦੀ ਕੋਈ ਗੱਲ ਨਹੀਂ, ਮਹਾਰਾਜ ਨੇ ਮਿਹਰ ਕੀਤੀ ਹੈ। ਤੁਹਾਡੇ ਬਾਕੀ 4 ਸਾਥੀ ਇਸ ਵੇਲੇ ਕਿੱਥੇ ਨੇ? ਸਾਡੇ 4 ਸਾਥੀ ਨੇ, ਇੱਕ ਤਾਂ ਮਤਲਬ ਕਿ ਰੱਬ ਨੂੰ ਪਿਆਰਾ ਹੋ ਗਿਆ ਗਜਿੰਦਰ ਸਿੰਘ, ਉਹ ਕਿੱਥੇ ਪਾਕਿਸਤਾਨ 'ਚ? ਹਾਂ ਰੱਬ ਨੂੰ ਪਿਆਰਾ ਹੋ ਗਿਆ, ਠੀਕ ਹੈ। ਹਾਂਜੀ ਹਾਂਜੀ, 2 ਸਵੀਟ ਜਲੈਂਡ ਨੇ, ਇੱਕ ਜਲੰਧਰ 'ਚ ਹੈ ਅਤੇ ਹੁਣ ਇੱਕ ਮੈਂ ਇੱਥੇ ਹਾਂ। ਅਤੇ ਇਸ ਵਾਸਤੇ ਜਿਹੜਾ ਅਸੀਂ ਫਿਰ ਜਿਸ ਵੇਲੇ ਨਾ ਸਾਡੀ ਜਿਹੜੀ ਹੈ ਰਿਹਾਈ ਹੋਈ ਹੈ ਜੇਲ੍ਹ ਤੋਂ, ਜੇਲ੍ਹ ਤੋਂ ਰਿਹਾਈ ਤੋਂ ਬਾਅਦ ਸਾਨੂੰ ਫਿਰ ਅਸੀਂ ਪਾਕਿਸਤਾਨ ਅਧਿਕਾਰੀਆਂ ਨੇ ਕਿਹਾ ਇੱਕ ਲਾਹ ਹੈ ਵੀ ਜਿਸ ਵੇਲੇ ਕੋਈ ਗੈਰ ਮੁਲਕੀ ਜਿਹੜਾ ਜਿਸ ਮੁਲਕ ਦਾ ਹੁੰਦਾ ਉਹਨੂੰ ਉੱਥੇ ਵਾਪਸ ਭੇਜਿਆ ਜਾਂਦਾ। ਸਾਨੂੰ ਪਾਕਿਸਤਾਨ ਅਧਿਕਾਰੀ ਨੇ ਕਿਹਾ ਤੁਹਾਨੂੰ ਅਸੀਂ ਇੰਡੀਆ ਭੇਜਣਾ, ਅਸੀਂ ਸਾਨੂੰ ਇੰਡੀਆ ਨਾ ਭੇਜੋ, ਸਾਨੂੰ ਸੇਫ ਪੈਸੇ ਦੇ ਦਿਓ ਪੈਸੇ। ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਦੱਸੋ ਕਿੱਥੇ ਜਾਣਾ ਚਾਹੁੰਦੇ ਹੋ? ਅਸੀਂ ਕਿਹਾ ਵੀ ਅਸੀਂ ਨਾ ਮਤਲਬ ਕਿ ਸਾਨੂੰ ਥੋੜ੍ਹਾ ਜਿਹਾ ਤੁਸੀਂ ਟੈਂਪਰੇਰੀ ਸਟੇਅ ਦੇ ਦਿਓ ਗੁਰਦੁਆਰਾ ਜਿਹੜਾ ਲਾਹੌਰ ਦੇ ਡੇਰਾ ਸਾਹਿਬ ਹੈ।
ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਸੰਪਰਕ ਕਰਾਂਗੇ ਅਤੇ ਉਹ ਕੋਈ ਪਾਸਪੋਰਟ ਵਗੈਰਾ ਬਣਾਉਣ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਜਿਸ ਮੁਲਕ ਜਾ ਸਕੇ ਚਲ ਜਾਵਾਂਗੇ, ਅਸੀਂ ਪੋਲੀਟੀਕਲ ਅਸਾਈਲਮ ਲਈ ਜਾਵਾਂਗੇ। ਮੈਂ ਫਿਰ ਬਲਕਿ ਅਮਰੀਕਾ ਗਿਆ। ਅਮਰੀਕਾ ਦੇ ਵਿੱਚ ਸਮਝੋ ਵੀ ਸਾਨੂੰ 2 ਮਹੀਨੇ ਡਿਟੈਂਸ਼ਨ ਸੈਂਟਰ ਦੇ ਵਿੱਚ ਮੈਂ ਰਿਹਾ ਨਿਊ ਜਰਸੀ, ਠੀਕ ਹੈ ਜੀ, ਨਿਊ ਜਰਸੀ 'ਚ ਰਿਹਾ ਅਤੇ ਉੱਥੇ ਫਿਰ ਕੁਛ ਅਮਰੀਕਾ ਦੇ ਜਿਹੜੇ ਲੋਕਾਂ ਨੇ ਐਸਕੇਪ ਕਰਨ ਦੀ ਕੋਸ਼ਿਸ਼ ਕੀਤੀ, ਫਰਾਰੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਸਾਰੇ ਬੰਦਿਆਂ ਨੂੰ ਜਿਹੜੇ ਆਏ ਸੀ ਪੋਲੀਟੀਕਲ ਅਸਾਈਲਮ ਲੈਣ ਦੇ ਲਈ ਉਹਨਾਂ ਨੂੰ ਚੱਕ ਕੇ ਦੂਸਰੇ ਜ਼ਿਲ੍ਹਾ ਸ਼ਿਫਟ ਕੀਤਾ ਗਿਆ। ਮੈਨੂੰ ਵੀ ਮਤਲਬ ਕਿ ਸਮਝੋ ਵੀ ਇਸ ਤਰ੍ਹਾਂ ਮੇਰੇ ਪਿੱਛੇ ਹੱਥ ਬੰਦੇ ਸਨ ਸਵੇਰ ਤੋਂ 4 ਵਜੇ ਤੋਂ ਲੈ ਕੇ ਰਾਤ ਦੇ ਸ਼ਾਮ ਤੱਕ। ਜਰਨੈਲ ਸਿੰਘ ਭਿੰਡਰਾ ਵਾਲਿਆਂ ਨੇ ਤੁਹਾਨੂੰ ਕੋਈ ਸੁਨੇਹਾ ਭੇਜਿਆ, ਕੋਈ ਗੱਲਬਾਤ ਹੋਈ, ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਤੁਸੀਂ ਗ੍ਰਿਫਤਾਰ ਹੋ ਗਏ, ਹਾਈਜੈਕ ਕਰ ਲਿਆ, ਉਹਨਾਂ ਦੀ ਜਥੇਬੰਦੀ ਵੱਲੋਂ ਕੋਈ ਸੁਨੇਹਾ ਆਇਆ? ਇਸ ਤਰ੍ਹਾਂ ਬਾਅਦ ਹੀ ਸਾਨੂੰ ਪਤਾ ਲੱਗਾ, ਸਰ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੇ ਆਪਣੀਆਂ ਜਿਹੜੀਆਂ ਉਹ ਰਿਕਾਰਡਿੰਗ ਸਨ, ਲੈਕਚਰ ਸਨ, ਜਿਸ ਵੇਲੇ ਉਹ ਮੋਰਚਾ ਲੱਗਾ ਹੋਇਆ ਸੀ ਦਰਬਾਰ ਸਾਹਿਬ ਦੇ ਉੱਤੇ, ਅਤੇ ਉਹਦੇ ਵਿੱਚ ਕਹਿੰਦੇ ਹੁੰਦੇ ਸਨ ਦੇਖੋ ਜੀ ਮਤਲਬ ਕਿ ਇੰਦਰਾ ਗਾਂਧੀ ਦੀ ਰਿਹਾਈ ਦੇ ਲਈ 77 ਦੇ ਵਿੱਚ ਪਾਂਡੇ ਬ੍ਰਦਰ ਨੇ ਮਿਲ ਕੇ ਨਾਲ ਹਾਈਜੈਕ ਕੀਤਾ ਸੀ, ਵੀ ਉਹਨਾਂ ਨੂੰ ਮਨਿਸਟਰੀਆਂ ਦੇ ਦਿੱਤੀਆਂ ਗਈਆਂ, ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾ ਦਿੱਤਾ ਗਿਆ, ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਿਆਦਾ ਅਤੇ ਉਸ ਕਿਸੇ ਮਤਲਬ ਕਿ ਧਾਰਮਿਕ ਸ਼ਖਸੀਅਤ ਲਈ ਹਾਈਜੈਕ ਕੀਤਾ, ਉਹਨਾਂ ਨੂੰ ਉਮਰ ਕੈਦਾਂ ਦੀ ਸਜ਼ਾ ਭੁਗਤਣੀ ਪੈ ਰਹੀ ਹੈ, ਅਤੇ ਇਹ ਜਿਹੜਾ ਬੇਇਨਸਾਫ਼ੀ ਵਾਲੀ ਗੱਲ ਹੈ। ਅਸੀਂ ਮਤਲਬ ਕਿ ਸਾਡੇ ਜਿਹੜੇ ਨੇ ਉਹ ਹੀਰੋ ਨੇ, ਇਹ ਗੱਲ ਉਹਨਾਂ ਨੇ ਗੱਲ ਆਖੀ ਸੀ ਮਤਲਬ ਸਮਝੋ ਵੀ ਆਪਣੇ ਲੈਕਚਰਾਂ ਦੇ ਵਿੱਚ ਅਕਸਰ ਕਿਹਾ ਕਰਦੇ ਸਨ। ਤੁਹਾਨੂੰ ਕਦੋਂ ਪਤਾ ਲੱਗਾ ਕਿ ਜਰਨੈਲ ਸਿੰਘ ਭਿੰਡਰਾ ਵਾਲੇ ਦੁਨੀਆਂ 'ਚ ਨਹੀਂ ਰਹੇ? ਹਾਂ, ਇਸ ਤਰ੍ਹਾਂ ਹੈ ਵੀ ਇੱਕ ਦਫ਼ਾ ਦੀ ਗੱਲ ਆਇਆ ਵੀ ਅਸੀਂ ਉਹਨਾਂ ਨੂੰ ਮੰਗ ਕੀਤੀ, ਜਿਸ ਦਰਬਾਰ ਸਾਹਿਬ ਦੇ ਐਕਸ਼ਨ ਹੋ ਗਿਆ ਸੀ ਗੱਲਾਂ 84 ਦਾ, ਸਮਝੋ 2-3 ਤਰੀਕ ਨੂੰ ਹੋ ਗਿਆ ਸੀ, ਤਾਂ ਪਤਾ ਲੱਗਾ ਕਿ ਫਿਰ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਅਸੀਂ ਗੱਲ ਕਹੀ ਵੀ ਸਾਨੂੰ ਨਾ ਮਿਲ ਕੇ ਕੋਈ ਦਿਓ ਇਨਫੋਰਮੇਸ਼ਨ, ਉਹਨਾਂ ਨੇ ਸਾਨੂੰ ਵੀ ਛੋਟਾ ਜਿਹਾ ਟਰਾਂਜਿਸਟਰ ਲਿਆ ਕੇ ਦਿੱਤਾ। 7 ਜੂਨ ਨੂੰ ਸਵੇਰੇ 7-8 ਵਜੇ ਕੋਲ BBC ਤੋਂ ਅਸੀਂ ਸੁਣਿਆ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਭਾਈ ਅਮਰੀਕ ਸਿੰਘ ਜੀ ਸ਼ਹੀਦ ਹੋ ਗਏ। ਅਤੇ ਦਰਬਾਰ ਤੁਸੀਂ ਕਿਹੜੀ ਜੇਲ੍ਹ 'ਚ ਸੀ? ਅਸੀਂ ਮਿਲਟਰੀ ਜੇਲ੍ਹ 'ਚ ਸੀ। ਮਿਲਟਰੀ ਜੇਲ੍ਹ 'ਚ ਸੀ? ਹਾਂਜੀ, ਮਿਲਟਰੀ ਜੇਲ੍ਹ 'ਚ ਸੀ ਅਸੀਂ, ਅਤੇ ਉਸ ਵੇਲੇ ਸਾਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਸਾਨੂੰ ਬਹੁਤ ਹੀ ਮਤਲਬ ਕਿ ਉਸ ਵੇਲੇ ਇੱਕ ਦੁੱਖ ਹੋਇਆ। ਦੇਖੋ ਹੁਣ ਮੈਂ ਪੰਜੇ ਇੱਕੋ ਥਾਂ 'ਤੇ ਇਕੱਠੇ ਸੀ। ਹਾਂਜੀ, ਪੰਜੋ ਇੱਕੋ ਥਾਂ 'ਤੇ ਵੱਖ ਵੱਖ ਕਮਰਿਆਂ 'ਚ ਬੰਦ ਤੁਹਾਨੂੰ ਇਹ ਜਾਣਕਾਰੀ ਮਿਲੀ ਤੇ ਜਿਨ੍ਹਾਂ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਤੁਸੀਂ ਹਾਈਜੈਕ ਕੀਤਾ, ਅੱਜ ਉਹ ਦੁਨੀਆਂ 'ਚ ਨਹੀਂ ਰਹੇ ਨੇ? ਦੇਖੋ ਗੱਲ ਇਹੀ ਹੈ ਅਸੀਂ ਜੋ ਸ਼ੱਕ ਜ਼ਾਹਰ ਕਰਦੇ ਸੀ ਵੀ ਹਿੰਦੁਸਤਾਨ ਦੀ ਸਰਕਾਰ ਦੀ ਸਾਜਿਸ਼ ਹੈ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੂੰ ਉਹ ਕਿਸੇ ਤਰੀਕੇ ਨਾਲ ਵੀ ਕਤਲ ਕਰਨਾ ਚਾਹੁੰਦੀ ਹੈ। ਨਹੀਂ, ਜਦੋਂ ਤੁਹਾਨੂੰ ਇਹ ਪਤਾ ਲੱਗਾ BBC ਤੁਸੀਂ ਸੁਣਿਆ, ਉਸ ਵੇਲੇ ਅੰਦਰੋਂ ਟੁੱਟ ਗਏ ਹੋਵੇ ਜਾਂ ਨਹੀਂ? ਉਹ ਤਾਂ ਬਲਕਿ ਸਮਝੋ ਵੀ ਗੁੱਸਾ ਆਇਆ ਉਸ ਵੇਲੇ, ਮਤਲਬ ਕਿ ਥੋੜ੍ਹੀ ਜਿਹੀ ਇੱਕ ਨਿਰਾਸ਼ਾ ਜਿਹੀ ਆਈ, ਗੁੱਸਾ ਆਇਆ, ਅਫਸੋਸ ਦਾ ਹੋਇਆ, ਮਤਲਬ ਕਿ ਇੱਕ ਅੰਦਰ ਜਿਹੜੀ ਭਾਵਨਾ ਹੁੰਦੀ ਹੈ ਕਿਸਮ ਦੀ, ਇੱਕ ਅੱਖਾਂ ਦੇ ਵਿੱਚ ਅੱਥਰੂ ਵੀ ਆਉਂਦੇ ਨੇ ਅਤੇ ਇੱਕ ਜਜ਼ਬਾ ਵੀ ਆਉਂਦਾ ਵੀ ਦੇਖੋ ਮਤਲਬ ਕਿ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਨ੍ਹਾਂ ਦੀ ਰਿਹਾਈ ਲਈ ਅਸੀਂ ਹਾਈਜੈਕ ਕੀਤਾ ਸੀ, ਉਹਨਾਂ ਨੂੰ ਮਤਲਬ ਕਿ ਸਮਝੋ ਵੀ ਸ਼ਹਾਦਤ ਦਾ ਜਾਮ ਪੀਣਾ ਪਿਆ, ਕਤਲ ਕਰ ਦਿੱਤਾ ਗਿਆ ਹਿੰਦੁਸਤਾਨ ਦੀ ਆਰਮੀ ਵੱਲੋਂ। ਅਤੇ ਅਸੀਂ ਇਸੇ ਵਾਸਤੇ ਚਾਹੁੰਦੇ ਸਾਂ ਵੀ ਕਿਉਂਕਿ ਜਿਹੜਾ ਕਤਲ ਹੈ ਇਹ ਮਤਲਬ ਕਿ ਝੂਠ, ਜਿਹੜਾ ਕਤਲ ਵੀ ਹੋਇਆ ਨਾ ਜੀ, ਇਹ ਕਤਲ ਜਿਹੜਾ ਇਵੇਂ ਤਾਂ ਨਹੀਂ ਹੋ ਗਿਆ, ਅਗਰ ਮਤਲਬ ਕਿ ਚਾਹੁੰਦੀ ਸਰਕਾਰ
ਅਤੇ ਸਿੱਖ ਕੌਮ ਨਾਲ ਸਮਝੌਤਾ ਵੀ ਕਰ ਸਕਦੇ ਸੀ, ਸੰਧੀ ਕਰ ਸਕਦੇ ਸੀ, ਸਿੱਖਾਂ ਦੀਆਂ ਮੰਗਾਂ ਮੰਨ ਸਕਦੇ ਸੀ। ਉਹਨਾਂ ਦਾ ਟਾਰਗੇਟ ਹੀ ਆਉਣ ਵਾਲੇ ਵਕਤ 'ਚ ਇਹ ਸੀ, ਅਸੀਂ ਚਾਹੁੰਦੇ ਸਾਂ ਵੀ ਸਾਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕਿਸੇ ਤਰੀਕੇ ਨਾਲ ਵੀ ਲਾਂਭੇ ਕੀਤਾ ਜਾਵੇ। ਅਤੇ ਉਹ ਪਹਿਲੇ ਕਤਲ ਕੇਸ ਦੇ ਵਿੱਚ ਨਹੀਂ ਕਰ ਸਕੇ, ਅਸੀਂ ਹਾਈਜੈਕਿੰਗ ਕਰਕੇ ਪ੍ਰੈਸ਼ਰ ਪਿਲਟ ਕੀਤਾ ਕਿ ਉਹਨਾਂ ਦੀ ਰਿਹਾਈ ਕਰਾ ਲਈ। ਹੁਣ ਉਹਨਾਂ ਨੇ ਮਤਲਬ ਕਿ ਸੋ ਟਾਰਗੇਟ ਸੀ ਵੀ 40 ਅੱਤਵਾਦੀ ਉੱਥੇ ਲੁਕੇ ਹੋਏ ਨੇ, ਸਰ ਜਰਨੈਲ ਸਿੰਘ ਭਿੰਡਰਾਂਵਾਲੇ ਅੱਤਵਾਦੀ ਹੈ, ਇਹਨਾਂ ਨੂੰ ਮਤਲਬ ਕਿ ਉਹਨਾਂ ਨੇ ਮੁੜ ਕੇ ਮਾਰ ਕੇ ਛੱਡਿਆ। ਨਹੀਂ ਤਾਂ ਮਤਲਬ ਕਿ ਹੋਰ ਵੀ ਮਤਲਬ ਕਿ ਬਥੇਰੀਆਂ ਗੱਲਾਂ ਸਨ, ਅਤੇ ਜਿਹੜੇ ਅਕਾਲੀ ਲੀਡਰ ਸਨ ਲੌਂਗੋਵਾਲ ਹੋਣੀ, ਗੁਰਚਰਨ ਸਿੰਘ ਟੋੜਾ ਹੋਣੀ, ਇਹਨਾਂ ਦੇ ਰਾਹੀਂ ਸ਼ਾਂਤਮਈ ਮੋਰਚਾ ਲੱਗਾ ਹੋਇਆ ਸੀ। ਸਨ ਜਰਨੈਲ ਸਿੰਘ ਭਿੰਡਰਾ ਸ਼ਾਂਤਮਈ ਸਨ, ਇਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਕੁਝ ਜਾਇਜ਼ ਸਨ, ਬਿਲਕੁਲ ਅਨੰਦਪੁਰ ਸਾਹਿਬ ਦਾ ਪਤਾ ਸੀ, ਹੋਰ ਮੰਗਾਂ ਸਨ ਕੁਝ, ਉਹਨਾਂ ਨੂੰ ਇੰਦਰਾ ਗਾਂਧੀ ਮੰਨ ਸਕਦੀ ਸੀ। ਅਤੇ ਉਹਨਾਂ ਨੇ ਜਾਣ ਬੁੱਝ ਕੇ ਮਤਲਬ ਕਿ ਨਾ ਦਰਬਾਰ ਸਾਹਿਬ 'ਤੇ ਅਟੈਕ ਕਰਾਇਆ ਕਿ ਸਾਡਾ ਅਸੀਂ ਆਪਣੀ ਜਸਟੀਫਿਕੇਸ਼ਨ ਬਿਲਕੁਲ ਕਲੀਅਰ ਹੋ ਜਾਂਦੀ ਹੈ ਵੀ ਵਾਕਈ ਗੱਲ ਜਿਹੜੀ ਹੈ ਸਰਕਾਰ ਜਿਹੜੀ ਹੈ ਇਸ ਤਰ੍ਹਾਂ ਕਰਕੇ ਮਤਲਬ ਉਹਨਾਂ ਨੂੰ ਮਤਲਬ ਕਿ ਕਤਲ ਕੀਤਾ ਗਿਆ। ਗੱਲ ਇਹੀ ਸੀ, ਸਾਡਾ ਹਾਈਜੈਕਿੰਗ ਦਾ ਜਿਹੜਾ ਮਸਲਾ ਵੀ ਸੀ ਇਹੀ, ਅਤੇ ਉਹ ਸਾਨੂੰ ਸਾਬਤ ਹੋਇਆ ਜਿਹੜਾ। ਅੱਜ ਜ਼ਿੰਦਗੀ ਹੁਣ ਠੀਕ ਚੱਲ ਰਹੀ ਹੈ? ਅੱਜ ਜ਼ਿੰਦਗੀ ਬਿਲਕੁਲ ਸ਼ਿਕਾਇਤ ਨਾਰਾਜ਼ਗੀ ਕੋਈ ਨਹੀਂ, ਬਿਲਕੁਲ ਦੇ ਸਫ਼ਰ ਨੂੰ ਲੈ ਕੇ ਬਿਲਕੁਲ ਜ਼ਿੰਦਗੀ ਜਿਹੜੀ ਹੈ ਬਿਲਕੁਲ ਠੀਕ ਚੱਲ ਰਹੀ ਹੈ, ਪਰਮਾਤਮਾ ਦੀ ਮਿਹਰ ਹੈ, ਕਿਸੇ ਕਿਸਮ ਦੀ ਕੋਈ ਗੱਲ ਨਹੀਂ। ਅਤੇ ਅਸੀਂ ਮਤਲਬ ਕਿ ਇਸ ਵੇਲੇ ਬਹੁਤੇ ਜਿਹੜੇ ਨੇ ਪੰਥ ਦੇ ਹਾਲਾਤ ਬਹੁਤੇ ਠੀਕ ਨਹੀਂ ਹੈਗੇ, ਕੌਮ ਲੀਡਰ ਲੈਸ ਹੈਗੀ ਆ, ਕੌਮ ਦੇ ਵਿੱਚ ਕੋਈ ਲੀਡ ਮਤਲਬ ਕਿ ਪੰਥ ਜਜ਼ਬੇ ਵਾਲਾ ਸਿਧਾਂਤਾਂ ਵਾਲਾ ਕੋਈ ਲੀਡਰ ਨਹੀਂ ਇਸ ਵੇਲੇ। ਅਤੇ ਇਸ ਵਾਸਤੇ ਜਿਹੜਾ ਨਾ ਕੌਮ ਬਲ ਜਿਹੜੀ ਹੈ ਮਤਲਬ ਕਿ ਕਿਸੇ ਉਹਨਾਂ ਮੱਝਧਾਰ 'ਚ ਫਸੀ ਹੋਈ ਆ, ਅਤੇ ਇਹ ਆਪਣੇ ਆਪਣੇ ਜਿਹੜੇ ਨੇ ਧੜੇ ਬਣਾਏ ਹੋਏ ਨੇ, ਕੌਮ ਦਰਦੀ ਜਾਂ ਪੰਥ ਦਰਦੀ ਜਿਹੜੇ ਨੇ ਉਹ ਜਥੇਬੰਦੀਆਂ ਜਾਂ ਉਹ ਜਿਹੜੇ ਆਪਣਾ ਲੀਡਰ ਜਿਹੜੇ ਨੇ ਇਸ ਵੇਲੇ ਕੌਮ ਦੇ ਵਿੱਚ ਨਜ਼ਰ ਨਹੀਂ ਆਉਂਦੇ, ਸਾਰਿਆਂ ਦੀ ਦੌੜ ਕੁਰਸੀਆਂ ਵਾਲੇ ਪਾਸੇ ਹੀ ਹੈ। ਅੱਛਾ ਇੱਕ ਲਾਸਟ ਸਵਾਲ ਹੈ, ਜਦੋਂ ਤੁਸੀਂ ਅਮੈਰੀਕਾ ਤੋਂ ਵਾਪਸ ਆਏ, 13 ਸਾਲ ਉੱਥੇ ਸਜ਼ਾ ਕੱਟੀ, 4 ਸਾਲ ਇੱਥੇ ਕੱਟੀ ਅਮੈਰੀਕਾ ਦੇ ਵਿੱਚ, ਫਿਰ ਇੰਡੀਆ ਆ ਕੇ ਵੀ ਕੇਸ ਚੱਲਿਆ, ਇੱਥੇ ਆ ਕੇ ਇੱਥੇ ਵੀ ਜੇਲ੍ਹ 'ਚ ਰਹੇ ਜਾਂ ਕਿਵੇਂ ਰਿਹਾ? ਜਿਹੜਾ ਨਾ ਮਤਲਬ ਸਮਝ ਲਓ ਵੀ ਅਸੀਂ ਜਿਸ ਵੇਲੇ ਅਸੀਂ ਅਮਰੀਕਾ ਗਏ ਪੋਲੀਟੀਕਲ ਸੈਲਮ ਲੈਣ ਲਈ, ਉਹਨਾਂ ਨੇ ਪੋਲੀਟੀਕਲ ਸੈਲਮ ਨੂੰ ਡਿਨਾਈ ਕਰ ਦਿੱਤਾ, ਮੈਨੂੰ ਡਿਵੋਰਟ ਕਰ ਦਿੱਤਾ ਗਿਆ। ਮੈਂ ਮਤਲਬ ਕਿ ਉੱਥੇ ਮਤਲਬ ਉਤਰ ਗਿਆ ਪਾਕਿਸਤਾਨ ਦੇ ਵਿੱਚ, ਉਹਦੇ 6-7 ਮਹੀਨੇ ਰਿਹਾ ਮੈਂ ਗੁਰਦੁਆਰਾ ਸਾਹਿਬ। ਉਸ ਤੋਂ ਫਿਰ ਮੈਂ ਕਠਮੰਡੂ ਹੋ ਕੇ ਬੀਰਗੰਜ ਹੋ ਗਏ, ਅਤੇ ਆਪਣਾ ਫਿਰ ਕੋਰਟ ਸਮਝੋ ਵੀ ਇਹਦੇ ਵਿੱਚ ਅਰੈਸਟ ਕਰ ਦਿੱਤੀ, ਪਟਿਆਲਾ ਕੋਰਟ ਦੇ ਵਿੱਚ ਅਰੈਸਟ ਦਿੱਤੀ। ਅਤੇ ਬਾਅਦ 4 ਦਿਨ ਮੈਨੂੰ ਜਿਹੜਾ ਰਹਿਣਾ ਪਿਆ ਜੇਲ੍ਹ ਦੇ ਵਿੱਚ, ਜਿਹੜੀ ਹੈਗੀ ਆ ਜਿਹੜੀ ਆਪਣਾ ਕਿਹੜੀ ਜੇਲ੍ਹ ਆ ਆਪਣਾ ਤਿਹਾੜ ਜੇਲ੍ਹ ਦੇ ਵਿੱਚ। 4 ਦਿਨ ਬਾਅਦ ਫਿਰ ਮੇਰੀ ਜ਼ਮਾਨਤ ਹੋਈ, ਉਸ ਤੋਂ ਬਾਅਦ 6 ਮਹੀਨੇ ਮੇਰਾ ਕੇਸ ਚੱਲਿਆ, ਅਤੇ ਬਾਅਦ ਇਹ ਮੈਨੂੰ ਡਿਸਚਾਰਜ ਕੀਤਾ ਗਿਆ ਸਾਰੇ ਕੇਸਾਂ ਤੋਂ ਬਰੀ ਹੋ। ਹੁਣ ਇਹ ਗੱਲ ਇਹ ਹੈ ਜਿਸ ਵੇਲੇ ਮੈਨੂੰ 2011 ਫਰਵਰੀ ਨੂੰ ਡਿਸਚਾਰਜ ਕੀਤਾ ਗਿਆ, ਅਤੇ ਬਾਅਦ 2012 ਦੇ ਵਿੱਚ ਫਿਰ ਸਾਡੇ 'ਤੇ ਫਿਰ ਉਹੀ ਕੇਸ ਜਿਹੜੇ ਨੇ ਉਹੀ ਮਤਲਬ ਕਿ ਸਾਡੇ 'ਤੇ ਫਿਰ ਲਾ ਦਿੱਤਾ ਗਿਆ ਦੇਸ਼ ਧਰੋਹੀ ਦਾ, ਸਡੀਸ਼ਨ ਦਾ। ਫਿਰ ਉਸ ਮਤਲਬ ਕਿ 6-7 ਸਾਲ ਜਿਹੜਾ ਨਾ ਕੇਸ ਜਿਹੜਾ 5 ਸਾਲ ਮਤਲਬ ਕਿ ਹਾਈ ਕੋਰਟ 'ਚ, 6 ਸਾਲ ਜਿਹੜਾ ਨਾ ਪਟਿਆਲਾ ਕੋਰਟ 'ਚ ਅਸੀਂ ਮਤਲਬ ਕੱਟੇ ਨੇ। ਬਹੁਤ ਹੀ ਮਤਲਬ ਕਿ ਸਾਨੂੰ ਮਤਲਬ ਕਿ ਸਾਡੇ 'ਤੇ ਪ੍ਰੈਸ਼ਰ ਆਇਆ ਸੀਗਾ ਹਿੰਦੁਸਤਾਨ ਦੀ ਸਰਕਾਰ ਨੇ, ਮਤਲਬ ਕਿ ਐਜ ਏ ਸਿੱਖ ਹੋਣ ਦੇ ਨਾਤੇ ਜਿਹੜਾ ਅਸੀਂ ਚਾਹੁੰਦੇ ਹਾਂ ਵੀ ਸਾਡੇ ਨਾਲ ਬੇਇਨਸਾਫੀ ਹੋਈ। ਇੱਕ ਵਾਰੀ ਅਸੀਂ ਸਜ਼ਾ ਉੱਥੇ ਉਮਰ ਕੈਦ ਕੱਟ ਚੁੱਕੇ ਸਾਂ, ਦੁਬਾਰਾ ਕੇਸ ਜਿਹੜਾ ਨਾ ਨਹੀਂ ਚੱਲਣਾ ਚਾਹੀਦਾ ਸੀਗਾ, ਪਰ ਫਿਰ ਵੀ ਅਸੀਂ ਕਹਿੰਦੇ ਧੰਨਵਾਦ ਕਰਦੇ ਹਾਂ ਕੋਰਟ ਦਾ ਵੀ ਉਹਨਾਂ ਨੇ ਮਤਲਬ ਕਿ ਇਨਸਾਫ ਕੀਤਾ ਅਤੇ ਸਾਨੂੰ ਮਤਲਬ ਕਿ ਆਰਾਮ ਬਰੀ ਕੀਤਾ। ਇਹਨਾਂ ਚੀਜ਼ਾਂ ਜਿਹੜੀਆਂ ਨੇ ਮਤਲਬ ਕਿ ਸਮਝੋ ਵੀ ਹੁਣ ਜਿਹੜਾ ਹੈ ਠੀਕ ਹੈ, ਪੰਥ ਦੀ ਸੇਵਾ ਕਰ ਰਹੇ ਹਾਂ, ਅਤੇ ਇਹ ਇੱਛਾ ਹੈ ਵੀ ਆਖਰੀ ਸਵਾਸਾਂ ਤੱਕ ਜਿਹੜਾ ਹੈ ਕੌਮ ਦੀ ਚੜ੍ਹਦੀ ਕਲਾ ਲਈ, ਕੌਮ ਦੇ ਹੱਕਾਂ ਲਈ, ਕੌਮ ਦੀ ਆਜ਼ਾਦੀ ਲਈ ਸੰਘਰਸ਼ ਕਰਦੇ ਰਹੀਏ।
ਸੱਚੇ ਪਾਤਸ਼ਾਹ ਮਿਹਰ ਭਰਿਆ ਸਿਹਤ 'ਤੇ ਹੱਥ ਰੱਖਣ, ਸਿਹਤਯਾਬੀ ਬਖਸ਼ਣ, ਅਤੇ ਜੋ ਕੁਛ ਵੀ ਕੀਤਾ ਇਹ 'ਤੇ ਮੈਨੂੰ ਕੋਈ ਪਛਤਾਵ ਨਹੀਂ, ਮਾਣ ਹੈ, ਪ੍ਰਾਊਡ ਹੈ ਕਿ ਮਤਲਬ ਕਿ ਸਾਂਝ ਲੈ ਸੀ ਪਿੰਡਾਂ ਦੀ ਰਿਹਾਈ ਲਈ ਅਸੀਂ ਕੀਤਾ ਸੀ ਅਤੇ ਅਸੀਂ ਚਾਹੁੰਦੇ ਹਾਂ ਉਹਦੇ 'ਚ ਅਸੀਂ ਕਾਮਯਾਬ ਹੋਏ ਸਾਂ। ਸਤਨਾਮ ਜੀ ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ 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 ਤੁਹਾਡਾ ਧੰਨਵਾਦ ਪੰਕਜ ਜੀ, ਤੁਸੀਂ ਮਤਲਬ ਕਿ ਸਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਜਿਹੜਾ ਹੈ ਮੌਕਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸੀ ਕਹਾਣੀ ਲਾਹੌਰ ਦੇ ਵਿੱਚ ਜਦੋਂ ਹਾਈਜੈਕ ਕਰਕੇ ਪੰਜ ਸਿੰਘ ਫਲਾਈਟ ਲੈ ਗਏ, ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪੂਰੀ ਜ਼ਿੰਦਗੀ ਰਹੀ ਔਰ ਕਿਵੇਂ ਇਹ ਪੂਰਾ ਕਿੱਸਾ ਸ਼ੁਰੂ ਹੋਇਆ, ਔਰ ਅੱਜ 43 ਸਾਲ ਬਾਅਦ ਜਦੋਂ ਕੰਧਾਰ ਹਾਈਜੈਕ ਦੀ ਗੱਲ ਹੋ ਰਹੀ ਹੈ ਤਾਂ ਫਿਰ 1981 ਦੇ ਵਿੱਚ ਇਸ ਹਾਈਜੈਕ ਨੂੰ ਲੈ ਕੇ ਵੀ ਇੱਕ ਵਾਰ ਫਿਰ ਚਰਚਾ ਚੱਲੀ ਹੈ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਪੰਕਜ ਭਾਈ, ਨਿਊਜ਼ 18 ਚੰਡੀਗੜ੍ਹ।